ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ ਡਕਾਲਾ ਨਗਰ ਵਿੱਚ ਤਿੰਨ ਰੋਜ਼ਾ ਸਮਾਗਮ ਹੋ ਰਿਹਾ ਤੇ ਅੱਜ ਆਪਾਂ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੰਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ ਪਹਿਰੇਦਾਰਾਂ ਨੂੰ ਬੇਨਤੀ ਹੈ ਥੋੜ੍ਹਾ ਜਿਹਾ ਹੋਰ ਅੱਗੇ ਆ ਜਾਣ ਦਿਓ ਪਹਿਰੇਦਾਰਾਂ ਨੂੰ ਬੇਨਤੀ ਹੈ ਥੋੜ੍ਹਾ ਜਿਹਾ ਹੋਰ ਅੱਗੇ ਆ ਕੇ ਖੜੋ ਹੋਰ ਥੋੜ੍ਹਾ ਜਿਹਾ ਅੱਗੇ ਆ ਜਾਓ ਇੱਥੇ ਕੁ ਤੱਕ ਠੀਕ ਹੈ ਆਉਣ ਵਾਲੀ ਸੰਗਤ ਨੂੰ ਇੱਥੇ ਰਸਤੇ ਦੇ ਵਿੱਚ ਹੀ ਬਿਠਾਈ ਜਾਇਓ ਲਓ ਵੀ ਹੁਣ ਇੱਧਰ ਧਿਆਨ ਦਿਓ ਆਪਾਂ ਇੱਥੇ ਪੜ੍ਹਿਆ ਹੈ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਜਿਹੜਾ ਆਪਾਂ ਪਰਸੋਂ ਵੀ ਮੈਂ ਗੱਲ ਕੀਤੀ ਸੀ ਦੀਵਾਨ ਵਿੱਚ ਪਰਸੋਂ ਆਪਾਂ ਗੱਲ ਚੱਲ ਰਹੀ ਸੀ ਵੀ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨ ਤੇ ਲੀਨ ਦਾ ਅਰਥ ਜਿਹੜਾ ਹੈ ਉਹ ਅਸੀਂ ਕੀ ਕੱਢਦੇ ਹਾਂ ਜੀ ਭੈਣਾਂ ਨੂੰ ਬੇਨਤੀ ਹੈ ਸਾਰੀਆਂ ਭੈਣਾਂ ਬਹਿ ਜਾਓ ਭਾਈ ਜਿਹੜੇ ਖੜੇ ਹੋ ਨਾ ਕਿਰਪਾ ਕਰਕੇ ਆਰਾਮ ਨਾਲ ਬਹਿ ਜਾਓ ਬਸ ਰੌਲਾ ਰੱਪਾ ਨਾ ਪਾਓ ਖਿਆਲ ਰੱਖੋ ਸਾਰੀਆਂ ਭੈਣਾਂ ਬੈਠੋ ਵੀ ਜਿੱਥੇ ਖੜੇ ਹੋ ਬਸ ਇੱਥੇ ਬਹਿ ਜਾਓ ਜਗ੍ਹਾ ਬਥੇਰੀ ਖੁੱਲੀ ਬਹਿ ਜਾਓ ਹਾਂਜੀ ਹੁਣ ਸੁਣੋ ਪਹਿਲੇ ਦੀਵਾਨ ਵਿੱਚ ਆਪਾਂ ਇਹ ਗੱਲ ਕੀਤੀ ਸੀ ਵੀ ਜਿਵੇਂ ਹੁਣ ਮੈਂ ਇੱਥੇ ਅੱਖਾਂ ਬੰਦ ਕਰਕੇ ਇੱਦਾਂ ਬੈਠਾ ਨਾ ਇੱਦਾਂ ਅੱਖਾਂ ਬੰਦ ਕਰ ਲਵਾਂ ਚੌਂਕੜਾ ਮਾਰ ਲਵਾਂ ਤੇ ਤੁਸੀਂ ਸਾਰਿਆਂ ਨੇ ਪਤਾ ਕੀ ਕਹਿਣਾ ਹੈ ਕਿ ਬਾਬਾ ਜੀ ਵੇਖੋ ਜੀ ਕਿਵੇਂ ਪਰਮਾਤਮਾ ਦੇ ਵਿੱਚ ਕੀ ਨੇ ਲੀਨ ਇਹ ਗੱਲ ਆਪਾਂ ਪਹਿਲੇ ਦੀਵਾਨ 'ਚ ਕੀਤੀ ਸੀ ਜੇ ਸਾਡੇ ਸੰਗਤ ਵਿੱਚ ਕੋਈ ਬੰਦਾ ਬੈਠਾ ਹੋਏਗਾ ਆਪਾਂ ਨੂੰ ਇੱਥੇ ਬਹਿ ਕੇ ਐਂ ਲੱਗੂ ਵੀ ਬਾਹਲਾ ਹੀ ਲੀਨ ਬੈਠਾ ਕੀ ਇਹ ਲੀਨ ਹੈ ਇਹ ਨਿਸ਼ਾਨੀ ਹੈ ਲੀਨ ਦੀ ਵੀ ਇਹ ਰੱਬ 'ਚ ਲੀਨ ਹੈ ਰੱਬ ਵਿੱਚ ਲੀਨ ਹੈ ਜਿਹੜਾ ਬੰਦਾ ਜਿਹਦੀ ਸੁਰਤ ਅੱਖਾਂ ਲੀਨ ਨਹੀਂ ਹੋਣੀਆਂ ਸੁਰਤ ਲੀਨ ਹੋਣੀ ਹੋ ਸਕਦਾ ਮੇਰੇ ਵਰਗਾ ਇੱਥੇ ਇਸ ਕਰਕੇ ਐਂ ਬੈਠਾ ਹੋਵੇ ਵੀ ਸਾਰੇ ਮੇਰੇ ਕੰਨੀ ਵੇਖ ਰਹੇ ਹੈ ਤੇ ਸਾਰਿਆਂ ਦੇ ਮਨ ਵਿੱਚ ਇਹ ਆਵੇ ਵੀ ਬਾਹਲਾ ਵੱਡਾ ਭਗਤ ਹੋ ਸਕਦਾ ਮੇਰੇ ਮਨ 'ਚ ਇਹ ਚੱਲ ਰਿਹਾ ਹੋਵੇ ਫਿਰ ਲੀਨ ਕਾਹਦਾ ਹੋਇਆ ਸੁਰਤ ਤੇ ਲੀਨ ਨਹੀਂ ਨਾ ਹੋਈ ਸੁਰਤ ਕਾਹਦੇ 'ਚ ਲੀਨ ਹੈ ਸੁਰਤ ਤੇ ਚਾਹੁੰਦੀ ਹੈ ਕਿ ਲੋਕੀ ਮੇਰੇ ਵੱਲ ਵੇਖਣ ਸੁਰਤ ਤੇ ਇਹਦੇ 'ਚ ਲੀਨ ਹੈ ਬੱਲੇ ਬੱਲੇ 'ਚ ਇਹਦਾ ਮਤਲਬ ਇਹ ਲੀਨ ਤਾਂ ਨਹੀਂ ਭੁਲੇਖਾ ਹੈ ਬੜਾ ਵੱਡਾ ਸਾਨੂੰ ਬਹੁਤ ਵੱਡਾ ਭੁਲੇਖਾ ਹੈ ਲੀਨ ਦਾ ਪਤਾ ਉਦੋਂ ਲੱਗਣਾ ਹੈ ਜਦੋਂ ਇਹ ਲੀਨ ਵੇਖਣਾ ਹੈ ਇਹਦਾ ਸਾਰਾ ਦਿਨ ਵੇਖੋ ਕਿੱਦਾਂ ਦਾ ਲੰਘਦਾ ਹੈ ਸਾਰੀ ਇਹਦਾ ਸਾਰਾ ਮਹੀਨਾ ਕਿਵੇਂ ਲੰਘਿਆ ਸਾਰਾ ਸਾਲ ਕਿਵੇਂ ਲੰਘਿਆ ਇਹਦੀ ਸਾਰੀ ਜ਼ਿੰਦਗੀ ਕਿਵੇਂ ਲੰਘਦੀ ਹੈ ਜਿਹਦੀ ਜ਼ਿੰਦਗੀ ਵਿੱਚ ਜਿਹਦੀ ਸੁਰਤ ਪਰਮਾਤਮਾ ਵਿੱਚ ਲੀਨ ਹੈ ਬਸ ਉਹ ਕੋਈ ਗਲਤੀ ਕਰਦਾ ਹੀ ਨਹੀਂ ਮਨ ਲੀਨ ਹੈ ਜਿਹਦਾ ਲੀਨ ਦਾ ਕਿਵੇਂ ਪਤਾ ਲੱਗੂ ਬਈ ਟਰੈਕਟਰ ਚਲਾਉਣ ਵੇਲੇ ਵੀ ਪਹਿਲੇ ਦਿਨ ਗੱਲ ਹੋ ਗਈ ਸੀ ਫਿਰ ਦੁਹਰਾਉਣ ਲੱਗਣ ਇਹ ਕਿਉਂਕਿ ਟੌਪਿਕ ਮਿਲਦਾ ਜੁਲਦਾ ਵੀ ਟਰੈਕਟਰ ਚਲਾਉਣ ਵੇਲੇ ਵੀ ਇਹਦਾ ਮਨ ਲੀਨ ਰਹਿਣਾ ਚਾਹੀਦਾ ਹੈ ਵੀ ਮੈਂ ਕਿਸੇ ਦੀ ਵੱਟ ਨਹੀਂ ਵੱਢਣੀ ਰੱਬ ਮੇਰਾ ਮਾਲਕ ਵੇਖਦਾ ਹੈ ਵੇਖੋ ਟਰੈਕਟਰ ਤੇ ਬੈਠੇ ਦਾ ਮਨ ਰੱਬ ਵਿੱਚ ਲੀਨ ਦੁੱਧ ਜਿਹੜੇ ਲੈਣ ਆਏ ਨੇ ਉਹਨਾਂ ਨੇ ਤੇ ਪੈਸੇ ਪੂਰੇ ਦਿੱਤੇ ਹੈ ਪਰ ਪਤਾ ਕੀ ਸੋਚਦਾ ਕਿਸੇ ਨੂੰ ਤੇ ਪਤਾ ਨਹੀਂ ਲੱਗਿਆ ਚੱਲ ਯਾਰ ਰੱਬ ਤੇ ਵੇਖਦਾ ਹੈ ਵੇਖੋ ਦੁੱਧ ਵਿੱਚ ਦੁੱਧ ਪਾਉਣ ਵਾਲੇ ਦੀ ਸੁਰਤ ਰੱਬ ਵਿੱਚ ਲੀਨ ਹੈ ਇਹਨੂੰ ਕਹਿੰਦੇ ਆ ਲੀਨ ਜਿਹਦਾ ਪਤਾ ਤੁਹਾਡੀਆਂ ਅੱਖਾਂ ਬੰਦ ਕਰਨ ਤੋਂ ਨਹੀਂ ਲੱਗਣਾ ਉਹ ਪਤਾ ਲੱਗਣਾ ਹੈ ਕਿ ਸੁਰਤ ਪਰਮਾਤਮਾ ਵਿੱਚ ਲੀਨ ਹੈ ਇਹਦਾ ਪਤਾ ਕਿਵੇਂ ਲੱਗਦਾ ਹੈ ਵੀ ਠੱਗੀਆਂ ਠੋਰੀਆਂ ਕਰਦਾ ਕੰਮ ਕਿੱਦਾਂ ਦੇ ਕਰਦਾ ਇੱਥੋਂ ਪਤਾ ਲੱਗਦਾ ਵੀ ਲੀਨ ਹੈ ਹੁਣ ਜਿਹੜੀ ਗੱਲ ਕਰਦੇ ਆ ਹੁਣ ਇਹ ਹੈ ਵੀ ਗੁਣ ਗਾਵਾਂ ਦਿਨ ਰਾਤ ਪਰਮਾਤਮਾ ਦੇ ਗੁਣ ਅਸੀਂ ਦਿਨ ਰਾਤ ਗਾਈਏ
ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਪਰਮਾਤਮਾ ਦੇ ਗੁਣ ਗਾਉਣਾ ਕੀ ਹੁੰਦਾ ਹੈ। ਪਰਮਾਤਮਾ ਦੇ ਗੁਣ ਗਾਉਣਾ ਅਸਲ ਵਿੱਚ ਪਰਮਾਤਮਾ ਦੇ ਗੁਣ ਜਿਉਣਾ ਹੁੰਦਾ ਹੈ। ਫਿਰ ਬੇਨਤੀ ਨੂੰ ਸੁਣੋ ਜੀ, ਹਿੱਲ ਜੁੱਲ ਨਾ ਹੋਵੇ, ਧਿਆਨ ਇਕਾਗਰ ਰੱਖਿਓ। ਪਰਮਾਤਮਾ ਦੇ ਇਹ ਬੰਦਾ ਗੁਣ ਗਾਉਂਦਾ ਹੈ। ਇੱਕ ਤੇ ਗੱਲ ਆ ਗਈ ਨਾ ਸਮਾਧੀ ਦੀ ਲੀਨਤਾ ਦੀ, ਵੀ ਇੱਦਾਂ ਬੰਦ ਕਰੋਗੇ, ਇੱਦਾਂ ਅੱਖਾਂ ਬੰਦ ਕਰੋਗੇ ਤੇ ਐ ਲੱਗਦਾ ਹੈ ਕਿ ਇਹ ਬੰਦਾ ਰੱਬ ਵਿੱਚ ਬਹੁਤ ਲੀਨ ਹੈ। ਤੇ ਜਦੋਂ ਆਪਾਂ ਸਾਰੇ ਇੱਦਾਂ ਗੁਰਬਾਣੀ ਗਾਉਂਦੇ ਹਾਂ, ਆਪਾਂ ਸਾਰੇ ਗਾ ਰਹੇ ਸੀ ਗੁਰਬਾਣੀ, ਗੁਰਬਾਣੀ ਗਾਈਏ ਜਾਂ ਵਾਹਿਗੁਰੂ ਵਾਹਿਗੁਰੂ ਕਰੀਏ, ਇੱਥੋਂ ਫਿਰ ਇਹ ਲੱਗਦਾ ਹੈ ਵੀ ਇਹ ਰੱਬ ਦੇ ਗੁਣ ਬਹੁਤ ਗਾਉਂਦਾ ਹੈ। ਇੱਦਾਂ ਹੀ ਲੱਗਦਾ ਵੀ ਯਾਰ ਕਿੰਨੇ ਰੱਬ ਦੇ ਗੁਣ ਗਾਉਂਦਾ ਹੈ, ਰੱਬ ਦੇ ਕਿੰਨੇ ਗੁਣ ਗਾਉਂਦਾ ਹੈ, ਦਿਨ ਰਾਤ ਹੀ ਗੁਣ ਗਾਉਂਦਾ ਹੈ। ਪਰ ਗੁਣ ਗਾਉਂਦਾ ਹੈ ਇਹਦਾ ਪਤਾ ਉਦੋਂ ਲੱਗਣਾ ਹੈ ਜਦੋਂ ਮਾਲਕ ਜੀ ਦੇ ਗੁਣਾਂ ਨੂੰ ਜਿਉਂਦਾ ਹੈ, ਫਿਰ ਪਤਾ ਲੱਗਣਾ ਵੀ ਇਹ ਗੁਣ ਗਾਉਂਦਾ ਹੈ। ਜੀਵ ਤੋਂ ਤੇ ਮਾਫ ਕਰਨਾ ਜੀ, ਅਸੀਂ ਗੁਣ ਗਾਉਣ ਵਾਲੀ ਬੜੀ ਦੁਨੀਆ ਹੈ। ਜਿੰਨੇ ਹੁਣ ਅਸੀਂ ਗੁਰਦੁਆਰਿਆਂ ਵਿੱਚ ਰਹਿਣ ਵਾਲੇ ਲੋਕ ਹਾਂ, ਸਵੇਰੇ ਸ਼ਾਮ ਨਿਤਨੇਮ ਕਰਨਾ, ਡਿਊਟੀ ਕਰਨੀ, ਪਾਠ ਕਰਨਾ, ਸਵੇਰੇ ਸ਼ਾਮ ਕਈ ਬੰਦੇ ਸਾਰੀ ਜ਼ਿੰਦਗੀ ਕੀਰਤਨ ਕਰਦੇ ਨੇ, ਡਿਊਟੀ ਹੋਈ ਕੰਮ ਹੀ ਉਹਨਾਂ ਦਾ ਹੈ। 20,000-30,000 ਤਨਖਾਹ ਲੈਂਦੇ ਹੈ ਤੇ ਕੀਰਤਨ ਕਰਦੇ ਹੈ, ਗੁਣ ਗਾਉਂਦੇ ਹੈ ਰੱਬ ਦੇ। ਪਰ ਇੱਥੋਂ ਨਹੀਂ ਪਤਾ ਲੱਗ ਜਾਣਾ ਅੱਖਾਂ ਬੰਦ ਕਰਕੇ ਵੀ ਲੀਨ ਹੈ। ਸੁਰਤ ਅੱਖਾਂ ਬੰਦ, ਅੱਖਾਂ ਸਰੀਰ ਨੇ ਲੀਨ ਨਹੀਂ ਹੋਣਾ, ਸੁਰਤ ਨੇ ਲੀਨ ਹੋਣਾ ਹੈ। ਤੇ ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਣਾ। ਜਿਹੜਾ ਬੰਦਾ ਮਾਲਕ ਦੇ ਗੁਣ ਆਪਣੀ ਜ਼ਿੰਦਗੀ ਵਿੱਚ ਜਿਉਂਦਾ ਹੈ ਉਹ ਹੈ ਅਸਲ ਵਿੱਚ ਗੁਣਾਂ ਨੂੰ ਜਿਉਂਦਾ ਹੈ, ਜਿਹੜਾ ਉਹੀ ਗੁਣ ਗਾਉਂਦਾ ਹੈ। ਗੁਣਾਂ ਨੂੰ ਜਿਉਣਾ, ਗੁਣਾਂ ਨੂੰ ਜਿਉਣਾ ਕੀ ਹੁੰਦਾ ਹੈ ਹੁਣ ਇਹਨੂੰ ਹੋਰ ਸਮਝ ਲਓ। ਮਾਲਕ ਦੇ ਗੁਣ ਕਿਹੜੇ ਕਿਹੜੇ ਨੇ ਬੋਲੋ? ਇੱਕ ਓਅੰਕਾਰ, ਇਹ ਰੱਬ ਦਾ ਗੁਣ ਹੈ। ਇਸੇ ਤਰ੍ਹਾਂ ਦੂਜਾ ਗੁਣ ਕੀ ਹੈ? ਸਤ ਨਾਮ। ਤੀਜਾ ਗੁਣ ਕੀ ਹੈ? ਕਰਤਾ ਪੁਰਖ। ਚੌਥਾ ਗੁਣ ਕੀ ਹੈ? ਨਿਰ ਭਉ। ਪੰਜਵਾਂ ਗੁਣ ਕੀ ਹੈ? ਨਿਰ ਵੈਰ। ਛੇਵਾਂ ਗੁਣ ਕੀ ਹੈ? ਅਕਾਲ ਮੂਰਤ। ਸੱਤਵਾਂ ਗੁਣ ਕੀ ਹੈ? ਅਜੂਨੀ ਅਜੂਨੀ। ਅੱਠਵਾਂ ਗੁਣ ਕੀ ਹੈ? ਸੈਭੰ। ਇਹ ਗੁਣ ਨੇ, ਅੱਠ ਹੋ ਗਏ। ਇਹ ਸਾਰੇ ਮਾਲਕ ਜੀ ਦੇ ਜਿਹੜੇ ਗੁਣ ਨੇ ਇਹ ਗੁਰੂ ਦੀ ਕਿਰਪਾ ਨਾਲ ਸਾਡੇ ਵਿੱਚੋਂ ਹੀ ਪ੍ਰਗਟ ਹੁੰਦੇ ਨੇ। ਆਖੋ ਸਤਨਾਮ। ਫਿਰ ਬੇਨਤੀ ਕਰਦਾ, ਜਰਾ ਸਮਝਿਓ, ਰੱਬ ਇੱਕ ਹੈ, ਸਾਰੇ ਪਾਸੇ ਉਹਦਾ ਪਸਾਰਾ ਹੈ, ਉਸੇ ਦਾ ਨਾਮ ਸੱਚ ਹੈ, ਉਹ ਹੋਂਦ ਵਾਲਾ ਹੈ, ਸਤਨਾਮ ਹੈ, ਉਹ ਕ੍ਰੀਏਟਰ ਹੈ, ਕਰਤਾ ਪੁਰਖ ਹੈ, ਉਹ ਨਿਰਭਉ ਹੈ, ਉਹਨੂੰ ਕਿਸੇ ਤੋਂ ਡਰਦਾ ਨਹੀਂ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਅਕਾਲ ਮੂਰਤ ਹੈ, ਉਹਦੇ ਤੇ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ, ਅਕਾਲ ਮੂਰਤ। ਉਹ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸਹਿਭੰਗ ਹੈ, ਉਹ ਆਪਣੇ ਪੈਰਾਂ ਤੇ ਆਪ ਖੜਾ ਹੈ, ਭਾਵ ਕਿਸੇ ਦੇ ਸਹਾਰੇ ਨਹੀਂ, ਉਹ ਆਪਣੇ ਆਪ ਵਿੱਚ ਆਪ ਹੀ ਖੜਾ ਹੈ, ਉਹ ਕਿਸੇ ਦੇ ਸਹਾਰੇ ਨਹੀਂ ਖੜਾ, ਸਹਿਭੰਗ। ਇਹ ਅੱਠ ਗੁਣ ਹੋ ਗਏ ਰੱਬ ਦੇ। ਹੁਣ ਮੈਨੂੰ ਕਿਰਪਾ ਕਰਕੇ ਦੱਸੋ ਵੀ ਰੱਬ ਕਿੱਥੇ ਰਹਿੰਦਾ? ਸੋਚ ਕੇ ਦੱਸੋ ਰੱਬ ਕਿੱਥੇ ਰਹਿੰਦਾ? ਕਿਤੇ ਸੱਤਵੇਂ ਆਕਾਸ਼ ਵਿੱਚ ਰਹਿੰਦਾ ਹੈ, ਕਿਸੇ ਜੰਗਲਾਂ 'ਚ ਰਹਿੰਦਾ, ਕਿਸੇ ਪਹਾੜਾਂ 'ਤੇ ਰਹਿੰਦਾ ਹੈ, ਕਿ ਸਾਡੇ ਵਿੱਚ ਰਹਿੰਦਾ? ਜਰਾ ਜਵਾਬ ਦਿਓ, ਕਿੱਥੇ ਰਹਿੰਦਾ ਜੀ? ਸਾਡੇ ਵਿੱਚ ਰਹਿੰਦਾ। ਅੱਛਾ, ਫਿਰ ਇਹ ਜਿਹੜੇ ਗੁਣ ਨੇ ਇਹ ਕਿਹਦੇ ਨੇ? ਫਿਰ ਦੱਸੋ ਜਿਹੜੇ ਗੁਣ ਨੇ ਇਹ ਕਿਹਦੇ ਨੇ? ਬੋਲੋ, ਸਾਡੇ। ਇਹ ਗੁਣ ਰੱਬ ਦੇ ਗੁਣ, ਸਾਡੇ ਗੁਣ। ਜੇ ਪਰਮਾਤਮਾ ਮਾਲਕ ਸਾਡੇ ਵਿੱਚ ਰਹਿੰਦਾ ਹੈ ਤੇ ਇਹਦਾ ਮਤਲਬ ਇਹ ਗੁਣ ਹੀ ਸਾਡੇ ਨੇ। ਇਹ ਗੱਲ ਹੀ ਸਾਡੀ ਚੱਲਦੀ ਹੈ ਸਾਡੇ ਆਪੇ ਦੀ। ਜਿਹੜਾ ਸਾਡਾ ਅਸਲ ਹੈ, ਜਿਹੜਾ ਸਾਡਾ ਮੂਲ ਹੈ, ਜਿਹਦੇ ਕਰਕੇ ਅਸੀਂ ਹਾਂ, ਅਸਲ ਵਿੱਚ ਇਹ ਰੱਬ ਦੇ ਗੁਣ ਸਾਡੇ ਹੀ ਗੁਣ ਨੇ। ਪਰਮਾਤਮਾ ਦੇ ਗੁਣ ਗਾਉਣ ਦਾ ਕੀ ਮਤਲਬ ਹੈ? ਆਪਣੇ ਅਸਲੇ ਦੇ ਗੁਣ ਗਾਉਣੇ। ਅੰਦਰ ਜਿਹੜਾ ਅਸਲੀ ਬੈਠਾ ਤੇਰੇ, ਉਹਦੀ ਗੱਲ ਚੱਲਦੀ ਹੈ। ਇਹਨਾਂ ਗੁਣਾਂ ਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰ ਲੈਂਦੇ ਹਾਂ, ਕਿਵੇਂ
ਕਿਵੇਂ ਪ੍ਰਗਟ ਹੁੰਦੇ ਆ ਵੇਖੋ ਸਿੱਧਾ ਸਪਸ਼ਟ ਜਿਹਾ ਛੇਤੀ ਛੇਤੀ ਸਮਝਿਓ ਇੱਕ ਓੰਕਾਰ ਰੱਬ ਇੱਕ ਹੈ ਅਸੀਂ ਵੀ ਸਮਝਣ ਲੱਗ ਪਏ ਵੀ ਯਾਰ ਆ ਵੀ ਮੇਰੇ ਵਰਗਾ ਆ ਵੀ ਸਾਰੀ ਮਨੁੱਖਤਾ ਇੱਕ ਹੈ ਚਿੜੀਆਂ ਵਿੱਚ ਵੀ ਉਹੀ ਹੈ ਜਿਹੜਾ ਮੇਰੇ ਵਿੱਚ ਹੈ ਜਾਨਵਰਾਂ ਵਿੱਚ ਵੀ ਉਹੀ ਹੈ ਜਿਹੜਾ ਮੇਰੇ ਵਿੱਚ ਹੈ ਹੁਣ ਗੱਲ ਬੰਦਿਆਂ ਦੀ ਆ ਗਈ ਫਿਰ ਵੇਖੋ ਇਹਦੇ 'ਚ ਵੀ ਉਹੀ ਹੈ ਇਹਦੇ 'ਚ ਵੀ ਉਹੀ ਹੈ ਫਿਰ ਕੌਣ ਜੱਟ ਰਹਿ ਗਿਆ ਕੌਣ ਰਮਦਾਸੀਆ ਰਹਿ ਗਿਆ ਕੌਣ ਮਜ਼ਬੀ ਰਹਿ ਗਿਆ ਸਾਰੇ ਹੀ ਭਰਾ ਭਰਾ ਬਣ ਗਏ ਆਖੋ ਸਤਨਾਮ ਜਿਹੜੇ ਬੰਦੇ ਨੇ ਇਸ ਰੱਬੀ ਗੁਣ ਨੂੰ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰ ਲਿਆ ਸਮਝ ਲਓ ਉਹਨੇ ਇੱਕ ਓੰਕਾਰ ਨੂੰ ਸਮਝ ਲਿਆ ਤੇ ਜਿਹੜਾ ਬੰਦਾ ਮੂਲ ਮੰਤਰ ਮੈਂ ਜੀ ਕੀ ਕਰਦਾ ਹੈ ਮੈਂ 1.25 ਲੱਖ ਮੂਲ ਮੰਤਰ ਕਰਨਾ ਮੈਂ 5 ਲੱਖ ਮੂਲ ਮੰਤਰ ਕਰਨਾ ਹੈ ਤੇ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਪਤਾ ਨਹੀਂ ਕਿੰਨੀ ਕੁ ਵਾਰੀ ਜ਼ਿੰਦਗੀ 'ਚ ਪੜਿਆ ਤੇ ਜੇ ਅਜੇ ਵੀ ਐਂ ਜੇ ਸਮਝਦਾ ਹੈ ਵੀ ਇਹ ਛੋਟੀ ਜਾਤ ਵਾਲਾ ਹੈ ਆਹ ਮਾੜੀ ਬਰਾਦਰੀ ਵਾਲਾ ਹੈ ਆਹ ਵੱਡੀ ਜਾਤ ਵਾਲੀ ਹੈ ਐਂ ਜੇ ਕਰਦਾ ਫਿਰਦਾ ਫਿਰ ਮੂਰਖਾ ਤੂੰ ਇੱਕ ਕੀ ਹੋਇਆ ਇੱਕ ਕਹਿੰਦਾ ਤੂੰ ਇੱਕ ਹੋਣਾ ਸੀ ਇਹ ਤੇਰਾ ਗੁਣ ਹੈ ਤੇਰੀ ਗੱਲ ਚੱਲਦੀ ਹੈ ਤੂੰ ਤੇ ਇੱਕ ਹੋਇਆ ਹੀ ਨਹੀਂ ਤੂੰ ਤੇ ਐਂ ਜੇ ਫਰਕ ਜਾ ਸਮਝੀ ਜਾਂਦਾ ਹੈ ਫਰਕ ਕੀ ਸਮਝਦਾ ਹੈ ਇਹ ਤੇ ਵੇਖੋ ਪੜ੍ਹੇ ਲਿਖੇ ਬੱਚੇ ਸਮਝਦੇ ਆ ਕਿ ਪਰਮਾਣੂ ਹੈ ਜਿਹੜੇ ਸਾਡੀ ਬਾਡੀ ਵਿੱਚ ਪਰਮਾਣੂ ਹਰ ਪਾਸੇ ਆਈਟਮਸ ਕਹਿੰਦੇ ਨੇ ਜਿਨ੍ਹਾਂ ਨੂੰ ਨਿੱਕੇ ਨਿੱਕੇ ਕਣ ਨੇ ਇੱਦਾਂ ਕਹਿ ਲਓ ਉਹ ਕਣ ਨੇ ਸਾਨੂੰ ਬਰੀਕ ਇੰਨੇ ਨੇ ਸਾਨੂੰ ਪਤਾ ਨਹੀਂ ਲੱਗਦਾ ਮੇਰੇ ਸਰੀਰ 'ਚੋਂ ਨਿਕਲੀ ਜਾਂਦੇ ਨੇ ਇਹਦੇ 'ਚ ਪਈ ਜਾਂਦੇ ਨੇ ਇਹਦੇ 'ਚੋਂ ਨਿਕਲੀ ਜਾਂਦੇ ਨੇ ਤੁਹਾਡੇ 'ਚ ਪਈ ਜਾਂਦੇ ਨੇ ਇਦਾਂ ਹੀ ਉੱਡੇ ਫਿਰਦੇ ਆ ਆਪਣੇ 'ਚੋਂ ਨਿਕਲ ਕੇ ਕੁੱਤੇ 'ਚ ਪੈ ਜਾਂਦੇ ਕੁੱਤੇ 'ਚੋਂ ਨਿਕਲ ਕੇ ਪੰਛੀ 'ਚ ਪੈ ਜਾਂਦੇ ਆ ਇਹਨਾਂ 'ਚੋਂ ਨਿਕਲ ਕੇ ਦਰਖਤ 'ਚ ਚਲੇ ਜਾਂਦੇ ਆ ਹੈ ਸਾਰਾ ਕੁਝ ਇੱਕ ਹੀ ਹੈ ਲੱਗਦਾ ਅੱਡ ਆਖੋ ਸਤਨਾਮ ਸ਼ੇਪ ਬਣਦੀ ਹੈ ਇਹ ਸ਼ੇਪ ਬਣਾ ਲੈਂਦੇ ਨੇ ਇਹ ਸ਼ੇਪ ਬਣਾਉਂਦੇ ਆ ਜੀ ਇੰਨੀ ਸਪੀਡ ਨਾਲ ਗੱਲ ਵੈਸੇ ਗਹਿਰੀ ਹੈ ਜੇ ਪਕੜ ਲਓ ਇੰਨੀ ਸਪੀਡ ਨਾਲ ਘੁੰਮਦੇ ਆ ਕਿ ਸ਼ੇਪ ਬਣਦੀ ਹੈ ਸ਼ੇਪ ਜਿਵੇਂ ਕਿਵੇਂ ਬਣਦੀ ਹੈ ਸਪੀਡ ਨਾਲ ਪੱਖੇ ਦੇ 3 ਫਰ ਹੁੰਦੇ ਨੇ ਉਦਾਂ ਤੇ 3 ਨੇ ਜਦੋਂ ਸਪੀਡ ਨਾਲ ਘੁੰਮਦਾ ਫਿਰ ਸ਼ੇਪ ਨਹੀਂ ਬਣਾ ਲੈਂਦਾ ਗੋਲ ਉਦਾਂ ਤੇ 3 ਹੀ ਨੇ ਫਰ ਹੈ ਕਣ ਨੇ ਇੰਨੀ ਸਪੀਡ ਨਾਲ ਘੁੰਮਦੇ ਨੇ ਆ ਬੋਡੀ ਦੀ ਸ਼ੇਪ ਬਣਾ ਲੈਂਦੇ ਨੇ ਆਖੋ ਸਤਨਾਮ ਇਹਨੂੰ ਕਹਿੰਦੇ ਨੇ ਏਕ ਨੂਰ ਤੇ ਸਭ ਜਗ ਇੱਕੋ ਹੀ ਵਾਈਬ੍ਰੇਸ਼ਨ ਹੈ ਇੱਕੋ ਹੀ ਤਰੰਗਾਂ ਨੇ ਬੜੇ ਨਾਮ ਨੇ ਇਹਦੇ ਚਲੋ ਇਹ ਚੈਪਟਰ ਬਹੁਤ ਡੂੰਘਾ ਚੱਲਿਆ ਜਾਂਦਾ ਪਰ ਇਸ ਗੱਲ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਇੱਕ ਆਪਾਂ ਸਾਰੇ ਇਹ ਤੇ ਆਪਾਂ ਐਵੇਂ ਵੱਡੀਆਂ ਪਾਈਆਂ ਨੇ ਬੰਦੇ ਤੁਸੀਂ ਗੱਲ ਸਮਝੋ ਵੀ ਅਸੀਂ ਤੇ ਬੰਦਿਆਂ ਨਾਲ ਤੇ ਵੱਡੀਆਂ ਸੀ ਪਾਉਣੀਆਂ ਕੀ ਸੀ ਇਸ ਤੇ ਦਰਖਤਾਂ ਨਾਲ ਨਹੀਂ ਸੀ ਪਾਉਣੀਆਂ ਇੱਕ ਦੂਜੇ ਨਾਲ ਓਤ ਪੋਤ ਆ ਦਰਖਤ ਆਕਸੀਜਨ ਦੇ ਦਿੰਦੇ ਨੇ ਸਾਡੀ ਕਾਰਬਨ ਡਾਈਆਕਸਾਈਡ ਦੀ ਉਹਨੂੰ ਲੋੜ ਪੈਂਦੀ ਹੈ ਉਹਦੀ ਸਾਨੂੰ ਲੋੜ ਹੈ ਤੇ ਸਾਡੀ ਉਹਨੂੰ ਲੋੜ ਹੈ ਇੱਕ ਦੂਜੇ ਨਾਲ ਅਸੀਂ ਓਤ ਪੋਤ ਆ ਇਕੱਠੇ ਆ ਜੁੜੇ ਹੋਏ ਆ ਰੁੱਖ ਦਾ ਤੇ ਮਨੁੱਖ ਦਾ ਗਹਿਰਾ ਸੰਬੰਧ ਹੈ ਮਨੁੱਖ ਦਾ ਸੰਬੰਧ ਕਿਉਂ ਨਹੀਂ ਫਿਰ ਸੰਬੰਧ ਤੇ ਰੁੱਖ ਤੇ ਮਨੁੱਖ ਦਾ ਵੀ ਹੈ ਇੱਥੇ ਮਨੁੱਖਤਾ 'ਚ ਵੰਡੀਆਂ ਪਈਆਂ ਨੇ ਲੋਕਾਂ ਨੇ ਅਸੀਂ ਤੇ ਕੁੱਤੇ ਨਾਲ ਵੀ ਰਲੇ ਹੋਏ ਆ ਦਰਖਤ ਨਾਲ ਵੀ ਰਲੇ ਮੈਂ ਕਹਿਣਾ ਇਹ ਚਾਹੁੰਦਾ ਇੱਕ ਓੰਕਾਰ ਨੂੰ ਇਦਾਂ ਸਮਝੋ ਅਸੀਂ ਤੇ ਬੰਦਿਆਂ ਨੂੰ ਅੱਡ ਅੱਡ ਕਰੀ ਫਿਰਦੇ ਹਾਂ ਜਾਤਾਂ ਦੇ ਨਾਂ ਤੇ ਬਰਾਦਰੀਆਂ ਦੇ ਨਾਂ ਤੇ ਸਾਰੀ ਮਨੁੱਖਤਾ ਵੰਡੀ ਪਈ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਕਿ ਤੁਸੀਂ ਸਾਰਾ ਕੁਝ ਹੀ ਇੱਕੋ ਬੰਦੇ ਤੇ ਤੁਸੀਂ ਕੀ ਵੰਡਣੇ ਨੇ ਤੁਸੀਂ ਦਰਖਤਾਂ ਤੇ ਕੁੱਤਿਆਂ ਤੋਂ ਵੀ ਅੱਡ ਨਹੀਂ ਹੋ ਹਰ ਚੀਜ਼ ਮਿਲੀ ਹੋਈ ਹੈ ਇੱਥੇ ਸਾਡੇ ਇੱਥੇ ਦਿਮਾਗ 'ਚ ਇਦਾਂ ਦਾ ਕੁਝ ਭਰਿਆ ਪਿਆ ਅਖੇ ਜੀ 84 ਮਾੜੀ ਹੈ ਜੀ 84 ਤੋਂ ਬਚ ਜੋ ਜੀ ਲੈ ਹੁਣ ਕੌਣ ਸਮਝਾਵੇ 84 ਤੋਂ ਬਚ ਜੋ 84 ਦੇ ਗੇੜ 'ਚ ਨਾ ਫਸ ਜੀ ਕਿਤੇ ਤੇ ਮੈਂ ਪਿੱਛੇ ਜੇ ਇਸ ਸਟੇਜ ਤੇ ਗੱਲ ਬੋਲੀ ਵੀ ਸੀ 84 ਦਾ ਜਿਹੜਾ ਗੇੜ ਚੱਲਦਾ ਹੈ 84 ਮੈਨੂੰ ਜਰਾ ਕੁ ਜਵਾਬ ਦਿਓ ਜੀ ਇਹ ਜਿਹੜੀ 84 ਹੈ ਕਿਸੇ ਬੰਦੇ ਦੀ ਬਣਾਈ ਹੋਈ ਹੈ ਕਿਹਦੀ ਬਣਾਈ ਹੈ ਬੋਲੋ ਬੋਲੋ ਜੀ ਕਿਹਦੀ ਬਣਾਈ ਹੈ ਰੱਬ ਦੀ ਤੇ ਰੱਬ ਮਾੜਾ ਬਣਾ ਸਕਦਾ ਹੈ 84 ਨੂੰ ਮਾੜਾ ਕਹਿ ਕੇ ਰੱਬ ਦਾ ਨਿੰਦਕ ਬਣ ਗਿਆ ਰੱਬ ਦਾ ਨਿੰਦਕ ਲੈ ਤੇਰੀ ਗੱਲ ਮੰਨ ਕੇ 84 ਲੱਖ ਜੂਨਾਂ ਦਾ ਭਲਾ ਹੋ ਜੇ ਆਪਾਂ ਅਰਦਾਸ ਕਰ ਦਿੰਦੇ ਹਾਂ ਸਾਰੇ ਕੀੜੇ ਮਰ ਜਾਣਗੇ ਸਾਰੇ ਜਾਨਵਰ ਮਰ ਜਾਣਗੇ ਕੀ ਬਣਗੇ ਬੰਦੇ ਬਣਗੇ ਪਰ ਬੰਦੇ ਦੀ ਹੋਂਦ ਖਤਮ ਹੋ ਜਾਏਗੀ ਜੇ ਕੀੜੇ ਜਾਨਵਰ ਨਾ ਹੋਏ ਗੰਦਗੀ ਦਾ ਕੀੜਾ ਨਾ ਹੋਇਆ ਗੰਦਗੀ ਕੌਣ ਖਾਏਗਾ ਆ ਦਰਖਤ ਤਾਂ ਨੇ ਆ ਤਿਤਲੀਆਂ ਜਿਹੜੀਆਂ ਫਿਰਦੀਆਂ ਨੇ ਇਹਨਾਂ 'ਚ ਨਰਮ ਮਾਦਾ ਹੈ
ਸਾਡੇ ਉੱਥੇ ਬਾਗ ਲਾਇਆ ਕਹਿੰਦੇ ਨਰ ਇੱਧਰ ਲੱਗਿਆ ਮਾਦਾ ਉੱਧਰ ਲੱਗੀ ਹੈ ਮੈਂ ਕਿਹਾ ਫੇਰ ਕਹਿੰਦੇ ਫਲ ਨਹੀਂ ਲੱਗਣਾ ਇਹਨਾਂ ਨੂੰ ਇਕੱਠੇ ਕਰੋ ਤੇ ਸਾਡੇ ਉਹ ਦਰਖਤ ਪਟਾ ਕੇ ਜਿਹੜੇ ਬੰਦੇ ਸਾਨੂੰ ਤੇ ਜਾਣਕਾਰੀ ਨਹੀਂ ਵੀ ਇਹ ਨਰ ਹੈ ਕਿ ਮਾਦਾ ਹੈ ਸਾਨੂੰ ਕੀ ਪਤਾ ਹੈ ਆਪਾਂ ਨੂੰ ਜਾਣਕਾਰੀ ਨਹੀਂ ਇਹਨਾਂ ਗੱਲਾਂ ਦੀ ਉਧਰੋਂ ਪੱਟ ਕੇ ਉਹਨੂੰ ਇੱਧਰ ਲਾਇਆ ਇੱਧਰ ਲਿਆ ਨੂੰ ਉੱਧਰ ਲਾਇਆ ਕਹਿੰਦੇ ਇਦਾਂ ਇਹਨਾਂ ਨੂੰ ਕਰੋ ਫਿਰ ਵੇਖਿਓ ਫਲ ਆਉਂਦਾ ਪਹਿਲਾਂ ਫਲ ਨਾ ਆਵੇ ਜਦੋਂ ਨੇੜੇ ਨੇੜੇ ਸਾਰਾ ਕੁਝ ਉਹ ਇੰਨਾ ਫਲ ਲੱਗਿਆ ਕਿਉਂਕਿ ਇਹਨਾਂ ਦੇ ਵਿੱਚ ਵੀ ਨਰ ਮਾਦਾ ਨੇ ਆ ਤਿਤਲੀਆਂ ਜਿਹੜੀਆਂ ਉੱਡੀਆਂ ਫਿਰਦੀਆਂ ਨੇ ਨਿੱਕੇ 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 ਤੋਂ ਨਿੱਕੇ ਕੀੜੇ ਦੀ ਵੀ ਇੱਥੇ ਲੋੜ ਸੀ ਤਾਂ ਪੈਦਾ ਕੀਤਾ ਤੂੰ ਕਹੀ ਜਾਂਦਾ 84 ਮਾੜੀ ਨਿੰਦਕ ਬਣਦਾ ਰੱਬ ਦਾ ਪਰ ਮਾਲਕ ਜੀ ਨੇ ਜੋ ਬਣਾਇਆ ਚੰਗਾ ਹੀ ਬਣਾਇਆ ਹੈ ਸਾਨੂੰ ਇਦਾਂ ਜੇ ਜਦੋਂ ਅਸੀਂ ਸੂਰ ਦੇ ਕੋਲੋਂ ਲੰਘਦੇ ਆ ਨਾ ਤੇ ਜਿਵੇਂ ਤੁਹਾਡੇ ਮਾਲਵੇ ਦੀ ਬੋਲੀ ਹੈ ਵੀ ਗਲਾਨ ਜੀ ਆਉਂਦੀ ਹੈ ਇਹ ਨਹੀਂ ਕਹਿੰਦੇ ਅਲਕਤ ਜੀ ਆਉਂਦੀ ਹੈ ਐ ਨਹੀਂ ਨਫ਼ਰਤ ਜੀ ਹੁੰਦੀ ਹੈ ਵੀ ਹਾਏ ਕੀੜੇ ਹਾਏ ਆ ਗੰਦਗੀ ਜੀ ਵਾਲੇ ਕੀੜੇ ਆ ਸੂਰ ਵੇਖੋ ਜੀ ਹੈ ਐ ਜੇ ਕਿਉਂ ਕਰਦਾ ਹੈ ਇਹ ਸਾਰਾ ਕੁਝ ਆਪਾਂ ਇਕੱਠੇ ਹੀ ਹਾਂ ਏਕੋ ਓੰਕਾਰ ਨੂੰ ਇਦਾਂ ਸਮਝੀਦਾ ਇੱਕ ਓੰਕਾਰ ਨੂੰ ਇਦਾਂ ਸਮਝੀਦਾ ਭਾਈ ਤੇਰਾ ਤੇ ਪਿਆਰ ਪੈਣਾ ਚਾਹੀਦਾ ਸੀ ਚੱਲ ਜਿੱਦਣ ਆ ਸਰੀਰ ਤੋਂ ਖਤਮ ਹੋ ਗਿਆ ਕੰਮ ਮਾਲਕਾ ਵੇਖਿਓ ਮਾਲਕਾ ਸੂਰ ਤੈਂ ਬਣਾਏ ਨੇ ਪੰਛੀ ਤੈਂ ਬਣਾਏ ਨੇ ਬਣਾ ਦੇ ਜੋ ਬਣਾਉਣਾ ਹੈ ਜੇ ਪੰਛੀ ਬਣਾਏਗਾ ਤੇ ਆਲਣਾ ਪਾਉਣ ਦਾ ਕਿਵੇਂ ਬਣਾਉਣਾ ਹੈ ਬੱਚੇ ਕਿਵੇਂ ਪਾਲਣੇ ਨੇ ਦਿਮਾਗ ਵੀ ਤੇ ਦੇ ਕੇ ਹੀ ਭੇਜੇਗਾ ਚਿੜੀਆਂ ਵੀ ਆਲਣੇ ਜੇ ਬਣਾਈ ਹੋਈ ਜਾਂਦੀਆਂ ਨੇ ਮੈਨੂੰ ਕੀ ਇਤਰਾਜ਼ ਹੈ ਜੋ ਬਣਾਏਗਾ ਪਰਫੈਕਟ ਬਣਾਏਗਾ ਤੂੰ ਗਲਤੀ ਨਹੀਂ ਕਰ ਸਕਦਾ ਸਤਨਾਮ ਮੇਰਾ ਰੱਬ ਗਲਤੀ ਨਹੀਂ ਕਰਦਾ ਸਾਡਾ ਮਾਲਕ ਗਲਤੀ ਨਹੀਂ ਕਰਦਾ ਰੱਬ ਜੋ ਬਣਾਉਂਦਾ ਹੈ ਯੂਨੀਕ ਬਣਾਉਂਦਾ ਹੈ ਪਰਫੈਕਟ ਬਣਾਉਂਦਾ ਹੈ ਰੱਬ ਨੇ ਕੁਛ ਗਲਤ ਨਹੀਂ ਬਣਾਇਆ ਫਿਰ ਤੁਸੀਂ ਕਹੋਗੇ ਵੀ 84 ਮਾੜੀ ਕਿਵੇਂ ਫਿਰ ਪਹਿਲੀ ਗੱਲ ਇਹ ਵੀ ਸੁਣੋ ਇਹ ਗੁਰੂ ਨਾਨਕ ਜੀ ਦੇ ਆਉਣ ਤੋਂ ਪਹਿਲਾਂ ਦੀ ਗਿਣਤੀ ਕੀਤੀ ਹੋਈ ਹੈ 84 ਲੱਖ ਸਾਡੇ ਗੁਰੂ ਜੀ ਦੀ ਸਟੇਟਮੈਂਟ ਇਹ ਹੈ ਤੇਰਾ ਕੀਤਾ ਜਤੋ ਦਾ ਜਾਣ ਨਹੀਂ ਸਕਦੇ ਵੀ ਤੂੰ ਕੀ ਕੁਛ ਬਣਾਇਆ ਇੱਥੇ ਤੇਰੀ ਕੀਤੇ ਨੂੰ ਅਸੀਂ ਜਾਣ ਨਹੀਂ ਸਕਦੇ 84 ਕਿਉਂ ਕਿਹਾ ਗੁਰਬਾਣੀ 'ਚ ਆਉਂਦਾ ਹੈ 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੁਣ ਕੋ ਤਦਕਾ ਕਈ ਜਗ੍ਹਾ 84 ਲੱਖ ਜੂਨਾਂ ਦਾ ਜ਼ਿਕਰ ਆਉਂਦਾ ਹੈ ਇਹ ਕਿਉਂ ਆਉਂਦਾ ਹੈ ਪ੍ਰਚਲਿਤ ਭਾਸ਼ਾ ਵਰਤਣੀ ਪੈਂਦੀ ਹੈ ਪ੍ਰਚਲਿਤ ਭਾਸ਼ਾ ਗੁਰੂ ਜੀ ਨੇ ਵਰਤੀ ਹੈ ਇੱਧਰ ਸੁਣੋ ਧਿਆਨ ਨਾਲ ਪ੍ਰਚਲਿਤ ਭਾਸ਼ਾ ਨੂੰ ਵਰਤ ਕੇ ਅਰਥ ਆਪਣੇ ਦਿੱਤੇ ਨੇ ਭਾਸ਼ਾ ਪ੍ਰਾਣੀ ਹੈ ਅਰਥ ਨਵੇਂ ਨੇ ਭਾਸ਼ਾ ਪ੍ਰਾਣੀ ਹੈ ਅਰਥ ਨਵੇਂ ਨੇ ਹੁਣ ਭਾਸ਼ਾ ਤੇ ਭੂਤ ਪ੍ਰੇਤ ਹੈ ਅਰਥ ਨਵਾਂ ਹੈ ਜਿੰਨ ਭੂਤ ਪ੍ਰੇਤ ਇਹ ਅਰਥ ਇਹ ਸ਼ਬਦ ਪੁਰਾਣੇ ਹੈ ਇਹਦਾ ਅਰਥ ਨਵਾਂ ਹੈ ਗੁਰਬਾਣੀ ਅਣਹੋਏ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦੀ ਗੁਰਬਾਣੀ ਬੰਦਾ ਹੀ ਵਿਗੜ ਕੇ ਭੂਤ ਬਣਦਾ ਹੈ ਬੰਦਾ ਹੀ ਵਿਗੜ ਕੇ ਜਿੰਨ ਹੈ ਬੰਦਾ ਹੀ ਵਿਗੜ ਕੇ ਪ੍ਰੇਤ ਹੈ ਬੰਦਾ ਹੀ ਸੁਧਰ ਕੇ ਦੇਵਤਾ ਹੈ ਬਾਣੀ ਸੁਧਰੇ ਨੂੰ ਦੇਵਤਾ ਕਹਿੰਦੀ ਹੈ ਤੇ ਵਿਗੜੇ ਨੂੰ ਪ੍ਰੇਤ ਕਹਿੰਦੀ ਹੈ ਗੁਰੂ ਸਾਹਿਬ ਜਿਉਂਦੇ ਬੰਦੇ ਨੂੰ ਵਿਗੜੇ ਨੂੰ ਭੂਤ ਪ੍ਰੇਤ ਕਹਿੰਦੇ ਹੈ ਗੁਰੂ ਸਾਹਿਬ ਦੂਜੇ ਭੂਤ ਪ੍ਰੇਤਾਂ ਦੀ ਹੋਂਦ ਨਹੀਂ ਮੰਨਦੇ ਭਾਵ ਸ਼ਬਦ ਭੂਤ ਪ੍ਰੇਤ ਹੀ ਹੈ ਪਰ ਅਰਥ ਨਵਾਂ ਆ ਆਖੋ ਸਤਨਾਮ ਲੌਜੀਕਲੀ ਬਾਦਲੀ ਜਬਲੀਆਂ ਨਹੀਂ ਬਾਦਲੀ ਗੱਪ ਨਹੀਂ ਬਾਦਲੀ ਬਾਦਲੀ ਜੀ ਗੱਪ ਨਹੀਂ ਕੋਈ ਜਬਲੀ ਨਹੀਂ ਹਰ ਗੱਲ ਦੀ ਦਲੀਲ ਲੌਜਿਕ ਭੂਤ ਪ੍ਰੇਤ ਸ਼ਬਦ ਪੁਰਾਣਾ ਹੈ ਅਰਥ ਨਵਾਂ ਹੈ ਗੁਰੂ ਜੀ ਉਹਨੂੰ ਨਵੇਂ ਅਰਥਾਂ ਦੇ ਵਿੱਚ ਪੇਸ਼ ਕਰਦੇ ਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵੱਖਰੇ ਹੈ ਇਸੇ ਕਰਕੇ ਵੱਖਰੀ ਕੌਮ ਬਣ ਜਾਂਦੀ ਜਦੋਂ ਗੁਰਬਾਣੀ ਨਾਲ ਜਿਹੜਾ ਜੁੜ ਗਿਆ ਉਹ ਵੱਖਰੀ ਸੋਚ ਦਾ ਮਾਲਕ ਬਣ ਜਾਂਦਾ ਕਹਿੰਦੇ ਤੂੰ ਕੀ ਪੜ੍ਹ ਲਿਆ ਗੱਲਾਂ ਹੀ ਵੱਖਰੀਆਂ ਜਿਹਾ ਕਰਨ ਲੱਗ ਗਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਆਖੋ ਸਤਨਾਮ ਸ੍ਰੀ ਵਾਹ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਤਾਂ ਵੱਖਰੀਆਂ ਗੱਲਾਂ ਕਰਦੇ ਹਾਂ ਅਸੀਂ ਕਮਲੇ ਵੱਖਰੀਆਂ ਕਿੱਥੋਂ ਲੱਗੇ ਕਰਨ ਗੁਰਬਾਣੀ ਦੀ ਗੱਲ ਹੀ ਵੱਖਰੀ ਕਰਦੀ ਹੈ ਸਾਨੂੰ ਗੁਰਬਾਣੀ ਵੱਖਰਾ ਕਰ ਦਿੰਦੀ ਹੈ ਸਾਰਿਆਂ ਨਾਲੋਂ ਹਟ ਕੇ ਵੀ ਗੱਲ ਹੀ ਬੜੀ ਕਮਾਲ ਦੀ ਹੈ ਸਮਝ ਹੀ ਨਹੀਂ ਆਈ ਸਮਝਾਇਆ ਨਹੀਂ ਸਮਝਾਇਆ ਨਹੀਂ 84 ਫਿਰ ਮਾੜੀ ਕਿਹੜੀ ਹੈ ਮਾੜੀ 84 ਹੈ ਜੀ ਜਦੋਂ ਬੰਦੇ ਦੇ ਅੰਦਰ 84 ਚੱਲਦੀ ਹੈ ਜਿਹੜੀ ਅੰਦਰ 84 ਚੱਲਦੀ ਹੈ ਭੂਤ ਪ੍ਰੇਤ ਬਾਹਰਲਾ ਨਹੀਂ ਬੰਦਾ ਵਿਗੜ ਕੇ ਭੂਤ ਪ੍ਰੇਤ ਹੈ ਸਾਰੇ ਟੱਬਰ ਨੂੰ ਚਿੰਬੜ ਜਾਂਦਾ ਸਾਰੇ ਪਿੰਡ ਨੂੰ ਕਈ ਭੂਤ ਚਿੰਬੜੇ ਹੋਏ ਹੈ ਸਾਡੇ ਦੇਸ਼ ਨੂੰ ਕਈ ਭੂਤ ਚਿੰਬੜੇ ਹੋਏ ਆ ਆਖੋ ਸਤਨਾਮ ਇਦਾਂ ਸਮਝ ਲਓ ਘਰ ਨੂੰ ਜਿਹੜਾ ਬੰਦਾ ਖਾ ਜੇ ਲੁੱਟ ਕੇ
ਮਾਂ ਨੂੰ ਤੰਗ ਕਰੇ ਪਿਓ ਨੂੰ ਤੰਗ ਕਰੇ ਤੇ ਆਪਾਂ ਕਹਿੰਦੇ ਨਹੀਂ ਵੀ ਯਾਰ ਸਾਡਾ ਇਹ ਇਹਦੇ ਚਿੰਬੜ ਗਿਆ ਮਾਂ ਪਿਓ ਨੂੰ ਕੁੱਟਦਾ ਮਾਂ ਨੂੰ ਮਾਰਦਾ ਤੇ ਚਿੰਬੜ ਗਿਆ ਜਿਹੜੇ ਦੇਸ਼ ਨੂੰ ਲੁੱਟ ਕੇ ਖਾ ਕੇ ਦੇਸ਼ ਨੂੰ ਭੂਤ ਲੱਗੇ ਹੋਏ ਇਦਾਂ ਕਹਿ ਲੋ ਗੁਰਬਾਣੀ ਬੰਦੇ ਨੂੰ ਵਿਗੜੇ ਨੂੰ ਭੂਤ ਪ੍ਰੇਤ ਦੱਸਦੀ ਏ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿਨ੍ਹਾਂ ਦਾ ਸਿਕਦਾਰ ਕੱਲ ਮਹਿ ਪ੍ਰੇਤ ਜਿਹਨੇ ਰਾਮ ਨਾਲ ਪਛਾਤਾ ਉਹ ਕੱਲ ਵਿੱਚ ਕਲਯੁਗ ਵਿੱਚ ਪ੍ਰੇਤ ਨੇ ਕਹਿ ਲੋ ਜਹ ਕਰ ਸਾਧ ਨ ਸੇਵੀਏ ਹਰ ਕੀ ਪੂਜਾ ਨਾਹੇ ਤਹ ਘਰ ਮਰਹਟ ਸਾਰਖੇ ਭੂਤ ਵਸਹਿ ਤਿਨ ਵਾਹੇ ਇੱਕ ਜਗ੍ਹਾ ਨਹੀਂ ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚ ਇਦਾਂ ਦੇ ਮਿਲ ਜਾਣਗੇ ਜਿੱਥੇ ਗੁਰੂ ਸਾਹਿਬ ਨੇ ਬੰਦੇ ਵਿਗੜੇ ਨੂੰ ਭੂਤ ਪ੍ਰੇਤ ਦੱਸਿਆ ਤੇ ਬੰਦਾ ਸੁਧਰਿਆ ਜਦੋਂ ਉਹਦੀ ਬਿਰਤੀ ਬਦਲ ਗਈ ਉੱਥੋਂ ਹੀ ਗੁਰੂ ਜੀ ਕਹਿੰਦੇ ਦੇਵੀ ਗੁਣ ਆ ਗਏ ਲੈ ਦੇਵਤਾ ਬਣ ਗਿਆ ਦੇਵਤੇ ਪੂਜਣ ਮੰਨਣ ਦੀ ਲੋੜ ਨਹੀਂ ਦੇਵਤੇ ਬਣਨ ਦੀ ਲੋੜ ਹੈ ਜਿਨ ਮਾਨਸ ਤੇ ਦੇਵਤੇ ਕੀਏ ਗੁਰੂ ਨੇ ਬੰਦਿਆਂ ਤੋਂ ਦੇਵਤੇ ਬਣਾ ਦਿੱਤਾ ਕਰਤ ਨਾ ਲਾਗੀ ਵਾਰ ਕਹਿੰਦੇ ਦੇਰ ਨਹੀਂ ਲਾਉਂਦਾ ਦੇਰ ਨਹੀਂ ਲਾਉਂਦਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਤਵਾਰ ਬਲਿਹਾਰੇ ਜਾਓ ਗੁਰੂ ਦੇ ਸੱਚੇ ਗਿਆਨ ਤੋਂ ਜਿਵੇਂ ਆਪਾਂ ਕਈ ਵਾਰੀ ਟੀਚਰ ਨੂੰ ਕਹਿ ਦਿੰਦੇ ਹਾਂ ਵੀ ਇੰਨਾ ਸੋਹਣਾ ਪੜ੍ਹਾਇਆ ਸਾਡੇ ਨਿਆਣੇ ਨੂੰ ਬੰਦਾ ਬੰਦਾ ਬਣਾਤਾ ਇਹਨੇ ਬੰਦਾ ਬਣਾਤਾ ਐ ਸਮਝਾਇਆ ਕਮਾਲ ਕਰਤੀ ਗੁਰੂ ਸਾਹਿਬ ਸਾਨੂੰ ਇਨਸਾਨ ਬਣਾਉਂਦੇ ਐ ਸਾਨੂੰ ਦੇਵਤੇ ਬਣਾਉਂਦੇ ਐ ਵਿਗੜਿਆ ਭੂਤ ਪ੍ਰੇਤ ਸੁਧਰਿਆ ਦੇਵਤਾ ਹੁਣ ਗੱਲ ਕੀ ਚੱਲਦੀ ਸੀ ਵੀ 84 ਫਿਰ ਮਾੜੀ ਕਿਵੇਂ ਹੋਈ ਇਹ ਇਦਾਂ ਹੈ ਭਾਈ ਕਿ 84 ਮਾੜੀ ਅੰਦਰਲੀ ਹੈ ਜਦੋਂ ਇਨਸਾਨੀਅਤ ਦੇ ਤਲ ਤੋਂ ਗਿਰਦਾ ਹੈ ਬੰਦਾ ਜਿਵੇਂ ਹੁਣ ਕੁੱਤਾ ਕੁੱਤਿਆਂ ਵਾਲੇ ਕੰਮ ਕਰੇ ਕੁੱਤਾ ਗਧਿਆਂ ਵਾਲੇ ਕੰਮ ਕਿਉਂ ਕਰਦਾ ਹੈ ਕੁੱਤਾ ਜੇ ਹੁਣ ਸੂਰ ਦਾ ਸਾਨੂੰ ਪਤਾ ਹੈ ਵੀ ਸੂਰ ਤੇ ਚਿੱਕੜ ਤੇ ਲੇਟਦਾ ਹੈ ਤੇ ਜੇ ਕੁੱਤਾ ਵੀ ਚਿੱਕੜ ਚ ਸਾਰਾ ਦਿਨ ਲੇਟਦਾ ਰਵੇ ਫਿਰ ਗੱਲ ਗਲਤ ਹੋ ਗਈ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਐ ਤੂੰ ਬੰਦਾ ਬਣਿਆ ਰਹਿ ਤੂੰ ਗਿਆਨ ਨਾ ਲੈਣ ਕਰਕੇ ਤੂੰ ਕਿਉਂ ਕੁੱਤਾ ਗਧਾ ਸੱਪ ਸੂਰ ਬਣਿਆ ਫਿਰਦਾ ਹੈ ਤੂੰ ਅੰਦਰੋਂ 84 ਚ ਨਾ ਪਏ ਬਾਹਰ ਵਾਲੇ ਸਿਸਟਮ ਦੇ ਵਿੱਚ ਪੰਗਾ ਨਾ ਲਈ ਸਭ ਕੁਝ ਠੀਕ ਹੀ ਚੱਲ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਲਕ ਦਾ ਨਿੰਦਕ ਨਾ ਬਣ ਜੀ 84 ਤੂੰ ਮਾੜੀ ਕਹਿ ਕੇ ਰੱਬ ਜੀ ਦਾ ਨਿੰਦਕ ਨਾ ਬਣੀ ਮਾਲਕ ਦਾ ਨਿੰਦਕ ਨਾ ਬਣੀ ਸਭ ਕੁਝ ਇਕੱਠੇ ਹੀ ਹੋ ਤੁਸੀਂ ਏਕ ਨੂਰ ਹੀ ਹੈ ਸਾਰਾ ਇੱਕੋ ਹੀ ਵਾਈਬ੍ਰੇਸ਼ਨ ਹੈ ਸਾਰੇ ਪਾਸੇ ਇੱਕੋ ਹੀ ਵੇਵਸ ਨੇ ਤਰੰਗਾਂ ਚੱਲ ਰਹੀਆਂ ਨੇ ਤਰੰਗਾਂ ਊਰਜਾ ਦੀਆਂ ਤਰੰਗਾਂ ਚੱਲ ਰਹੀਆਂ ਨੇ ਉਹੀ ਤਰੰਗਾਂ ਸ਼ੇਪ ਬਦਲ ਰਹੀਆਂ ਨੇ ਸ਼ੇਪ ਤਰੰਗ ਇੱਕੋ ਹੀ ਹੈ ਇੱਕੋ ਹੀ ਤਰੰਗ ਹੈ ਜਿਹੜੀ ਸ਼ੇਪ ਬਦਲ ਰਹੀ ਹੈ ਬਾਰ ਬਾਰ ਉਹਦਾ ਨਿੰਦਕ ਨਾ ਬਣ ਜੀ ਕਿਤੇ ਰੱਬ ਦਾ ਮਾਲਕ ਦਾ 84 ਅੰਦਰ ਵਾਲੀ ਖਤਮ ਕਰ ਵੀ ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਕਰ ਬੰਦਾ ਬਣ ਕੇ ਕੁੱਤਾ ਗਧਾ ਕਿਉਂ ਬਣਿਆ ਫਿਰਦਾ ਬੰਦਾ ਬਣ ਕੇ ਸੱਪ ਕਿਉਂ ਬਣਿਆ ਫਿਰਦਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਸੱਪ ਵਰਗੀ ਤੂੰ ਵਿਸ਼ ਵਿਸ਼ ਘੋਲਦਾ ਹਰ ਵੇਲੇ ਗੁਰੂ ਜੀ ਕਹਿੰਦੇ ਗੁਰ ਮੰਤਰ ਗੁਰੂ ਦੇ ਗਿਆਨ ਤੋਂ ਮੰਤਰ ਮਤਲਬ ਗਿਆਨ ਜਿਹੜਾ ਹੀਣਾ ਬੰਦਾ ਹੈ ਗੁਰ ਮੰਤਰ ਹੀਣਸ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਣਾ ਹੈ ਕਹਿੰਦੇ ਭ੍ਰਿਸ਼ਟਿਆ ਹੋਇਆ ਹੈ ਕੁਕਰੈ ਸੂਕਰੈ ਗਰਦ ਪੈ ਕਾਕੈ ਸਰਪਨ ਹੈ ਤੁਲ ਖਲੈ ਕਹਿੰਦੇ ਉਹ ਮੂਰਖ ਸੱਪਾਂ ਦੇ ਤੋਲੇ ਗਧਿਆਂ ਦੇ ਤੋਲੇ ਸੂਰਾਂ ਦੇ ਤੋਲੇ ਕਾਵਾਂ ਦੇ ਤੋਲੇ ਕੌਣ ਉਹ ਮੂਰਖ ਕਹਿੰਦੇ ਪਸ਼ੂਆਂ ਦੇ ਤੋਲੇ ਜਿਹੜਾ ਗੁਰੂ ਦੇ ਗਿਆਨ ਤੋਂ ਹੀਣਾ ਰਹਿ ਗਿਆ ਗਿਆਨ ਤੋਂ ਹੀਣਾ ਹੋਣ ਕਰਕੇ ਕਹਿੰਦੇ ਨੀਵਾਂ ਹੀ ਰਹਿ ਗਿਆ ਭਾਵ ਇਨਸਾਨੀਅਤ ਇਹਦੇ ਅੰਦਰ ਜੰਮੀ ਹੋਈ ਨਹੀਂ ਵੇਖਣ ਨੂੰ ਬੰਦਾ ਲੱਗਦਾ ਸੀ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਹੋਰ ਪ੍ਰਮਾਣ ਚਾਹੀਦੇ ਦੱਸੋ ਗੁਰੂ ਸਾਹਿਬ ਕਲੀਅਰ ਕਹਿੰਦੇ ਐ ਸਾਡੇ ਵੀ ਸਾਡੇ ਵਾਲੇ ਵੀ ਸਿੱਖ ਸਾਡੀ 84 ਕੱਟੀ ਜਾਵੇ ਕਿਵੇਂ ਨਾ ਕਿਵੇਂ ਲੈ ਕਿੱਥੋਂ ਸਿੱਖ ਲਿਆ ਸੀ ਭਲੇਖਾ ਕਿਵੇਂ ਪੈ ਗਿਆ 84 ਕਟਾਓ ਅੰਦਰ ਵਾਲੀ ਜੇ ਤੇਰੀ ਅੰਦਰ ਵਾਲੀ ਕੱਟੀ ਗਈ ਬਾਹਰ ਵਾਲੀ ਤੇ ਕੱਟੀ ਕਟਾਈ ਹੋਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਹਰ ਦਾ ਤੇ ਸਿਸਟਮ ਹੈ ਹੀ ਬੜਾ ਕਮਾਲ ਦਾ ਮਾਲਕ ਦਾ ਸਿਸਟਮ ਤੇ ਹੈ ਹੀ ਬੜਾ ਕਮਾਲ ਦਾ ਉਹ ਤੇ ਹੈ ਹੀ ਬਾ ਕਮਾਲ ਉਹਨੂੰ ਤੇ ਅਸੀਂ ਵਾਹਿਗੁਰੂ ਕਹਿੰਦੇ ਆ ਵਾਹ ਵਾਹ ਕਹਿੰਦੇ ਆ ਉਹ ਤੇ ਕਮਾਲ ਦਾ ਹੈ ਤੂੰ ਆਪਣੇ ਅੰਦਰ ਵਾਲੀ 84 ਦੀ ਗੱਲ ਕਰ ਜੇ ਕਰਨੀ ਹੈ ਅੰਦਰੋਂ ਨਾ ਕੁੱਤਾ ਗਧਾ ਸੱਪ ਸੂਰ ਬਣਿਆ ਰਹੀ ਕਿਤੇ ਅੰਦਰ ਵਾਲਾ ਇਨਸਾਨ ਨਾ ਮਰ ਜੇ ਤੇਰਾ ਕਿਤੇ ਸਰੀਰ ਹੀ ਬੰਦੇ ਦਾ ਰਹਿ ਜੇ ਅੰਦਰ ਹੋਰ ਹੀ ਕੁਛ ਪੈਦਾ ਹੋ ਜੇ ਸਿੱਧਾ ਸਿੱਧਾ ਜਿਹਾ ਗੁਰਬਾਣੀ ਦਾ ਗਿਆਨ ਬੜਾ ਸਿੱਧਾ ਸਿੱਧਾ ਹੈ ਐਵੇਂ ਹੀ ਬਸ ਉਲਝਾਈ ਜੇ ਜਾਂਦੇ ਆ ਉਲਝਣ ਵਾਲੀ ਉਲਝਾਉਣ ਵਾਲੀ ਗੱਲ ਨਹੀਂ ਸੀ ਗੱਲ ਬੜੀ ਕਲੀਅਰ ਕਲੀਅਰ ਸੀ ਪਰ ਸਾਡੇ ਕੀ ਹੋਇਆ ਕਿ ਉਹ ਕਲਿੱਕ ਨਹੀਂ ਕੀਤੀ
ਸਮਝ ਨਹੀਂ ਆਈ ਤੇ ਜਿੱਦਣ ਤੁਹਾਡੇ ਸਮਝ ਚ ਆ ਗਈ ਨਾ ਮੇਰੇ ਵੀਰੋ ਭਾਈਓ ਗੱਲ ਕਲੀਅਰ ਜੀ ਸੁਣੋ ਜਿੱਦਣ ਤੁਹਾਡੇ ਸਮਝ ਚ ਆਈ ਗੱਲ ਇਹ ਪੂਰੇ ਦਾ ਪੂਰਾ ਪੈਕੇਜ ਹੀ ਮਿਲਦਾ ਹੈ ਇੱਕ ਗੱਲ ਸਮਝ ਆ ਜੇ ਸਾਰੀ ਸਮਝ ਆ ਜੂ ਇੱਕ ਗੱਲ ਇਦਾਂ ਇਦਾਂ ਸੋਚਣ ਦਾ ਨਜ਼ਰੀਆ ਬਣ ਜੇ ਐਂਗਲ ਬਣ ਜੇ ਸਾਰਾ ਕੁਝ ਹੀ ਤੁਹਾਡੇ ਕਲੀਅਰ ਹੋਣ ਲੱਗ ਜਾਣਾ ਹੈ ਸਭ ਕੁਝ ਅੱਜ ਕਈ ਵਾਰੀ ਮੇਰੀਆਂ ਗੱਲਾਂ ਉਪਰੀਆਂ ਉਪਰੀਆਂ ਲੱਗਦੀਆਂ ਕਈਆਂ ਨੂੰ ਜਦੋਂ ਸੁਣਨਗੇ ਨਾ ਇੱਕਦਮ ਤੇ ਇੰਜ ਲੱਗਦਾ ਵੀ ਯਾਰ ਹੋਰ ਹੀ ਕੁਝ ਸੁਣਾਈ ਜਾਂਦੇ ਨੇ ਵੀ ਇਹ ਗੱਲ ਜਿਹੜੀ ਇੱਕ ਪਰ ਜੇ ਸਹੀ ਢੰਗ ਨਾਲ ਸਮਝੋਗੇ 2-4 ਮਹੀਨੇ ਆਪ ਬਾਣੀ ਪੜ੍ਹ ਕੇ ਫਿਰ ਹੌਲੀ ਹੌਲੀ ਸਮਝ ਆਏਗੀ ਫਿਰ ਕਹਿਣਗੇ ਵੀ ਗੱਲ ਠੀਕ ਹੈ ਮੈਨੂੰ ਕਈ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਦੋਂ ਮੈਂ ਇਸ ਐਂਗਲ ਤੋਂ ਬਾਣੀ ਨੂੰ ਸਮਝਣ ਲੱਗਿਆ ਮੈਂ ਕਈ ਵਾਰੀ ਗੁਰਬਾਣੀ ਦੀ ਕਥਾ ਦੀਵਾਨ ਵਿੱਚ ਵਿਚਾਰ ਕਰਦਾ ਜਦੋਂ ਤੇ ਮੈਨੂੰ ਕਈਆਂ ਦੇ ਫੋਨ ਆਉਂਦੇ ਬਾਹਰੋਂ ਵੀ ਬਾਬਾ ਜੀ ਤੁਸੀਂ ਆਹ ਕੀ ਲੱਗ ਕੇ ਕਰਨ ਤੇ ਹੁਣ ਜਦੋਂ 2 ਸਾਲ ਲੰਘ ਗਏ ਹੁਣ ਮੈਨੂੰ ਕਹਿਣਗੇ ਆਹ ਹੁਣ ਗੱਲ ਹੁਣ ਸਾਡੇ ਸਮਝ 'ਚ ਪੈ ਗਈ ਉਦੋਂ ਸਾਨੂੰ ਸਮਝ 'ਚ ਨਹੀਂ ਸੀ ਪੈਂਦੀ ਕਿਉਂਕਿ ਕੱਚੀ ਲੱਸੀ ਜ਼ਿਆਦਾ ਪੀਤੀ ਹੈ ਕੱਚੀ ਲੱਸੀ ਜ਼ਿਆਦਾ ਪੀਤੀ ਹੈ ਤੇ ਜਿੱਦਣ ਅਸੀਂ ਉਹ ਜਿਵੇਂ ਹੁਣ ਪਿੰਡ ਦਾ ਸੀ ਸ਼ਹਿਰ ਵਸ ਗਿਆ ਜਾ ਕੇ ਇੱਕ ਦਿਨ ਪਿੰਡ ਆਇਆ ਤੇ ਬੇਬੇ ਨੇ ਕੜੀ ਵਾਲਾ ਗਲਾਸ ਭਰ ਕੇ ਦੁੱਧ ਦਾ ਪਿਆ ਦਿੱਤਾ ਸਾਰੀ ਰਾਤ ਸੌ ਨਾ ਸਕਿਆ ਸਵੇਰ ਨੂੰ ਕਹਿੰਦਾ ਬੇਬੇ ਦੁੱਧ ਬਹੁਤ ਖਰਾਬ ਸੀ ਕਹਿੰਦੇ ਕੀ ਹੋ ਗਿਆ ਕਹਿੰਦੇ ਮੈਂ ਤੇ ਸਾਰੀ ਰਾਤ ਸੁੱਤਾ ਹੀ ਨਹੀਂ ਮੇਰਾ ਤੇ ਪੇਟ ਹੀ ਖਰਾਬ ਹੋ ਗਿਆ ਉਹ ਬੇਬੇ ਕਹਿਣ ਲੱਗੀ ਮੁੰਡਿਆ ਦੁੱਧ ਬੜਾ ਵਧੀਆ ਸੀ ਤੂੰ ਕੱਚੀ ਲੱਸੀ ਪੀਣ ਗਿਜਿਆ ਤੈਨੂੰ ਤਾਂ ਹਜ਼ਮ ਨਹੀਂ ਆਇਆ ਤੂੰ ਕੱਚੀ ਲੱਸੀ ਪੀਣਾ ਤੈਨੂੰ ਤਾਂ ਹਜ਼ਮ ਨਹੀਂ ਆਇਆ ਸੱਚ ਦਾ ਗਿਆਨ ਭਾਈ ਉਹਨਾਂ ਲੋਕਾਂ ਨੂੰ ਹਜ਼ਮ ਨਹੀਂ ਆਉਂਦਾ ਜਿਹੜੇ ਕੱਚੀ ਲੱਸੀ ਪੀਣ ਗਿਜੇ ਐ ਆਦਤ ਹੀ ਸ਼ੁਰੂ ਤੋਂ ਲੈ ਕੇ ਆਪਣੀ ਗੱਲ ਵੀ ਮੈਂ ਕਰਦਾ ਆਪਾਂ ਸਾਰੇ ਗਿਜੇ ਹੀ ਕੱਚੀ ਲੱਸੀ ਪੀਣਾ ਜਿੱਦਣ ਖਾਲਸ ਦੁੱਧ ਮਿਲਦਾ ਹੈ ਉਦਣ ਹੀ ਹਜ਼ਮ ਨਹੀਂ ਹੁੰਦਾ ਫਿਰ ਕਈਆਂ ਦੇ ਹਾਜ਼ਮਾ ਬਣਾਉਣਾ ਪੈਂਦਾ ਹੈ 2-4 ਮਹੀਨੇ 2-4 ਸਾਲ ਵੀ ਲੱਗ ਜਾਂਦੇ ਆ ਜਦੋਂ ਹਾਜ਼ਮਾ ਜਿਹਾ ਬਣ ਜਾਂਦਾ ਹੈ ਫਿਰ ਗੱਲ ਪਕੜ ਚ ਆਉਣ ਲੱਗ ਜਾਂਦੀ ਹੈ ਫਿਰ ਪੁਰਾਣੀਆਂ ਸਾਰੀਆਂ ਰਵਾਇਤਾਂ ਟੁੱਟਦੀਆਂ ਨੇ ਫਿਰ ਪਰੰਪਰਾਵਾਦੀ ਜਿਹੜੀ ਸੋਚ ਬਣੀ ਹੈ ਖਤਮ ਹੁੰਦੀ ਹੈ ਫਿਰ ਆਪਣਾ ਰਾਹ ਬਣਦਾ ਆਪਣਾ ਵੱਖਰਾ ਨਾਨਕ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਫਿਰ ਵੱਖਰਾ ਰਾਹ ਬਣੂ ਫਿਰ ਪਰੰਪਰਾਵਾਦੀ ਸੋਚ ਖਤਮ ਹੋ ਜਾਏਗੀ ਫਿਰ ਜਿਹੜੀਆਂ ਗੱਲਾਂ ਕਰਦੇ ਆ ਵੀ ਉਹ ਇਦਾਂ ਕਹਿੰਦੇ ਨੇ ਉਹ ਇਦਾਂ ਤੁਰਿਆ ਆਉਂਦਾ ਜੀ ਜਿਹੜਾ ਅੱਗੇ ਅੱਗੇ ਖਤਮ ਹੋ ਜਾਏਗਾ ਆਪਣਾ ਰਾਹ ਬਣਾਓ ਤੁਹਾਡੀ ਗੁਰਬਾਣੀ ਨੇ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਹੈ ਤੁਹਾਡੇ ਮਾਈਂਡ ਨੂੰ ਡਿਵੈਲਪ ਕਰਨਾ ਹੈ ਗੁਰੂ ਜੀ ਸਾਡੀ ਪਰਸਨੈਲਿਟੀ ਡਿਵੈਲਪ ਕਰਦੇ ਆ ਗੁਰਬਾਣੀ ਦਾ ਸੱਚਾ ਗਿਆਨ ਹਰ ਗੱਲ ਲੌਜਿਕ ਵਾਲੀ ਕੋਈ ਜਵਾਬ ਨਹੀਂ ਦੇ ਸਕਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਗੁਰੂ ਜੀ ਜਾ ਕੇ ਖੁਦ ਗੱਲ ਕਰਦੇ ਸੀ ਬਚਨ ਕਰਦੇ ਸੀ ਤੇ ਕੋਈ ਨਹੀਂ ਸੀ ਬੋਲ ਸਕਦਾ ਉਹਨਾਂ ਦੇ ਸਾਹਮਣੇ ਬਸ ਮੈਂ ਇਸੇ ਕਰਕੇ ਰੌਲਾ ਲਗਾਤਾਰ ਪਾ ਰਿਹਾ ਵੀ ਰੁਮਾਲੇ ਬਹੁਤ ਚੜਾਏ ਐ ਬਹੁਤ ਚੜਾਏ ਐ ਬਹੁਤ ਚੜਾਏ ਐ ਚੜਾਇਆ ਕਰੋ ਰੁਮਾਲੇ ਚੜਾਉਣੇ ਨਾ ਛੱਡੋ ਪਰ ਰੁਮਾਲਾ ਹੁਣ ਚੁੱਕ ਕੇ ਵੇਖਣ ਦੀ ਆਦਤ ਪਾਓ ਵੀ ਕੀ ਲਿਖਿਆ ਕਦੇ ਰੁਮਾਲਾ ਚੁੱਕ ਕੇ ਤੇ ਵੇਖ ਕਦੀ ਤੇ ਵੇਖ ਰੱਬ ਜੀ ਦਾ ਗੁਣ ਕੀ ਹੈ ਜੀ ਪਹਿਲਾ ਇੱਕ ਓੰਕਾਰ ਇਹ ਰੱਬ ਜੀ ਦਾ ਗੁਣ ਹੈ ਇਹਦਾ ਮਤਲਬ ਇਹ ਸਾਡਾ ਹੀ ਗੁਣ ਹੈ ਇਹਨੂੰ ਪ੍ਰਗਟ ਕਰੋ ਜਦੋਂ ਤੁਹਾਡੇ ਮਾਫ ਕਰਨਾ ਸਾਡੇ ਸਾਰਿਆਂ ਦੇ ਤੁਹਾਡੇ ਸਾਡੇ ਇੱਕੋ ਹੀ ਗੱਲ ਹੈ ਆਪਣੇ ਸਾਰਿਆਂ ਦੇ ਜਦੋਂ ਆ ਪੂਰੇ ਦਾ ਪੂਰਾ ਕਨਸੈਪਟ ਦਿਮਾਗ ਵਿੱਚ ਬਹਿ ਗਿਆ ਵੀ ਇੱਕ ਹੀ ਹੈ ਸਾਰੇ ਪਾਸੇ ਏਕਤਾ ਸਾਡੇ ਅੰਦਰ ਇੱਕ ਸਾਰਤਾ ਆ ਗਈ ਉਸ ਇੱਕ ਨੂੰ ਸਮਝ ਕੇ ਇੱਕ ਸਾਰਤਾ ਆ ਗਈ ਅਸੀਂ ਜਾਤਾਂ ਪਾਤਾਂ ਵਾਲੇ ਪਾਸਿਓਂ ਇੱਕ ਹੋ ਗਏ ਫਿਰ ਪਸ਼ੂ ਪੰਛੀਆਂ ਵਿੱਚ ਵੀ ਇੱਕ ਸਾਰਤਾ ਸੀ ਮੰਨ ਲਈ ਜਿੱਦਣ ਉਦਣ ਸਮਝੀ ਵੀ ਇੱਕ ਓੰਕਾਰ ਤੇਰੇ ਸਮਝ ਚ ਆਇਆ ਉਦਣ ਤੂੰ ਗੁਣ ਗਾਉਣ ਵਾਲਾ ਬਣਿਆ ਇੱਕ ਓੰਕਾਰ ਉਦਣ ਅਸਲ ਚ ਤੇਰਾ ਬੋਲਿਆ ਮੰਨਿਆ ਜਾਏਗਾ ਉਦੋਂ ਪਹਿਲਾਂ ਨਹੀਂ ਉਦੋਂ ਪਹਿਲਾਂ ਨਹੀਂ ਭਾਈ ਪਹਿਲਾਂ ਗੁਣ ਹੈ ਰੱਬ ਦਾ ਮਾਲਕ ਜੀ ਇੱਕ ਹੈ ਉਹ ਇੱਕ ਹੈ ਤੇ ਸਰਬ ਵਿਆਪਕ ਇਹ ਤੇਰਾ ਹੀ ਗੁਣ ਹੈ ਤੂੰ ਹੀ ਸਾਰੇ ਪਾਸੇ ਹੈ ਭਾਵ ਕਿ ਲਹਿਰ ਤੇ ਤੂੰ ਹੈ ਹੀ ਹੈ ਤੇ ਲਹਿਰ ਵੇਖਣ ਨੂੰ ਅੱਡ ਵੀ ਲੱਗਦੀ ਹੈ ਤੇ ਸਮੁੰਦਰ ਦਾ ਹਿੱਸਾ ਵੀ ਹੁੰਦੀ ਹੈ ਨਾਮ ਹੀ ਲਹਿਰ ਤੇ ਸਮੁੰਦਰ ਦੋ ਨੇ ਲਹਿਰ ਹੋਰ ਲੱਗਦੀ ਹੈ ਲਹਿਰ ਦਾ ਨਾਂ ਹੋਰ ਹੈ ਲਹਿਰ ਤੇ ਇੱਕ ਸਮੁੰਦਰ ਸਾਗਰ ਪਰ ਲਹਿਰ ਤੇ ਸਾਗਰ ਅੱਡ-ਅੱਡ ਨਹੀਂ ਦੋਵੇਂ ਇੱਕ ਹੀ ਨੇ ਸੂਰਜ ਤੇ ਕਿਰਨ ਦੋ ਨੇ ਦੋ ਥੋੜਾ ਨੇ ਇੱਕ ਹੀ ਨੇ ਹੁਣ ਜਰਾ ਕੁ ਜਵਾਬ ਦਿਓ ਜੀ
ਕਿਰਨ ਬਿਨਾ ਸੂਰਜ ਬਿਨਾ ਕਿਰਨ ਦੀ ਕੋਈ ਆਪਣੀ ਹਸਤੀ ਹੋ ਸਕਦੀ ਹੈ ਬੋਲੋ ਨਹੀਂ ਸੂਰਜ ਤੋਂ ਬਿਨਾ ਕਿਰਨ ਦੀ ਕੋਈ ਆਪਣੀ ਹਸਤੀ ਹੋ ਸਕਦੀ ਹੈ ਇਸੇ ਤਰ੍ਹਾਂ ਦੱਸੋ ਲਹਿਰ ਦੀ ਸਮੁੰਦਰ ਤੋਂ ਬਿਨਾ ਕੋਈ ਆਪਣੀ ਹਸਤੀ ਹੋ ਸਕਦੀ ਹੈ ਬੋਲੋ ਜੀ ਨਹੀਂ ਫਲ ਦੀ ਸੇਬ ਦੀ ਦਰਖਤ ਤੋਂ ਬਿਨਾ ਆਪਣੀ ਕੋਈ ਹਸਤੀ ਹੋ ਸਕਦੀ ਹੈ ਨਹੀਂ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਤੂੰ ਆਪ ਐਵੇਂ ਹੋਮੇ ਹੋਮੇ 'ਚ ਬਣਿਆ ਫਿਰਦਾ ਮੈਂ ਆਹ ਹੋ ਗਿਆ ਮੈਂ ਆਹ ਹੋ ਗਿਆ ਤੇਰੀ ਅਲੱਗ ਹਸਤੀ ਨਹੀਂ ਹੋ ਸਕਦੀ ਤੂੰ ਜਿਵੇਂ ਦਰਖਤ ਮਾਨ ਫਲ ਮਾਨ ਕਰਕੇ ਬਹਿ ਜੇ ਸੇਬ ਕਵੇ ਵੀ ਮੈਂ ਹੀ ਹਾਂ ਉਹਨੂੰ ਕਹਿਣਾ ਪਏਗਾ ਮੂਰਖਾ ਤੂੰ ਕਿੱਥੋਂ ਹੈ ਤੂੰ ਤੇ ਦਰਖਤ ਨਾਲ ਲੱਗਿਆ ਹੋਇਆ ਲਹਿਰ ਮਾਨ ਕਰਕੇ ਬਹਿ ਜੇ ਵੀ ਮੈਂ ਹੀ ਹਾਂ ਲਹਿਰ ਨੂੰ ਪੁੱਛਾਂਗੇ ਵੀ ਤੂੰ ਕਿੱਥੋਂ ਹੋਵੇਂਗੀ ਤੂੰ ਤੇ ਸਾਗਰ ਦੇ ਵਿੱਚੋਂ ਹੀ ਪੈਦਾ ਹੁੰਨੀ ਹੈ ਕਿਰਨ ਮਾਨ ਕਰਕੇ ਬਹਿ ਜੇ ਮੈਂ ਹੀ ਹਾਂ ਇਸੇ ਨੂੰ ਹੋਮੇ ਰੋਗ ਕਹਿੰਦੇ ਆ ਆਪਾਂ ਸਮਝਣਾ ਇਹ ਸੀ ਵੀ ਅਸੀਂ ਮਾਲਕ ਨਾਲ ਲੱਗੇ ਹੋਏ ਹਾਂ ਆਪਾਂ ਕਹੀ ਜਾਂਦੇ ਹਾਂ ਵੀ ਮੈਂ ਫਲਾਣਾ ਸਿੰਘ ਹਾਂ ਸੋਚਣਾ ਇਹ ਸੀ ਵੀ ਪਰਮਾਤਮਾ ਹੀ ਹੈ ਉਸੇ ਦਾ ਹੀ ਮੈਂ ਇੱਕ ਹਿੱਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਇਹ ਗੱਲ ਪਕੜਾ ਜੂ ਫਿਰ ਇਹਨੂੰ ਕਹਿੰਦੇ ਆ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਬੋਲ ਕੇ ਪੜ ਦਿਓ ਇਹੀ ਪੰਕਤੀ ਚਲੋ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਜਦ ਦੇਖੋ ਮੈਂ ਜਦੋਂ ਜਿੱਧਰ ਵੀ ਵੇਖਦਾ ਮੈਨੂੰ ਫਿਰ ਹੁਣ ਤੂੰ ਦਿਸਦਾ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਲਹਿਰ ਨੂੰ ਪਤਾ ਲੱਗ ਗਿਆ ਵੀ ਸਾਗਰ ਨਾ ਹੁੰਦਾ ਕਮਲੀਏ ਤੂੰ ਕਿਵੇਂ ਹੁੰਦੀ ਫਲ ਨੂੰ ਪਤਾ ਲੱਗ ਗਿਆ ਵੀ ਸੇਬ ਕਹਿੰਦਾ ਮੈਂ ਨਾ ਜੇ ਦਰਖਤ ਨਾ ਹੁੰਦਾ ਮੈਂ ਕਿਵੇਂ ਹੁੰਦਾ ਕਿਰਨ ਨੂੰ ਪਤਾ ਲੱਗ ਗਿਆ ਜਿੱਦਣ ਵੀ ਸੂਰਜ ਤੋਂ ਬਿਨਾਂ ਮੇਰੀ ਕਾਹਦੀ ਹਸਤੀ ਹੈ ਸੂਰਜ ਨਾ ਹੁੰਦਾ ਮੈਂ ਕਿਵੇਂ ਹੁੰਦਾ ਬਸ ਸਾਨੂੰ ਉਹ ਦਿਨ ਆ ਜੇ ਪਤਾ ਲੱਗ ਜੇ ਵੀ ਰੱਬ ਨਾ ਹੁੰਦਾ ਮੈਂ ਕਿੱਥੋਂ ਹੁੰਦਾ ਉਸੇ ਦਾ ਅੰਸ ਆ ਕਹੋ ਕਬੀਰ ਇਹ ਰਾਮ ਕੀ ਅੰਸ ਇਹ ਭਲੇਖ ਗੁਰੂ ਜੀ ਕਹਿੰਦੇ ਪਛਾਣ ਆਪਣੇ ਆਪ ਨੂੰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਲੱਭ ਆਪਦਾ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਗੁਰੂ ਤੋਂ ਮਤ ਲੈ ਕੇ ਉਹਦੇ ਨਾਲ ਜੁੜ ਗੁਰਮਤੀ ਰੰਗ ਮਾਣ ਗੁਰੂ ਤੋਂ ਮਤ ਲੈ ਸਮਝ ਲੈ ਇਸ ਕਰਕੇ ਜੀ ਰੱਬ ਦਾ ਜਿਹੜਾ ਪਹਿਲਾ ਗੁਣ ਆਪਾਂ ਪੜ੍ਹਿਆ ਇੱਕ ਓੰਕਾਰ ਹੈ ਤੇ ਦੂਜਾ ਕੀ ਹੈ ਬੋਲੋ ਜੀ ਬੋਲੋ ਗੱਜ ਕੇ ਜੀ ਸਤ ਨਾਮ ਉਹ ਸਤ ਹੈ ਉਹ ਸੱਚ ਹੈ ਇਹ ਸਾਡਾ ਗੁਣ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਸੱਚ ਆਵੇ ਸੱਚ ਜਦੋਂ ਅਸੀਂ ਸੱਚੇ ਹੋ ਗਏ ਅੰਦਰੋਂ ਬਾਹਰੋਂ ਸਮਝ ਲਓ ਇਸ ਗੁਣ ਨੂੰ ਪ੍ਰਗਟ ਕਰ ਲਿਆ ਸਤ ਨਾਮ ਗਹਿਰੇ ਤਲ ਤੇ ਇਸ ਗੱਲ ਨੂੰ ਸੋਚੀਏ ਵੀ ਹੋਂਦ ਵਾਲੇ ਹਾਂ ਅਸੀਂ ਕਦੇ ਮਰਨਾ ਨਹੀਂ ਸਰੀਰ ਨੇ ਮਰਨਾ ਹੈ ਅੰਦਰਲੀ ਸੱਤਾ ਨਹੀਂ ਮੇਰੀ ਮਰਦੀ ਸਰੀਰ ਮੇਰਾ ਮਰੇਗਾ ਬਾਡੀ ਮੇਰੀ ਮਰੇਗੀ ਪਰ ਅੰਦਰ ਵਾਲੇ ਨੇ ਨਹੀਂ ਮਰਨਾ ਆਓ ਪੰਜ ਪਿਆਰਿਆਂ ਨੇ ਆਉਣਾ ਹੈ ਸੰਗਤ ਆਪੋ ਆਪਣੀ ਜਗ੍ਹਾ ਤੇ ਬੈਠੀ ਰਵੇ ਖੜੇ ਨਾ ਹੋਇਓ ਬਈ ਸਜੇ ਰਹੋ ਥੋੜਾ ਜਿਹਾ ਥਾਂ ਰਸਤਾ ਦੇ ਦਿਓ ਮਾੜਾ ਜਿਹਾ ਪੰਜ ਪਿਆਰਿਆਂ ਨੂੰ ਲੰਘਣ ਲਈ ਸੰਗਤ ਨੂੰ ਲੰਘਣ ਵਾਸਤੇ ਬਾਕੀ ਸੰਗਤ ਨਾ ਉੱਠੇ ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ ਵਿਚਾਰ ਨਾਲ ਆਪਣੀ ਸੁਰਤ ਜੋੜ ਕੇ ਰੱਖਿਓ ਹਿੱਲਿਓ ਨਾ ਬਿਲਕੁਲ ਹਿੱਲ ਜੁੱਲ ਨਾ ਕਰਿਓ ਵਿਚਾਰ ਨੂੰ ਧਿਆਨ ਚ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਥੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਤੇਰੇ ਥੱਲੇ ਨਾਲ ਲਾਈ ਰੱਖੇ ਆਵਾਜ਼ ਕਰ ਲੜ ਲੱਗਿਆ ਗੁਰੂ ਜੀ ਤੇਰੇ ਥੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਤੇਰੇ ਥੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਤੇਰੇ ਥੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਤੇਰੇ ਥੱਲੇ
ਲੜ ਲੱਗਿਆ ਗੁਰੂ ਜੀ ਤੇ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਪੜੋ ਪੜੋ ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਪੱਲੇ ਨਾਲ ਲਾਈ ਰੱਖਿਓ ਤੇਰਾ ਜੀਵਨ ਤੇਰਾ ਜੀਵਨ ਤੇਰਾ 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 ਜੀਵਨ ਤੇਰਾ ਤੇਰਾ ਜੀਵਨ ਤੇਰਾ ਤੇਰਾ ਜੀਵਨ ਤੇਰਾ ਜੀਵਨ ਤੇਰਾ ਤੇਰਾ ਜੀਵਨ ਤੇਰਾ ਆਇਆ ਤੁਸੀਂ ਆਇਆ ਤੁਸੀਂ ਆਇਆ ਆਇਆ ਤੂੰ ਜੀ 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 ਆਇਆ ਤੂੰ ਮੇਰੇ ਕਲਗੀ ਧਰ ਤੇ ਜਾਇਆ ਤੂੰ ਮਾਤਾ ਸਾਹਿਬ ਦਰ ਤੇ ਜਾਇਆ ਤੂੰ ਜੀ ਆਇਆ ਤੂੰ ਜੀ ਆਇਆ ਤੂੰ ਜੀ ਆਇਆ ਕਲਗੀ ਧਰ ਤੇ ਜਾਇਆ ਤੂੰ ਜੀ ਆਇਆ ਤੂੰ ਜੀ ਆਇਆ ਤੂੰ ਜੀ ਆਇਆ ਤੂੰ ਜੀ ਆਇਆ ਪਲ ਕੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਮੇਰੇ ਪਲ ਕੀ ਧਰ ਦੇ ਜਾਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਫੜੋ ਪਲ ਕੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਪਲ ਕੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਸਮਾਗਮ ਦਾ ਜਿਨ੍ਹਾਂ ਨੂੰ ਚਾਹ ਇੱਕੇ ਵਾਰੀ ਜਕਾਰਾ ਬਸ ਲੱਗਣਾ ਇੱਕੋ ਜਕਾਰੇ ਵਿੱਚ ਦੋਵੇਂ ਬਾਹਾਂ ਖੜੀਆਂ ਕਰਿਓ ਜਿਨ੍ਹਾਂ ਨੂੰ ਖੁਸ਼ੀ ਹੈ ਇਸ ਸਮਾਗਮ ਦੀ ਬੋਲੇ ਇਕਾਨਵੇਂ ਪ੍ਰਾਨੀ ਕਿਉਂਕਿ ਨੇੜੇ ਤੇੜੇ ਅੰਮ੍ਰਿਤ ਸੰਚਾਰ ਗੁਰਦੁਆਰਾ ਪਰਮੇਸ਼ਵਰ ਦੁਆਰ ਵੀ ਇੱਥੇ ਨੇੜੇ ਹੀ ਹੈ ਬਹੁਤਾ ਦੂਰ ਨਹੀਂ ਹਰ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ ਹੈ ਚੜ੍ਹਦੀ ਕਲਾ ਨਾਲ ਸੋ ਜਿਹੜੇ ਜਿਹੜੇ ਭਾਈ ਗੁਰੂ ਵਾਲੇ ਬਣ ਗਏ ਬਹੁਤ ਬਹੁਤ ਵਧਾਈਆਂ ਹੋਣ ਇਹ ਦਾਖਲਾ ਹੈ ਡਿਗਰੀ ਨਹੀਂ ਇਹ ਚੇਤਾ ਰੱਖਿਓ ਇਹ ਦਾਖਲਾ ਹੈ ਜੀ ਇਹ ਡਿਗਰੀ ਨਹੀਂ ਇੱਥੇ ਸ਼ੁਰੂਆਤ ਕਰਦੇ ਹਾਂ ਅਸੀਂ ਵੀ ਅਸੀਂ ਅੰਮ੍ਰਿਤ ਛਕਣ ਦਾ ਮਤਲਬ ਹੈ ਕਿ ਇੱਕ ਮਰਿਆਦਾ ਹੈ ਜਿਵੇਂ ਦਾਖਲਾ ਲਈਦਾ ਹੈ ਬਸ ਇਹ ਇੱਕ ਕਾਰਜ ਹੁੰਦਾ ਜਿੱਥੇ ਅਸੀਂ ਵਾਅਦਾ ਕਰਦੇ ਹਾਂ ਵੀ ਅੱਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ ਵੀ ਗੁਰਬਾਣੀ ਤੋਂ ਬਿਨਾਂ ਅਸੀਂ ਕਿਸੇ ਕੱਚੇ ਪਿੱਲੇ ਦੀ ਮੰਨਣੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਗੱਲ ਗੁਰਬਾਣੀ ਦੇ ਸਟੈਂਡਰਡ ਤੇ ਖਰੀ ਨਹੀਂ ਉਤਰਦੀ ਅਸੀਂ ਨਹੀਂ ਮੰਨਣੀ ਚਾਹੇ ਉਹ ਗੱਪ ਕਹਾਣੀ ਕੋਈ ਹੋਵੇ ਚਾਹੇ ਸਾਡੀ ਇਤਿਹਾਸ 'ਚ ਲਿਖੀ ਹੋਵੇ ਚਾਹੇ ਸਾਡੇ ਧਰਮ ਵਿੱਚ ਕੋਈ ਵੱਡੇ ਤੋਂ ਵੱਡਾ ਬਾਬਾ ਸੁਣਾਵੇ ਅਸੀਂ ਨਹੀਂ ਮੰਨਣੀ ਜਿਹੜੀ ਗੁਰਬਾਣੀ ਦੇ ਸਟੈਂਡਰਡ ਤੇ ਖਰੀ ਨਹੀਂ ਉਤਰਦੀ ਇਹ ਵਾਅਦਾ ਕਰਿਆ ਅੱਜ ਅਸੀਂ ਅੰਮ੍ਰਿਤ ਛਕ ਕੇ ਅਸਲ ਅਰਥ ਇਹਦਾ ਇਹ ਹੈ ਵੀ ਅੱਜ ਤੋਂ ਬਾਅਦ ਅਸੀਂ ਗੁਰਬਾਣੀ ਨੂੰ ਆਪਣਾ ਬੇਸ ਬਣਾਵਾਂਗੇ ਗੁਰਬਾਣੀ ਦੇ ਮੁਤਾਬਕ ਚੱਲਾਂਗੇ ਅਸੀਂ ਅੰਮ੍ਰਿਤ ਛਕ ਕੇ ਇਹ ਵਾਅਦਾ ਕਰਦੇ ਹਾਂ ਦਾਖਲਾ ਲਿਆ ਵੀ ਅੱਜ ਤੋਂ ਪੜ੍ਹਾਈ ਆਹ ਪੜ੍ਹਨੀ ਹੈ ਬਸ ਆਹ ਪੜ੍ਹਾਈ ਪੜ੍ਹਾਂਗੇ
ਪਰ ਮੁਸ਼ਕਲ ਦੀ ਗੱਲ ਇਹ ਹੈ ਅੰਮ੍ਰਿਤ ਛਕੇ ਨੂੰ ਆਮ ਹੀ ਗੱਲ ਨਹੀਂ ਕਰਦੇ ਵੀ ਮੇਰੇ ਨਿਆਣੇ ਨੂੰ 5 ਸਾਲ ਹੋ ਗਏ ਜੀ ਅੰਗਰੇਜ਼ੀ ਬੜੀ ਸੋਹਣੀ ਬੋਲਦਾ ਲੱਗ ਗਿਆ ਸਕੂਲ ਵਿੱਚ ਪੜ੍ਹਨ ਲੱਗ ਗਿਆ ਬੋਲਣ ਕਹਿੰਦੇ 5 ਸਾਲ ਹੋ ਗਏ ਐ ਪੜ੍ਹਦਾ ਵੀ ਐ ਬੋਲਦਾ ਵੀ ਐ ਕਮਾਲ ਹੋ ਗਈ ਕਿੰਨੇ ਸਾਲ ਹੋਏ ਦਾਖਲਾ ਲੈਣ ਕਹਿੰਦੇ 5 ਸਾਲ ਤੇ ਤੈਨੂੰ ਦਾਖਲਾ ਲੈਣ ਨੂੰ ਅੰਮ੍ਰਿਤ ਛਕੇ ਨੂੰ 15 ਸਾਲ ਸਾਨੂੰ ਅਜੇ ਜਪਜੀ ਸਾਹਿਬ ਦਾ ਹਿਸਾਬ ਨਹੀਂ ਆਇਆ ਆਖੋ ਸਤਨਾਮ ਸਾਨੂੰ ਇੱਕੋ ਅੰਕਾਰ ਨਹੀਂ ਸਮਝ ਆਇਆ ਲੈ ਕਰ ਲਓ ਗੱਲ ਸਾਡੇ ਸਮਝ ਵਿੱਚ ਕੱਖ ਵੀ ਨਹੀਂ ਆਇਆ ਵੀ ਤੂੰ ਦੱਸ ਦਾਖਲਾ ਲੈ ਕੇ ਆਇਆ ਸੀ ਲੈ ਕਹਿੰਦੇ ਮੈਂ ਤੇ ਇਹ ਸੁਣਿਆ ਵੀ ਅੰਮ੍ਰਿਤ ਛਕ ਲਿਆ ਤੇ ਮੁਕਤ ਹੋ ਗਏ ਬਸ ਹੁਣ ਲੋੜ ਹੀ ਨਹੀਂ ਇਹ ਤੇ ਦਾਖਲਾ ਹੈ ਤੂੰ ਡਿਗਰੀ ਸਮਝੀ ਫਿਰਦਾ ਪਹਿਲੇ ਡੰਡੇ ਤੇ ਪੈ ਰਹੇ ਜੇ ਸ਼ੁਰੂਆਤ ਹੈ ਦਾਖਲਾ ਲਿਆ ਤੂੰ ਬਾਕੀ ਕੱਲ ਵੀ ਇਸ ਟੌਪਿਕ ਤੇ ਗੱਲ ਹੋਈ ਸੀ ਕਿ ਧਰਮ ਇੱਕ ਹੀ ਹੈ ਜੋ ਪਰਮਾਤਮਾ ਦਾ ਬਣਾਇਆ ਹੀ ਹੋਇਆ ਨਿਯਮ ਉਹਦੇ ਉਹਦਾ ਕਾਨੂੰਨ ਮਾਲਕ ਦਾ ਕਾਨੂੰਨ ਹੈ ਸਾਡੇ ਗੁਰੂ ਜੀ ਨੇ ਉਸੇ ਮਾਲਕ ਦੇ ਧਰਮ ਨੂੰ ਆਪਣਾ ਧਰਮ ਦੱਸਿਆ ਗੁਰੂ ਜੀ ਤੁਸੀਂ ਕੋਈ ਆਪਣਾ ਧਰਮ ਬਣਾਇਆ ਕਹਿੰਦੇ ਨਹੀਂ ਅਸੀਂ ਤੇ ਵਿਰੁੱਧ ਆ ਉਹਨਾਂ ਦੇ ਜਿਹੜੇ ਬੰਦੇ ਆਪਣਾ ਧਰਮ ਬਣਾ ਲੈਂਦੇ ਆ ਅਸੀਂ ਤੇ ਇਹ ਕਹਿੰਦੇ ਆ ਵੀ ਮਾਲਕ ਦੇ ਬਣਾਏ ਹੋਏ ਧਰਮ ਨੂੰ ਫੋਲੋ ਕਰੋ ਬੰਦਿਆਂ ਤੇ ਕਿਉਂ ਆਪਣੀਆਂ ਨਿਸ਼ਾਨੀਆਂ ਨਹੀਂ ਲਈ ਜਾਂਦੇ ਹੋ ਕੋਈ ਮੁੰਡਨ ਕਰਕੇ ਹਿੰਦੂ ਬਣਾ ਲੈਂਦਾ ਹੈ ਕੋਈ ਸੁਨਤ ਕਰਕੇ ਮੁਸਲਮਾਨ ਬਣਾ ਲੈਂਦਾ ਹੈ ਰੱਬ ਦੇ ਜਿੱਦਾਂ ਦੇ ਬਣਾਏ ਆ ਬਣੇ ਰਹਿਣ ਦਿਓ ਕਿਉਂ ਬੰਦਿਆਂ ਤੇ ਆਪਣੀਆਂ ਨਿਸ਼ਾਨੀਆਂ ਲਾਉਂਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਕਿਉਂ ਪਿੰਜਰਿਆਂ 'ਚ ਪਾਉਂਦੇ ਹੋ ਮਨੁੱਖਤਾ ਨੂੰ ਮਨੁੱਖਤਾ ਨੂੰ ਕਿਉਂ ਪਿੰਜਰਿਆਂ 'ਚ ਪਾਉਂਦੇ ਹੋ ਤੁਸੀਂ ਰੱਬ ਦੇ ਬਣਾਏਆਂ ਨੂੰ ਰੱਬ ਦੇ ਹੀ ਰਹਿਣ ਦਿਓ ਕਿਉਂ ਆਪਣੇ ਆਪਣੇ ਗਰੁੱਪਾਂ ਜਿਹਾਂ 'ਚ ਵਾੜੀ ਜਾਂਦੇ ਹੋ ਗੁਰੂ ਜੀ ਨੇ ਇਹ ਕਿਹਾ ਆ ਕੇ ਤੁਸੀਂ ਧਰਮ ਕਿਹੜਾ ਜੀ ਫਿਰ ਤੁਹਾਡਾ ਕਹਿੰਦੇ ਰੱਬ ਦਾ ਧਰਮ ਸਾਡਾ ਧਰਮ ਰੱਬ ਦੇ ਨਿਯਮ ਮੇਰੇ ਨਿਯਮ ਰੱਬ ਦਾ ਬਣਾਇਆ ਹੀ ਹੋਇਆ ਇੱਕੋ ਹੀ ਹੈ ਦੂਜਾ ਤੀਜਾ ਚੌਥਾ ਪੰਜਵਾਂ ਕੋਈ ਧਰਮ ਨਹੀਂ ਹੋ ਸਕਦਾ ਧਰਮ ਇੱਕ ਹੈ ਜੋ ਇੱਕ ਪਰਮਾਤਮਾ ਦਾ ਬਣਾਇਆ ਹੋਇਆ ਅਸੀਂ ਉਸ ਰੱਬ ਜੀ ਦੇ ਬਣਾਏ ਹੋਏ ਧਰਮ ਨੂੰ ਬਸ ਮੰਨਦੇ ਹਾਂ ਰੱਬ ਦੇ ਬਣਾਏ ਕਾਨੂੰਨ ਨੂੰ ਮੰਨਦੇ ਹਾਂ ਅਸੀਂ ਰੱਬ ਦੇ ਰੱਬੀ ਕਾਨੂੰਨ ਨੂੰ ਅਸੀਂ ਮੰਨਦੇ ਹਾਂ ਗੁਰਬਾਣੀ ਸਾਨੂੰ ਰੱਬ ਜੀ ਦੇ ਬਣਾਏ ਹੋਏ ਧਰਮ ਨੂੰ ਮੰਨਣ ਨੂੰ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਕਿ ਮਾਲਕ ਦੇ ਬਣਾਏ ਹੋਏ ਨਿਯਮਾਂ ਨੂੰ ਮੰਨੋ ਸਮਝੋ ਉਹਦੇ ਮੁਤਾਬਕ ਚੱਲੋ ਇਸੇ ਕਰਕੇ ਇਹ ਮਨੁੱਖਤਾ ਦੇ ਗੁਰੂ ਇਸ ਕਰਕੇ ਕਹਿੰਦੇ ਕਿਉਂਕਿ ਮਾਈਂਡ ਨਾਲ ਗੱਲ ਕਰਦੇ ਆ ਮਨ ਪਰਸਨੈਲਿਟੀ ਡਿਵੈਲਪ ਕੋਈ ਵੀ ਕਰਾ ਲਵੇ ਕੋਈ ਪੜ੍ਹ ਲਵੇ ਚਾਹੇ ਕਿਸੇ ਜਾਤ ਬਰਾਦਰੀ ਦਾ ਕੋਈ ਹੈ ਪੜ੍ਹੋ ਤੇ ਸਮਝੋ ਮੰਨੋ ਜਿਹੜਾ ਮਰਜ਼ੀ ਪੜ੍ਹੇ ਸਮਝੇ ਬਸ ਆਪੋ ਆਪਣੀਆਂ ਨਿਸ਼ਾਨੀਆਂ ਜੀਆਂ ਲਾ ਕੇ ਗਰੁੱਪ ਨਾ ਬਣਾਓ ਗੁਰੂ ਜੀ ਕਹਿੰਦੇ ਗਰੁੱਪ ਨਾ ਬਣਾਓ ਇੱਕ ਰੱਬ ਨੂੰ ਮੰਨੋ ਬਸ ਇਸੇ ਕਰਕੇ ਤੇ ਫਿਰ ਵੇਖੋ ਜਿੱਦਾਂ ਦੇ ਰੱਬ ਨੇ ਪੈਦਾ ਕੀਤਾ ਉਦਾਂ ਦੇ ਹੀ ਆ ਨਾ ਕੱਲ ਵੀ ਗੱਲ ਕੀਤੀ ਸੀ ਨਾ ਵੀ ਜੇ ਕੋਈ ਕੇਸ ਕੋਈ ਸਾਨੂੰ ਪੁੱਛੇ ਵੀ ਕੇਸ ਕਿਉਂ ਰੱਖੇ ਆ ਕੇਸ ਤੁਸੀਂ ਕਿਉਂ ਰੱਖੇ ਆ ਜੀ ਇਹ ਕੋਈ ਸਵਾਲ ਪੁੱਛਣ ਵਾਲਾ ਹੁਣ ਨੱਕ ਕਿਉਂ ਰੱਖਿਆ ਕਦੇ ਕਿਸੇ ਨੇ ਪੁੱਛਿਆ ਕੰਨ ਕਿਉਂ ਰੱਖੇ ਆ ਕਦੇ ਕਿਸੇ ਨੇ ਪੁੱਛਿਆ ਬਸ ਜਿਵੇਂ ਯਾਰ ਮਾਂ ਦੇ ਢਿੱਡ 'ਚੋਂ ਜੰਮੇ ਸੀ ਉਵੇਂ ਦੇ ਹੀ ਆ ਨੱਕ ਵੀ ਲੱਗਾ ਹੀ ਹੋਇਆ ਸੀ ਅੱਜ ਵੀ ਲੱਗਾ ਹੀ ਹੋਇਆ ਕੰਨ ਵੀ ਲੱਗੇ ਹੀ ਹੋਏ ਸੀ ਅੱਜ ਵੀ ਲੱਗੇ ਹੀ ਹੋਏ ਬਸ ਜਿਵੇਂ ਰੱਬ ਜੀ ਨੇ ਭੇਜਿਆ ਸੀ ਕੇਸ ਵੀ ਲਾ ਕੇ ਹੀ ਭੇਜਿਆ ਸੀ ਅੱਜ ਵੀ ਲੱਗੇ ਹੀ ਹੋਏ ਨੇ ਆਖੋ ਸਤਨਾਮ ਸਾਨੂੰ ਕਿਉਂ ਪੁੱਛਦੇ ਹੋ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਕੱਟੇ ਐ ਉਹਨਾਂ ਨਾਲ ਉਹਨਾਂ ਨੂੰ ਪੁੱਛੋ ਵੀ ਕਿਉਂ ਕੱਟੇ ਐ ਇਹ ਸਵਾਲ ਉਹਦੇ ਲਈ ਹੈ ਸਾਡੇ ਲਈ ਨਹੀਂ ਬਸ ਜਿੱਦਾਂ ਦੇ ਰੱਬ ਨੇ ਬਣਾਇਆ ਉਵੇਂ ਦੇ ਕੱਟਿਆ ਨਹੀਂ ਉਹਦੇ ਨਿਯਮ ਨੂੰ ਅਸੀਂ ਫੋਲੋ ਕਰਦੇ ਹਾਂ ਜੋ ਰੱਬ ਨੇ ਬਣਾਇਆ ਬਸ ਠੀਕ ਇਸ ਕਰਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸੋ ਮਨੁੱਖਤਾ ਇੱਕ ਹੁੰਦੀ ਹੈ ਇੱਕ ਬਾਟੇ ਵਿੱਚ ਅੰਮ੍ਰਿਤ ਛਕੀਏ ਇੱਕ ਬਾਟੇ 'ਚ ਅੰਮ੍ਰਿਤ ਛਕੀਏ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਮੰਨੀਏ ਇੱਕ ਸਾਡੀ ਸਾਰਿਆਂ ਦੀ ਮਰਿਆਦਾ ਹੋਵੇ ਸਾਰੀ ਮਨੁੱਖਤਾ ਇੱਕ ਹੋ ਸਕੇ ਅਸੀਂ ਭਰਾ ਭਰਾ ਬਣ ਸਕੀਏ ਜਿਹੜੀਆਂ ਸਾਡੇ 'ਚ ਵੰਡੀਆਂ ਪਈਆਂ ਨੇ ਉਹ ਖਤਮ ਹੋ ਜਾਣ ਸਵਾਓ ਜੋ ਗੱਲ ਚੱਲ ਰਹੀ ਸੀ ਇੱਕ ਓੰਕਾਰ ਹਾਲਾਂਕਿ ਮਾਫ ਕਰਨਾ ਮੈਂ ਸੋਚ ਕੇ ਤੇ ਕਈ ਵਾਰੀ ਆਉਂਦਾ ਗੱਡੀ 'ਚ ਬੈਠਾ ਵੀ ਅੱਜ ਮੈਂ ਕੋਈ ਇਤਿਹਾਸ ਬਹਿਣ ਸਾਰ ਮੈਂ ਅੱਜ ਪੱਕਾ ਸੋਚ ਕੇ ਆਇਆ ਸੀ ਵੀ ਮੈਂ ਫਤਿਹ ਬੁਲਾਉਣ ਤੋਂ ਬਾਅਦ ਨਾਲ ਹੀ ਇਤਿਹਾਸ ਸ਼ੁਰੂ ਕਰ ਲੈਣਾ ਪਰ ਫਿਰ ਕੀ ਕਰਾਂ ਗੱਲ ਫਿਰ ਇਦਾਂ ਦੀ ਚੱਲ ਪੈਂਦੀ ਹੈ ਅੱਧਿਆਂ ਕ ਦੇ ਕਈਆਂ ਦੇ ਤੇ ਮੈਨੂੰ ਲੱਗਦਾ ਕਿ ਸਮਝ ਪੈਂਦੀ ਹੈ ਕਈ ਫਿਰ ਐਂ ਜੇ ਉਹਨਾਂ ਦੇ ਸਾਫਜੇ 'ਚ ਨਹੀਂ ਆਉਂਦੀ ਗੱਲ ਉਹ ਸਾਖੀ ਸੁਣ ਕੇ ਖੁਸ਼ ਹੁੰਦੇ ਆ ਵੀ ਕੋਈ ਇਤਿਹਾਸ ਹੋਵੇ ਵੀ ਐਂ ਵੱਢਤਾ ਜੀ ਫਿਰ ਐਂ ਟੁੱਕਤਾ ਐਂ ਮਾਰਤਾ ਫਿਰ ਐਂ ਕਰਤਾ ਉਹ ਐਂ ਜੇ ਲੱਗਦਾ ਉਹਨਾਂ ਨੂੰ ਕੋਸ਼ਿਸ਼ ਮੈਂ ਕਰਦਾ ਹੁੰਦਾ ਵੀ ਮੈਂ ਕਰਾਂਗਾ ਸ਼ੁਰੂ ਪਰ ਫਿਰ ਨਹੀਂ ਹੁੰਦੀ
ਜਦੋਂ ਤੁਸੀਂ ਥੋੜਾ ਜਿਹਾ ਇੰਟਰਸਟ ਦੇ ਦੇਣਾ ਗੱਲ ਸੁਣਨ ਵਿੱਚ ਫਿਰ ਜੀ ਕਰਦਾ ਵੀ ਆਹ ਗੱਲ ਕਰੀਏ ਜੇ ਸੁਣਦਾ ਕੋਈ ਤੇ ਸੁਣੇ ਸਮਝ ਆਉਂਦੀ ਹੈ ਫਿਰ ਲੋੜ ਕੀ ਹੈ ਜੇ ਗੁਰਬਾਣੀ ਸਮਝ ਆਉਂਦੀ ਹੈ ਫਿਰ ਬਾਹਰਲੀ ਗੱਲ ਕਰਨ ਦੀ ਲੋੜ ਨਹੀਂ ਗੁਰਬਾਣੀ ਸਮਝ ਚ ਆਉਂਦੀ ਹੈ ਅੱਗੇ ਨਾਲੋਂ ਬਹੁਤ ਸੁਚੇਤ ਹੋ ਗਏ ਕਈ ਸੁਣਨ ਲੱਗ ਗਏ ਗੱਲ ਪਕੜਨ ਲੱਗ ਗਏ ਕਈ ਮਾਈਂਡ ਡਿਵੈਲਪ ਹੋਣ ਗਿਆ ਹੌਲੀ ਹੌਲੀ ਪਹਿਲੀ ਦੀ ਪੜ੍ਹਾਈ ਪੜ੍ਹਦਾ ਫਿਰ ਬੰਦਾ ਪੰਜਵੀਂ ਦੀ ਪੜ੍ਹਦਾ ਫਿਰ ਹੌਲੀ ਹੌਲੀ ਟੈਂਥ ਵਿੱਚ ਵੀ ਜਾਂਦਾ ਹੈ ਫਿਰ ਹੌਲੀ ਹੌਲੀ ਪੀ ਐਚ ਡੀ ਕਰਦਾ ਹੈ ਇੱਦਾਂ ਹੀ ਜਾਣਾ ਹੌਲੀ ਹੌਲੀ ਅੱਗੇ ਨੂੰ ਵਧਣਾ ਪੈਂਦਾ ਭਾਈ ਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਕਰਤਾ ਪੁਰਖ ਮਾਲਕ ਕ੍ਰੀਏਟਰ ਹੈ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕ੍ਰੀਏਟ ਕਰਨਾ ਹੈ ਇਹ ਕਰਤੇ ਦਾ ਗੁਣ ਤੇਰਾ ਗੁਣ ਹੈ ਰੱਬ ਦਾ ਗੁਣ ਆਪਣੇ ਚੋਂ ਪ੍ਰਗਟ ਕਰ ਮਾਲਕ ਨਿਰਭਉ ਹੈ ਰੱਬ ਕਿਸੇ ਤੋਂ ਡਰਦਾ ਨਹੀਂ ਤੂੰ ਡਰਨਾ ਛੱਡ ਦੇ ਜਿਹੜਾ ਬੰਦਾ ਕਦੇ ਕਿਸੇ ਤੋਂ ਨਹੀਂ ਡਰਦਾ ਇੱਕ ਪਰ ਮਾਲਕ ਤੋਂ ਬਿਨਾਂ ਕਿਸੇ ਦਾ ਡਰ ਨਹੀਂ ਜਿਹਨੂੰ ਇਹ ਰੱਬ ਰੱਬੀ ਗੁਣ ਹੈ ਜਿਹੜਾ ਉਹਨੇ ਪ੍ਰਗਟ ਕਰ ਲਿਆ ਆਪਣੇ ਆਪ ਵਿੱਚ ਨਿਰਵੈਰ ਕਿਸੇ ਨਾਲ ਵੈਰ ਨਹੀਂ ਰੱਖਣਾ ਕੋਈ ਵੈਰ ਨਹੀਂ ਕਿਸੇ ਨਾਲ ਰੱਖਣਾ ਤੇ ਫਿਰ ਕਈ ਵਾਰੀ ਸਵਾਲ ਖੜਾ ਹੋ ਜਾਂਦਾ ਹੈ ਫਿਰ ਜੰਗ ਕਿਵੇਂ ਹੋਊ ਜੇ ਵੈਰ ਨਹੀਂ ਹੋਊ ਕਿਉਂਕਿ ਇਸ ਕਨਸੈਪਟ ਨੂੰ ਲੈ ਕੇ ਤੇ ਲੋਕ ਇਹ ਰੌਲਾ ਪਾਉਂਦੇ ਆ ਵੀ ਗੁਰੂ ਸਾਹਿਬ ਨੇ ਸ਼ਸਤਰ ਕਿਉਂ ਚੁੱਕੇ ਸੀ ਹਥਿਆਰਾਂ ਦਾ ਹੁਕਮ ਕਿਉਂ ਦਿੱਤਾ ਵੀ ਹਥਿਆਰ ਰੱਖੋ ਵੀ ਸ਼ਸਤਰਾਂ ਦਾ ਕੀ ਕਾਰਨ ਹੋਇਆ ਫਿਰ ਜਿਹੜਾ ਨਿਰਵੈਰਤਾ ਦਾ ਭਾਵ ਹੈ ਇਹ ਅੰਦਰ ਹੁੰਦਾ ਹੁਣ ਜਰਾ ਮੈਨੂੰ ਦੱਸਿਓ ਜਰਾ ਜਵਾਬ ਦਿਓ ਇੱਧਰ ਸੁਣਿਓ ਧਿਆਨ ਨਾਲ ਐਕਟਿਵ ਹੋ ਕੇ ਸੁਣੋ ਵੇਖੋ ਮੇਰੇ ਅੰਗੂਠੇ ਤੇ ਕੈਂਸਰ ਹੋ ਗਿਆ ਜਾਂ ਮੇਰੇ ਅੰਗੂਠੇ ਤੇ ਕੋਹੜ ਹੋ ਗਿਆ ਕਿਸੇ ਦੇ ਵੀ ਹੋ ਸਕਦਾ ਹੈ ਸ਼ੂਗਰ ਕਰਕੇ ਕਈ ਵਾਰੀ ਬਿਮਾਰੀ ਹੁੰਦੀ ਕਈਆਂ ਨੂੰ ਡਾਇਬਟੀਜ਼ ਕਰਕੇ ਅੱਛਾ ਹੁਣ ਵੇਖੋ ਸ਼ੂਗਰ ਇਹ ਕਈ ਡਾਕਟਰ ਕੀ ਕਹਿੰਦਾ ਵੀ ਇਹਨੂੰ ਹੋ ਗਈ ਜੀ ਬਿਮਾਰੀ ਫਿਰ ਕਹਿੰਦੇ ਇਹ ਕੋਹੜ ਹੈ ਫਿਰ ਕਹਿੰਦੇ ਜੀ ਇਹਨੂੰ ਜੇ ਨਾ ਕੱਟਿਆ ਬਾਕੀ ਦੇ ਸਾਰੇ ਸਰੀਰ ਤੇ ਕੋਹੜ ਹੋ ਸਕਦਾ ਠੀਕ ਹੈ ਹੁਣ ਦੱਸੋ ਅੰਗੂਠਾ ਬਗਾਨਾ ਤੇ ਨਹੀਂ ਕਿਹਦਾ ਹੈ ਮੇਰਾ ਹੈ ਅੰਗੂਠੇ ਨਾਲ ਕੋਈ ਵੈਰ ਤੇ ਨਹੀਂ ਵੈਰ ਤੇ ਨਹੀਂ ਅੰਗੂਠੇ ਨਾਲ ਨਾ ਕੱਟਣਾ ਹੁਣ ਪੈਣਾ ਕਿਉਂ ਕਿਉਂਕਿ ਬਾਕੀ ਦੇ ਸਰੀਰ ਨੂੰ ਬਚਾਉਣਾ ਆ ਆਖੋ ਸਤਿਨਾਮ ਬਾਕੀ ਦੇ ਸਰੀਰ ਨੂੰ ਬਚਾਉਣਾ ਹੈ ਗੁਰੂ ਸਾਹਿਬ ਨੇ ਚਾਹੇ ਉਹ ਆਪਣਾ ਹੀ ਹੈ ਆਪਣਾ ਹੀ ਹੈ ਪਿੰਡ ਵਿੱਚ ਕਿੰਨੇ ਕੁੱਤੇ ਨੇ ਸਾਰੇ ਹੀ ਆਪਣੇ ਨੇ ਪਰ ਜਿਹੜਾ ਹਲਕ ਜੇ ਫਿਰ ਵੈਰ ਤੇ ਕੋਈ ਨਹੀਂ ਹੁੰਦਾ ਉਹ ਹਲਕੇ ਕੁੱਤੇ ਨਾਲ ਪਰ ਬਾਕੀ ਦਿਆਂ ਨੂੰ ਬਚਾਉਣ ਵਾਸਤੇ ਹਲਕਾ ਕੁੱਤਾ ਬੋਲੋ ਤੇ ਹਲਕਾ ਕੁੱਤਾ ਮਾਰਨਾ ਫਿਰ ਪਾਪ ਹੈ ਕਿ ਪੁੰਨ ਹੈ ਬੋਲੋ ਪਾਪ ਹੈ ਕਿ ਪੁੰਨ ਹੈ ਫਿਜ਼ੀਕਲੀ ਵੇਖਣ ਨੂੰ ਤੇ ਇਦਾਂ ਲੱਗਦਾ ਵੀ ਕੁੱਤਾ ਮਾਰਤਾ ਪਾਪ ਪਰ ਭਾਵਨਾ ਕੀ ਹੈ ਇੰਟੈਂਸ਼ਨ ਕੀ ਹੈ ਅੰਦਰ ਅੰਦਰ ਕੀ ਚੱਲਦਾ ਸੀ ਕੁੱਤਾ ਮਾਰਨ ਵੇਲੇ ਵੀ ਸਾਰਾ ਪਿੰਡ ਬਚਾਉਣਾ ਹੈ ਹਜ਼ਾਰਾਂ ਨੂੰ ਬਚਾਤਾ ਇੱਕ ਕੁੱਤਾ ਮਾਰਤਾ ਠੀਕ ਹੈ ਨਾ ਹਲਕਾ ਕੁੱਤਾ ਮਾਰਨਾ ਸਾਰੇ ਪਿੰਡ ਨੂੰ ਬਚਾਉਣਾ ਇਹ ਪੁੰਨ ਹੈ ਪਿੰਡ ਬਚਾ ਲਿਆ ਸਾਰਾ ਇੱਕ ਕੁੱਤਾ ਮਰ ਗਿਆ ਕੋਈ ਹਲਕਾ ਕੁੱਤਾ ਮਾਰਨਾ ਕੋਈ ਪਾਪ ਨਹੀਂ ਹੁੰਦਾ ਇਸੇ ਤਰ੍ਹਾਂ ਚੇਤਾ ਰੱਖਿਓ ਜੀ ਗੁਰੂ ਜੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਸੋਧਾ ਲਾਇਆ ਹੈ ਉਹਨਾਂ ਨਾਲ ਵੈਰ ਕੋਈ ਨਹੀਂ ਸੀ ਹਲਕੇ ਕੁੱਤੇ ਹੀ ਮਾਰੇ ਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਦੋਂ ਹਾਂ ਹਲਕੇ ਕੁੱਤੇ ਮਾਰੇ ਐ ਉਸ ਵੇਲੇ ਦੇ ਜਿਹੜੇ ਧੱਕਾ ਕਰਨ ਵਾਲੇ ਲੋਕ ਸੀ ਨਾ ਉਸ ਵੇਲੇ ਚੜ ਚੜ ਕੇ ਆਉਂਦੇ ਸੀ ਇੱਜ਼ਤਾਂ ਧੀਆਂ ਭੈਣਾਂ ਦੀਆਂ ਲੁੱਟਣ ਵਾਲੇ ਲੋਕ ਸ਼ੂਦਰ ਕਹਿ ਕੇ ਪੈਰਾਂ 'ਚ ਲਤਾੜਨ ਵਾਲੇ ਲੋਕ ਸੀ ਜਿਹੜੇ ਗੁਰੂ ਜੀ ਨੇ ਜਿੱਥੇ ਵਿਚਾਰ ਦੀ ਲੋੜ ਪਈ ਵਿਚਾਰ ਦਿੱਤੀ ਤੇ ਜਿੱਥੇ ਐਮਰਜੈਂਸੀ ਪੈ ਗਈ ਵੀ ਨਹੀਂ ਕੋਈ ਚਾਰਾ ਚੱਲਦਾ ਧੱਕਾ ਹੀ ਕਰਦੇ ਸੀ ਵੀ ਇਹ ਵਿਚਾਰ ਫੈਲਣ ਨਹੀਂ ਦੇਣੇ ਕਿਤੇ ਜੰਗ ਨਹੀਂ ਕੀਤੀ 14 ਜੰਗ ਗੁਰੂ ਗੋਬਿੰਦ ਸਿੰਘ ਨੇ ਕੀਤੇ ਐ ਪਰ ਚੜ ਕੇ ਆਏ ਸੀ ਘਰ ਕਿਤੇ ਚੜ ਕੇ ਗਏ ਹੁਣ ਦੱਸੋ ਇਤਿਹਾਸ ਪੜ੍ਹ ਕੇ ਜਿਹੜਾ ਘਰ ਤੁਹਾਡੇ ਚੜ ਕੇ ਆ ਜਾਏ ਭਾਵੇਂ ਕੋਈ ਹੋਵੇ ਘਰ ਚੜ ਕੇ ਹੀ ਆ ਜਾਏ ਜਿਹੜਾ ਫਿਰ ਤੇ ਭਾਈ ਆਏ ਨੂੰ ਤੇ ਚਾਹ ਪਾਣੀ ਛਕਾਵਾਂਗੇ ਹੀ ਆਏ ਨੂੰ ਤੇ ਤੁਸੀਂ ਕਹਿੰਦੇ ਕਿਸੇ ਨੂੰ ਕੁਛ ਵੀ ਨਹੀਂ ਹੁਣ ਮੰਨ ਲਓ ਆਹ ਆਪਾਂ ਗੱਲਾਂ ਕਰ ਰਹੇ ਹਾਂ ਆਰਾਮ ਨਾਲ ਹੁਣ ਅਗਲਾ ਨਹੀਂ ਟਿਕਣ ਦਿੰਦਾ ਕੀ ਕਰੋਗੇ ਤੁਸੀਂ ਆ ਹੁਣ ਟਕਾਲੇ ਆਪਾਂ ਦੀਵਾਨ ਲਾਉਣ ਕਿੰਨੇ ਸਾਲਾਂ ਦੇ ਆਉਂਦੇ ਆ ਤੁਸੀਂ ਦੱਸੋ ਜੀ ਮੇਰੇ ਨਾਲ ਕਦੇ ਕੋਈ ਬੰਦੂਕ ਵਾਲਾ ਬੰਦਾ ਵੇਖਿਆ ਸੀ 18 ਸਾਲ 17 ਸਾਲ ਪਹਿਲਾਂ ਵੀ ਮੈਂ ਇੱਥੇ ਪਹਿਲਾਂ 17 ਸਾਲ ਪਹਿਲਾਂ ਦੀਵਾਨ ਲਾਇਆ ਇੱਥੇ
ਦੱਸੋ ਕਦੇ ਮੇਰੇ ਨਾਲ ਕੋਈ ਰਾਈਫਲ ਵਾਲਾ ਬੰਦਾ ਵੇਖਿਆ ਜੀ ਕਿਸੇ ਨੇ ਹੁਣ ਹੁਣ ਰੱਖਣੇ ਪੈਂਦੇ ਹਾਲਾਂਕਿ ਸ਼ਰਮ ਮੰਨਦਾ ਬਹੁਤ ਧੱਕੇ ਨਾਲ ਮੈਂ ਹਾਲਾਂਕਿ ਲੜਦਾ ਰਹੀ ਨਾ ਵੀ ਨਾ ਚੱਕੂ ਨਾ ਪਰੇ ਰੱਖੋ ਯਾਰ ਸ਼ਰਮ ਆਉਂਦੀ ਹੈ ਪਰ ਕਰੀਏ ਕੀ ਕਹਿੰਦੇ ਹੁਣ ਜਦੋਂ ਅਗਲਾ ਆਰਾਮ ਨਾਲ ਤੁਹਾਨੂੰ ਬਹਿ ਕੇ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਕੋਈ ਬਹਿ ਕੇ ਗੱਲ ਨਾ ਕਰਨ ਦੇਵੇ ਫਿਰ ਕੀ ਕਰੋਗੇ ਤੁਸੀਂ ਜੇ ਕੋਈ ਸਾਧ ਬੈਠਾ ਹੋਵੇ ਮੰਨ ਲਓ ਪਿੰਡ ਦੇ ਬਾਹਰ ਤੇ ਕੁੱਤਾ ਹਲਕਾ ਤੁਰਿਆ ਜਾਂਦਾ ਕਿੱਧਰ ਜਾਂਦਾ ਪਿੰਡ ਨੂੰ ਵੱਢਣ ਚੱਲਿਆ ਪਿੰਡ ਦਾ 100 ਬੰਦੇ ਨੂੰ ਵੱਢ ਗਿਆ ਡੰਗਰਾਂ ਨੂੰ ਵੱਢ ਗਿਆ ਤੇ ਆਪਾਂ ਜਾ ਕੇ ਕਹਿੰਦੇ ਬੂਬਣਿਆ ਮਾਰਦਾ ਚਿਮਟਾ ਇਹਦੇ ਸਿਰ 'ਚ ਤੇਰਾ ਪਿੰਡ 'ਚ ਬਹਿਣ ਦਾ ਕੀ ਫਾਇਦਾ ਤੇਰਾ ਤੂੰ ਇਹਦੇ ਸਿਰ 'ਚ ਮਾਰਦਾ ਕੋਈ ਚੁੱਕ ਕੇ ਕੁਛ ਵੀ ਇਹਦਾ ਤੂੰ ਪਿੰਡ 'ਚ ਵੱਢਦਾ ਤੇਰੇ ਸਾਹਮਣੇ ਹਲਕਾ ਕੁੱਤਾ ਵੱਢ ਗਿਆ ਇੱਡਾ ਨੁਕਸਾਨ ਕਰ ਗਿਆ ਹਲਕਾ ਕੁੱਤਾ ਮਾਰਦਾ ਤੂੰ ਪਿੰਡ ਬਚਾ ਜਾਂਦਾ ਗੁਰੂ ਸਾਹਿਬ ਨੇ ਇੱਥੇ ਇਹ ਇਹ ਸਿਧਾਂਤ ਦਿੱਤਾ ਇਹ ਐਮਰਜੈਂਸੀ ਹੈ ਇਹ ਐਂਡ ਹੈ ਇਹ ਜਦੋਂ ਕੁਛ ਵੀ ਕੋਈ ਚਾਰਾ ਨਹੀਂ ਚੱਲਦਾ ਉੱਥੇ ਫਿਰ ਇਹ ਕੁਛ ਹੁੰਦਾ ਪਰ ਕਿਤੇ ਵੀ ਗੁਰੂ ਸਾਹਿਬ ਨੇ ਕੋਈ ਧੱਕਾ ਕਿਸੇ ਨਾਲ ਨਹੀਂ ਕੀਤਾ ਅੰਗੂਠਾ ਆਪਣਾ ਹੈ ਇਸ ਅੰਗੂਠੇ ਨਾਲ ਵੈਰ ਕੋਈ ਨਹੀਂ ਪਰ ਬਾਕੀ ਦੇ ਸਰੀਰ ਨੂੰ ਜੇ ਬਚਾਉਣਾ ਹੈ ਤੇ ਆਪਣਾ ਹੀ ਅੰਗੂਠਾ ਕਈ ਵਾਰੀ ਵਢਾਉਣਾ ਪੈ ਜਾਂਦਾ ਹੈ ਇਹ ਸਮਾਜ ਸਾਡਾ ਆਪਣਾ ਹੈ ਕੁਛ ਵੀ ਬਗਾਨਾ ਨਹੀਂ ਪਰ ਕਈ ਵਾਰੀ ਜਦੋਂ ਇਦਾਂ ਦੇ ਲੋਕ ਪੈਦਾ ਹੋ ਜਾਂਦੇ ਆ ਫਿਰ ਸਾਰੇ ਸਮਾਜ ਨੂੰ ਬਚਾਉਣ ਦੀ ਸੋਚ ਲੈ ਕੇ ਹੁਣ ਸਿੱਧੀ ਗੱਲ ਹੈ ਨਾ ਵੇਖੋ ਇੱਧਰ ਸੁਣੋ ਜੀ ਇਸ ਵਿਚਾਰ ਨਾਲ ਸਹਿਮਤ ਤੇ ਹੋਣਾ ਹੀ ਪੈਣਾ ਦਲੀਲਾਂ ਜਿੰਨੀਆਂ ਮਰਜ਼ੀ ਲੈ ਲਓ ਵੇਖੋ ਗਾਂ ਮਾਰਨੀ ਪਾਪ ਹੈ ਕਿ ਬੋਲੇ ਬੋਲੋ ਪਾਪ ਮੰਨਿਆ ਜਾਂਦਾ ਵੀ ਪਾਪ ਹੈ ਅੱਛਾ ਕੀੜੇ ਮਾਰਨੇ ਪਾਪ ਹੈ ਅੱਛਾ ਜੇ ਗਾਂ ਦੇ ਸਿੰਘ 'ਚ ਕੀੜੇ ਪੈ ਜਾਣ ਫਿਰ ਕੀ ਮਾਰਨਾ ਪਊ ਜੇ ਗਾਂ ਦੇ ਸਿੰਘ 'ਚ ਤੁਹਾਡੇ ਘਰਾਂ 'ਚ ਗਾਵਾਂ ਰੱਖੀਆਂ ਤੇ ਗਾਂ ਦੇ ਸਿੰਘ 'ਚ ਕੀੜੇ ਪੈ ਜਾਣ ਫਿਰ ਕੀ ਕਰੋਗੇ ਕੀੜੇ ਮਾਰਨੇ ਪੈਣਗੇ ਅੱਛਾ ਕੀੜੇ ਮਾਰਨੇ ਪੈਣਗੇ ਕਾਹਦੇ ਲਈ ਗਾਂ ਨੂੰ ਬਚਾਉਣਾ ਹੈ ਭਾਵ ਕੀ ਹੈ ਅੰਦਰ ਗਾਂ ਨੂੰ ਬਚਾਉਣਾ ਤੇ ਜੇ ਗਾਂ ਹਲਕ ਜੇ ਫਿਰ ਅੰਦਰ ਸੋਚ ਇਹ ਹੈ ਵੀ ਲੋਕਾਂ ਨੂੰ ਬਚਾਉਣਾ ਆਖੋ ਸਤਨਾਮ ਕੀੜੇ ਪਾਪ ਪੁੰਨ ਫਿਜੀਕਲੀ ਪਤਾ ਨਹੀਂ ਕਿਵੇਂ ਬਣ ਗਿਆ ਇਹ ਤੇਰੀ ਸੋਚ ਤੇ ਡਿਪੈਂਡ ਕਰਦਾ ਹੈ ਵੀ ਜਿਸ ਵੇਲੇ ਸਪਰੇ ਕਰਦਾ ਤੂੰ ਸੋਚਦਾ ਕੀ ਹੈ ਚੂਹੇ ਮਾਰਦਾ ਤੂੰ ਸੋਚਦਾ ਕੀ ਹੈ ਗਾਂ ਦੇ ਕੀੜੇ ਮਾਰਦਾ ਤੇਰੀ ਸੋਚ ਕੀ ਹੈ ਤੇਰੀ ਸੋਚ ਪਾਪ ਪੁੰਨ ਹੈ ਫਿਜੀਕਲੀ ਪਾਪ ਪੁੰਨ ਨਹੀਂ ਹੁੰਦਾ ਕਈ ਲੋਕੀ ਨੰਗੇ ਪੈਰੀ ਤੁਰੇ ਫਿਰਦੇ ਕਹਿੰਦੇ ਕੀੜਾ ਨਾ ਮਰ ਜੇ ਮੇਰੇ ਪੈਰ ਥੱਲੇ ਆ ਕੇ ਕੀੜਾ ਨਾ ਮਰ ਜੇ ਕਿਤੇ ਐ ਨਾ ਹੋ ਜੇ ਕਿਤੇ ਐ ਨਾ ਹੋ ਜੇ ਫਿਜੀਕਲੀ ਪਾਪ ਪੁੰਨ ਨਹੀਂ ਹੁੰਦਾ ਪਾਪ ਪੁੰਨ ਹੁੰਦਾ ਉਸ ਵੇਲੇ ਤੇਰੇ ਅੰਦਰ ਕੀ ਚੱਲਦਾ ਉਹਦੇ ਤੇ ਖੜੀ ਹੈ ਗੱਲ ਸਾਰੀ ਅੰਦਰ ਕੀ ਸੋਚ ਰਿਹਾ ਸੀ ਤੂੰ ਜਿਸ ਵੇਲੇ ਤੂੰ ਉਹਨੂੰ ਮਾਰਿਆ ਅੰਦਰ ਤੇਰੇ ਬਚਾਉਣ ਦਾ ਭਾਵ ਹੈ ਕਿ ਮਾਰਨ ਦਾ ਭਾਵ ਹੈ ਇਸ ਗੱਲ ਨੂੰ ਸਮਝੋ ਗੱਲ ਕੀ ਚੱਲਦੀ ਸੀ ਰੱਬੀ ਗੁਣ ਨੇ ਇਹ ਰੱਬੀ ਗੁਣ ਨੇ ਨਿਰਵੈਰਤਾ ਜਿਹੜੇ ਆਪਾਂ ਪਹਿਲਾਂ ਮੂਲ ਮੰਤਰ 'ਚ ਪੜ੍ਹਦੇ ਹਾਂ ਰੋਜ਼ ਇਹ ਸਾਡਾ ਮੂਲ ਮੰਤਰ ਹੈ ਇਹ ਸਾਡੀਆਂ ਜੜ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਸ਼ੁਰੂ ਹੁੰਦੇ ਹੈ ਇਹੀ ਵਿਆਖਿਆ ਸਾਰੀ ਗੁਰੂ ਗ੍ਰੰਥ ਸਾਹਿਬ 'ਚ ਨਿਰਵੈਰ ਨਿਰਭਉ ਹੈ ਮਾਲਕ ਡਰਦਾ ਨਹੀਂ ਕਿਸੇ ਤੋਂ ਅਸੀਂ ਵੀ ਨਾ ਡਰੀਏ ਰੱਬ ਦਾ ਗੁਣ ਸਾਡਾ ਗੁਣ ਰੱਬ ਸਾਡੇ ਵਿੱਚ ਹੀ ਰਹਿੰਦਾ ਨਿਰਭਉ ਤੇ ਨਿਰਵੈਰ ਰੱਬ ਦਾ ਕਿਸੇ ਨਾਲ ਵੈਰ ਨਹੀਂ ਤੇ ਸਾਡਾ ਵੀ ਵੈਰ ਨਾ ਕਿਸੇ ਨਾਲ ਹੋਵੇ ਵੈਰ ਨਾ ਹੋਵੇ ਭਾਈ ਅੰਦਰੋਂ ਇੱਕ ਰਸ ਰਹੀਏ ਨਿਰਵੈਰਤਾ ਆਵੇ ਗਹਿਰੇ ਤਲ ਤੇ ਇਹ ਰੱਬੀ ਗੁਣ ਪ੍ਰਗਟ ਹੋਣਾ ਨਿਰਭਉ ਨਿਰਵੈਰ ਅਗਲਾ ਗੁਣ ਕਿਹੜਾ ਜੀ ਅਕਾਲ ਮੂਰਤ ਇੱਥੇ ਹੁਣ ਇਸ ਗੱਲ ਨੂੰ ਫਿਰ ਰੁਕਦੇ ਹਾਂ ਇਹਨੂੰ ਥੋੜ੍ਹੀ ਜਿਹੀ ਵਿਆਖਿਆ ਕਰੀਏ ਅਕਾਲ ਮੂਰਤ ਦਾ ਮਤਲਬ ਹੈ ਪਰਮਾਤਮਾ ਸਮੇਂ ਦੀ ਹੱਦ ਤੋਂ ਬਾਹਰ ਹੈ ਪਰਮਾਤਮਾ ਉੱਤੇ ਕਾਲ ਦਾ ਕੋਈ ਅਸਰ ਨਹੀਂ ਪਰ ਸਾਡੇ ਉੱਤੇ ਤੇ ਅਸਰ ਹੈ ਨਾ ਹੁਣ ਵੇਖਿਓ ਇੱਥੇ ਆਪਾਂ ਐਂ ਬੈਠੇ ਹਾਂ ਐਂ ਲੱਗਦਾ ਵੀ ਸਾਰੇ ਹੀ ਬਾਬਾ ਜੀ ਬੈਠੇ ਨੇ ਐਂ ਬੈਠਣਾ ਕੋਈ ਅੱਖਾਂ ਜੀਆਂ ਬੰਦ ਕਰਕੇ ਬੈਠਾ ਹੈ ਕੋਈ ਸਮਾਧੀ ਲਾ ਕੇ ਬੈਠਾ ਹੈ ਕੋਈ ਕਿਵੇਂ ਐਂ ਲੱਗਦਾ ਵੀ ਇਹਨਾਂ ਵਰਗਾ ਤੇ ਬੰਦਾ ਹੀ ਕੋਈ ਇਹ ਇਹ ਸੋਹਣੇ ਸਮੇਂ ਦਾ ਸੋਹਣਾ ਅਸਰ ਹੈ ਚੰਗੇ ਸਮੇਂ ਦਾ ਚੰਗਾ ਪ੍ਰਭਾਵ ਹੈ ਤੇ ਹੁਣ ਇੱਥੋਂ ਆਪਾਂ ਚਲੇ ਜਾਣਾ ਹੈ ਤੇ ਹੁਣ ਵੱਜੇ ਨੇ 3:30 ਸਾਢੇ ਕੁ 4 ਵਜੇ ਤੱਕ ਆਪਾਂ ਘਰ ਪਹੁੰਚ ਹੀ ਜਾਵਾਂਗੇ ਤੇ 5:30 ਵਜੇ ਤੱਕ ਕੋਈ ਯਾਰ ਬੇਲੀ ਆ ਗਿਆ ਆ ਜਾ ਯਾਰ ਠੰਡ ਬਹੁਤ ਹੈ ਲਾ ਲਈਏ ਘੁੱਟ
ਸ਼ਾਮ ਅੱਜ ਹੀ ਸ਼ਾਮ ਨੂੰ ਇਲੈਕਸ਼ਨ ਦਾ ਸਮਾਂ ਚੱਲਦਾ ਯਾਰ ਅੱਜ ਕੱਲ੍ਹ ਤੇ ਫ੍ਰੀ ਮਿਲ ਜਾਂਦੀ ਵੋਟਾਂ ਵਾਲੇ ਦਿਨ ਸੁਣਿਓ ਅਖੇ ਚਲੋ ਕੱਲ੍ਹ ਗੱਲ ਹੋਈ ਗਈ ਸੀ ਇਹਨਾਂ ਦੇ ਝੰਡਿਆਂ ਪਿੱਛੇ ਡੰਡੇ ਵੇਖ ਲਿਆ ਕਰੋ ਬਾਕੀ ਵੋਟਾਂ ਵਾਲੇ ਦਿਨ ਅਖਬਾਰ ਚ ਆਇਆ ਅੱਜ ਠੇਕੇ ਬੰਦ ਰਹਿਣਗੇ ਅੱਜ ਠੇਕੇ ਬੰਦ ਰਹਿਣਗੇ ਮੈਂ ਕਿਹਾ ਅਗਲੀ ਲਾਈਨ ਵੀ ਲਿਖ ਦਿਓ ਵੀ ਮੂਰਖ ਹੈ ਜਿਹੜਾ ਅੱਜ ਲੈਣ ਵਾਸਤੇ ਆਊਗਾ ਭਾਈ ਅੱਜ ਠੇਕੇ ਬੰਦ ਰਹਿਣਗੇ ਘਰੋਂ ਕਰੀ ਬੋਤਲਾਂ ਵੀ ਅੱਜ ਪਾਗਲ ਹੈ ਬੰਦਾ ਠੇਕੇ ਤੇ ਆਊ ਅਗਲੀ ਗੱਲ ਵੀ ਲਿਖ ਦਿਓ ਨਾ ਥੋੜ੍ਹੀ ਜਿਹੀ ਅੱਗੇ ਐਡ ਕਰੋ ਨਾ ਥੋੜ੍ਹਾ ਜਿਹਾ ਬੜਾ ਕੁਛ ਹੋ ਰਿਹਾ ਚਲੋ ਆਓ ਹੁਣ ਜੋ ਗੱਲ ਚੱਲਦੀ ਹੈ ਵੀ ਇਹ ਇਹ ਹੁਣ ਹੁਣ ਅਸੀਂ ਬਾਬੇ ਬਣੇ ਬੈਠੇ ਇੱਥੇ ਐਂ ਲੱਗਦਾ ਹੈ ਵੀ ਇਹਦੇ ਵਰਗਾ ਭਗਤ ਕੋਈ ਨਹੀਂ ਹੁਣ ਸੋਹਣੇ ਚੰਗੇ ਸਮੇਂ ਦਾ ਚੰਗਾ ਅਸਰ ਹੈ ਸ਼ਾਮ ਨੂੰ ਮਾੜੇ ਉਹ ਬੰਦੇ ਆ ਕੇ ਬਹਿ ਗਏ ਜਦੋਂ ਮਾਹੌਲ ਮਾੜਾ ਬਣ ਗਿਆ ਉਸ ਸਮੇਂ ਦਾ ਫਿਰ ਉਸ ਸਮੇਂ ਦਾ ਅਸਰ ਪੈ ਗਿਆ ਕਦੀ ਅਸੀਂ ਗੁਰੂ ਦੇ ਸਿੱਖ ਹਾਂ ਐਂ ਬੈਠੇ ਹਾਂ ਤੇ ਕਦੇ ਕਦੇ ਪੈਲਸਾਂ 'ਚ ਜਾ ਕੇ ਵੇਖਿਓ ਐਂ ਲੱਗਦਾ ਵੀ ਨਚਾਰ ਹੈ ਯਾਰ ਐਂ ਲੱਗਦਾ ਹੈ ਵੀ ਇਹਦੇ ਵਿੱਚ ਤੇ ਨਚਾਰ ਸੀ ਕਿੱਡਾ ਵੱਡਾ ਅਸੀਂ ਕਦੇ ਹਿਸਾਬ ਹੀ ਨਹੀਂ ਲਾਇਆ ਵੀ ਨੱਚਦਾ ਹੈ ਐਂ ਫਿਰ ਉੱਥੇ ਛਾਲਾਂ ਮਾਰ ਮਾਰ ਕੇ ਨੱਚਦਾ ਹੈ ਜਦੋਂ ਪੈਲਸ 'ਚ ਗਿਆ ਉਦਾਂ ਦਾ ਬਣ ਗਿਆ ਗੁਰਦੁਆਰੇ ਗਿਆ ਭਗਤ ਬਣ ਗਿਆ ਯਾਰਾਂ 'ਚ ਬਹਿ ਗਿਆ ਉਵੇਂ ਦਾ ਹੋ ਗਿਆ ਘਰ ਵਾਲੀ ਕੋਲ ਆ ਗਿਆ ਉਵੇਂ ਦਾ ਹੋ ਗਿਆ ਬਾਹਰ ਗਿਆ ਫਿਰ ਉਵੇਂ ਦਾ ਹੋ ਗਿਆ ਭਾਵ ਕਹਿਣ ਦਾ ਇਹ ਕਈ ਕੁਛ ਇਹਦੇ ਅੰਦਰ ਬਦਲਦਾ ਰਹਿੰਦਾ ਹੈ ਕਦੇ ਕਿਵੇਂ ਪਰ ਕਹਿੰਦੇ ਰੱਬ 'ਤੇ ਸਮੇਂ ਦਾ ਅਸਰ ਨਹੀਂ ਹੁੰਦਾ ਇਦਾਂ ਦਾ ਬਣ ਵੀ ਤੇਰੇ ਉੱਤੇ ਸਮੇਂ ਦਾ ਅਸਰ ਨਾ ਹੋਵੇ ਤੂੰ ਇੱਕ ਰਸ ਰਵੇਂ ਜੋ ਹੈ ਸੋ ਹੈ ਹੁਣ ਵੀ ਉਵੇਂ ਸ਼ਾਮ ਨੂੰ ਵੀ ਉਵੇਂ ਸਵੇਰੇ ਵੀ ਉਵੇਂ ਦਿਨੇ ਵੀ ਉਵੇਂ ਰਾਤ ਨੂੰ ਵੀ ਉਵੇਂ ਵੀ ਇੱਕੋ ਜਿਹਾ ਹੀ ਰਵੇਂ ਜੇ ਸਿੱਖ ਹੈ ਤੇ ਸਿੱਖ ਰਹਿ ਇਹ ਕਹਿਣਾ ਚਾਹੁੰਦੇ ਇਹਨੂੰ ਕਹਿੰਦੇ ਆ ਅਕਾਲ ਮੂਰਤ ਰੱਬ ਅਕਾਲ ਮੂਰਤ ਹੈ ਰੱਬੀ ਗੁਣ ਹੈ ਸਾਡਾ ਇਹ ਸਾਡਾ ਗੁਣ ਹੈ ਰੱਬ ਦਾ ਗੁਣ ਮਤਲਬ ਸਾਡਾ ਗੁਣ ਅਕਾਲ ਮੂਰਤ ਅਗਲਾ ਕੀ ਹੈ ਬੋਲੋ ਅਕਾਲ ਮੂਰਤ ਅੱਗੇ ਅਜੂਨੀ ਜੂਨਾਂ ਤੋਂ ਰਹਿਤ ਹੈ ਰੱਬ ਤੇ ਅਸੀਂ ਵੀ ਜੂਨਾਂ ਤੋਂ ਰਹਿਤ ਹੋਣਾ ਹੈ ਕਿਵੇਂ ਬਸ ਉਹ ਪਹਿਲਾਂ ਗੱਲ ਆਪਣੀ ਹੋ ਹੀ ਗਈ ਹੈ ਵੀ ਸਰੀਰ ਬੰਦੇ ਦਾ ਹੈ ਤੇ ਬੰਦਾ ਬਣ ਕੇ ਰਹੇ ਅੰਦਰੋਂ ਕੁੱਤਾ ਗਧਾ ਨਾ ਬਣ ਅੰਦਰੋਂ ਸੱਪ ਨਾ ਬਣ ਅੰਦਰੋਂ ਪਸ਼ੂਆਂ ਵਾਲੇ ਕੰਮ ਨਾ ਕਰ ਜਿਹੜਾ ਹਰ ਵੇਲੇ ਜੂਨਾਂ ਵਿੱਚ ਪਿਆ ਰਹਿਣਾ ਹੈ ਰੱਬ ਅਜੂਨੀ ਹੈ ਤੂੰ ਅਜੂਨੀ ਹੋ ਜਾ ਰੱਬ ਦਾ ਗੁਣ ਪ੍ਰਗਟ ਕਰ ਆਪਣੇ ਆਪ ਵਿੱਚੋਂ ਰੱਬ ਦਾ ਗੁਣ ਪ੍ਰਗਟ ਕਰ ਅਜੂਨੀ ਅਗਲਾ ਗੁਣ ਕਿਹੜਾ ਜੀ ਸੈ ਪੰਗ ਉਹਨੂੰ ਕਿਸੇ ਨੇ ਬਣਾਇਆ ਨਹੀਂ ਉਹ ਆਪਣੇ ਆਪ ਬਣਿਆ ਹੈ ਪਰਮਾਤਮਾ ਆਪਣੇ ਪੈਰਾਂ ਤੇ ਆਪ ਖੜਾ ਹੈ ਇਹਦਾ ਸਿੱਧਾ ਜਿਹਾ ਅਰਥ ਇਹ ਹੈ ਵੀ ਆਪਣੇ ਪੈਰਾਂ ਤੇ ਆਪਣੀ ਜ਼ਿੰਦਗੀ 'ਚ ਆਪ ਖੜੇ ਹੋਵੋ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਓ ਆਪਣੀ ਮਿਹਨਤ ਦੇ ਨਾਲ ਤਰੱਕੀ ਕਰੋ ਆਪਣੀ ਮਿਹਨਤ ਦੇ ਨਾਲ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੋ ਆਪਣੀ ਮਿਹਨਤ ਦੇ ਨਾਲ ਆਪਣੀ ਗੱਡੀ ਖਰੀਦੋ ਆਪਣੀ ਮਿਹਨਤ ਦੇ ਨਾਲ ਮੋਟਰਸਾਈਕਲ ਖਰੀਦੋ ਆਪਣੀ ਮਿਹਨਤ ਦੇ ਨਾਲ ਸਾਰਾ ਕੁਝ ਕਰੋ ਸੁਣੋ ਜੀ ਆਪਣੀ ਮਿਹਨਤ ਨਾਲ ਕਰੋ ਸਾਰਾ ਕੁਝ ਪਰਮਾਤਮਾ ਕਿਸੇ ਦੇ ਸਹਾਰੇ ਨਹੀਂ ਅਸੀਂ ਵੀ ਕਿਸੇ ਦੇ ਸਹਾਰੇ ਨਹੀਂ ਰਹਿਣਾ ਇਸੇ ਕਰਕੇ ਬਾਹਰਲਿਆਂ ਦੇਸ਼ਾਂ ਵਿੱਚ ਮੈਂ ਕਹਿੰਦਾ ਇਹ ਗੁਣ ਮੈਂ ਹੈਰਾਨ ਹੋਈ ਦਾ ਵੇਖ ਕੇ ਵੀ ਪੜ੍ਹਦੇ ਅਸੀਂ ਬੁੱਢੇ ਹੋ ਚੱਲੇ ਸਾਰੇ ਅਖੇ ਜੀ ਮੂਲ ਮੰਤਰ ਪੜ੍ਹਦੇ ਆ ਸਮਝ ਬਾਹਰਲਿਆਂ ਨੂੰ ਆਇਆ ਹੋਇਆ ਇਹ ਕਿੰਨੀ ਵਾਰੀ ਕਿਹਾ ਵੀ ਢੋਲਕੀਆਂ ਦੇ ਪਤਾ ਨਹੀਂ ਕਿੰਨੇ ਕੁ ਪੁੜੇ ਪਾਟ ਕੇ ਕਿੰਨੀਆਂ ਕੁ ਅਸੀਂ ਜੋੜੀਆਂ ਪਾਟ ਛੱਡੀਆਂ ਕਿੰਨੇ ਵਾਜੇ ਟੁੱਟ ਕੇ ਸਾਡੇ ਗਾ ਗਾ ਕੇ ਪਵਨ ਗੁਰੂ ਪਾਣੀ ਪਿਤਾ ਇਹਦੀ ਸਮਝ ਗੋਰਿਆਂ ਨੂੰ ਆਈ ਹੋਈ ਪਵਨ ਉਹਨਾਂ ਦੀ ਸਾਫ਼ ਹੈ ਪਾਣੀ ਉਹਨਾਂ ਦਾ ਸਾਫ਼ ਹੈ ਸਾਡੇ ਕੁਛ ਵੀ ਠੀਕ ਨਹੀਂ ਨਾ ਪਵਨ ਸ਼ੁੱਧ ਹੈ ਨਾ ਪਾਣੀ ਸ਼ੁੱਧ ਹੈ ਅਸੀਂ ਸਾਰਾ ਕੁਛ ਹੀ ਵਿਗਾੜੀ ਫਿਰਦੇ ਹਾਂ ਗਾਈ ਅਸੀਂ ਜਾਂਦੇ ਹਾਂ ਸਮਝੀ ਉਹ ਬੈਠੇ ਹੈ ਸਾਡੇ ਗੁਰੂ ਜੀ ਨੇ ਕਿੰਨੇ ਸਾਲ ਪਹਿਲਾਂ ਸਮਝਾਇਆ ਸਾਨੂੰ ਸਾਰਾ ਕੁਛ ਮਾਡਲ ਬਣਾ ਕੇ ਦਿੱਤੇ ਮੈਂ ਅਮਰੀਕਾ ਐਤਕੀ ਗਿਆ ਨਾ ਹੁਣ ਤੇ ਮੈਂ ਉੱਥੇ ਦੀਵਾਨ ਵਿੱਚ ਇਹ ਗੱਲ ਪੂਰੀ ਚੰਗੀ ਤਰ੍ਹਾਂ ਐਕਸਪਲੇਨ ਕੀਤੀ ਭਈ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਅਮਰੀਕਾ ਦੇ ਵਿੱਚ ਔਰਤ ਤੇ ਮਰਦ ਬਰਾਬਰ ਨੇ
ਜਿੱਦਣ ਕਰਤਾਰਪੁਰ ਬਣਿਆ ਸੀ ਉੱਥੇ ਵੀ ਬਰਾਬਰ ਸੀ। ਕਹਿੰਦੇ ਜੀ ਇੱਥੇ ਦਵਾ ਇੱਕੋ ਜਿਹੀ ਦਵਾਈ ਮਿਲਦੀ ਹੈ ਸਾਰਿਆਂ ਨੂੰ। ਗੁਰੂ ਜੀ ਨੇ ਇਦਾਂ ਦਾ ਦਵਾਖਾਨਾ ਬਣਵਾਇਆ ਸੀ ਜਿੱਥੇ ਮਰਜ਼ ਕਹਿੰਦੇ ਜਿੱਦਣ ਮੈਂ ਬਿਮਾਰ ਹੋਇਆ ਮੇਰੇ ਬੱਚੇ ਬਿਮਾਰ ਹੋਏ ਉਹ ਵੀ ਇੱਥੇ ਹੀ ਆਉਣਗੇ, ਕੋਈ ਗਰੀਬ ਲੋੜਵੰਦ ਇੱਥੇ ਆਏਗਾ। ਉੱਥੇ ਕਹਿੰਦੇ ਸੀ ਜੀ ਉੱਥੇ ਕੋਈ ਜਾਤ ਪਾਤ ਨਹੀਂ ਪੁੱਛਦਾ, ਇੱਥੇ ਘਰ ਜੱਟਾਂ ਦਾ, ਇੱਥੇ ਨਾਲ ਕੋਈ ਰਮਦਾਸੀ ਆ ਸਿੱਖ ਖਰੀਦ ਲਵੇ, ਇੱਥੇ ਕੋਈ ਖਰੀਦ ਲਵੇ, ਉੱਥੇ ਕੋਈ ਜਾਤ ਪਾਤ ਪੁੱਛਦਾ ਹੀ ਨਹੀਂ। ਸਾਡੇ ਤੇ ਅੱਡ ਅੱਡ ਨੇ ਨਾ, ਵਿਹੜੇ ਵਾਲਿਆਂ ਦੇ ਘਰ ਅੱਡ ਨੇ, ਜੱਟਾਂ ਦੇ ਅੱਡ ਨੇ, ਬਾਕੀਆਂ ਦੇ ਅੱਡ ਨੇ, ਇੱਥੇ ਤੇ ਇਦਾਂ ਹੈ। ਪਰ ਕਰਤਾਰਪੁਰ ਵਿੱਚ ਇਦਾਂ ਨਹੀਂ ਸੀ, ਕਰਤਾਰਪੁਰ ਵਿੱਚ ਇਦਾਂ ਨਹੀਂ। ਗੁਰੂ ਜੀ ਨੇ ਕਿਹਾ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚੱਲ ਹੈ ਬਹੁਤ ਵਿਕਾਰਾ। ਕਹਿੰਦੇ ਜਾਤ ਦਾ ਮਾਨ ਨਾ ਕਰ, ਜਿਹੜਾ ਬੰਦਾ ਕਿਸੇ ਦੀ ਜਾਤ ਪੁੱਛਦਾ ਇੱਥੋਂ ਤੱਕ ਵੀ ਕਿਹਾ ਵੀ ਉਹ ਮੇਰਾ ਸਿੱਖ ਨਹੀਂ। ਜਿਹੜਾ ਸਿੱਖ ਸਿੱਖ ਦੀ ਜਾਤ ਪੁੱਛੇ ਵੀ ਤੇਰੀ ਬਰਾਦਰੀ ਕੀ ਹੈ, ਤੇਰੀ ਜਾਤ ਗੋਤ ਕੀ ਹੈ। ਤੇ ਕਰਤਾਰਪੁਰ ਇਦਾਂ ਦਾ ਮਾਡਲ ਬਣਾ ਕੇ ਵਿਖਾਇਆ ਸੀ ਜਿੱਥੇ ਇੱਕੋ ਜਿਹੇ ਘਰ ਸੀ ਸਾਰਿਆਂ ਦੇ, ਕੋਈ ਨਹੀਂ ਸੀ ਵੀ ਇੱਥੇ ਨਹੀਂ ਰਹਿ ਸਕਦਾ, ਬਰਾਬਰ ਘਰ। ਸਾਰੇ ਕਿੱਤਿਆਂ ਦੇ ਲੋਕ ਲਿਆਂਦੇ, ਪਾਣੀ ਇੱਕੋ ਜਿਹਾ ਮਿਲਦਾ ਸੀ, ਰੋਟੀ ਇੱਕੋ ਜੀ ਖਾਂਦੇ ਸੀ ਸਾਰੇ। ਤੇ ਜਿਹੜਾ ਬਾਹਰਲੇ ਕਹਿੰਦੇ ਆ ਟੈਕਸ ਭਰਦੇ ਆ ਉਹਨੂੰ ਅਸੀਂ ਸਾਡੀ ਭਾਸ਼ਾ 'ਚ ਸਾਡੇ ਗੁਰੂ ਜੀ ਨੇ ਕਿਹਾ ਦਸਵੰਧ, ਦਸਵੰਧ ਕੱਢਣਾ। ਤੇ ਅਮਰੀਕਾ ਵਰਗਾ ਉਸ ਵੇਲੇ ਜਦੋਂ ਡਿਕਟੇਟਰਸ਼ਿਪ ਸੀ ਇੱਥੇ, ਇੱਕ ਬੰਦੇ ਦਾ ਰਾਜ ਸੀ, ਜਦ ਲੋਕਤੰਤਰ ਨਹੀਂ ਸੀ ਜੀ, ਲੋਕਾਂ ਦਾ ਰਾਜ ਨਹੀਂ ਸੀ, ਲੋਕਤੰਤਰ ਨਹੀਂ ਸੀ। ਰਾਜ ਜਿਹੜਾ ਮਰਜ਼ੀ ਆਵੇ, ਹੁਣ ਜਿਵੇਂ ਇਲੈਕਸ਼ਨ ਹੋਏਗੀ ਉਹ ਰਾਜ ਜਿਹਦਾ ਮਰਜ਼ੀ ਹੋਵੇ ਪਰ ਉਹ ਲੋਕਾਂ ਦਾ ਰਾਜ ਹੈ ਕਿਉਂਕਿ ਲੋਕਾਂ ਦਾ ਬਣਾਇਆ ਹੁੰਦਾ ਹੈ। ਇਹਨੂੰ ਲੋਕਤੰਤਰ ਕਹਿੰਦੇ ਹੈ, ਲੋਕਤੰਤਰ ਲੋਕਾਂ ਦਾ ਬਣਾਇਆ ਹੋਇਆ। ਉਦੋਂ ਡਿਕਟੇਟਰਸ਼ਿਪ ਸੀ, ਇੱਕ ਬੰਦੇ ਦੀ ਚੱਲਦੀ ਸੀ, ਇੱਕ ਬੰਦੇ ਦੀ ਚੱਲਦੀ ਸੀ। ਸਤਿਗੁਰੂ ਜੀ ਨੇ ਜਿਵੇਂ ਲੋਕ ਦਸਵੰਧ ਕੱਢਦੇ ਹੈ ਤੇ ਗੁਰੂ ਜੀ ਨੇ ਇਦਾਂ ਟੈਕਸ ਜਿਵੇਂ ਹੁੰਦਾ ਇਦਾਂ ਦਸਵੰਧ ਬਣਾਇਆ ਵੀ ਦਸਵੰਧ ਕੱਢਣਾ ਸਾਰਿਆਂ ਨੇ। ਹੁਣ ਵੇਖੋ ਦਸਵੰਧ ਦੀ ਗੱਲ ਵੇਖੋ, ਦੀਵਾਨ ਹਾਲ ਆਪਾਂ ਬਣਾ ਲਿਆ, ਦਰਬਾਰ ਸਾਹਿਬ ਬਣਾ ਲਿਆ, ਗੁਰਦੁਆਰਾ ਬਣਾ ਲਿਆ। ਹੁਣ ਗੁਰਦੁਆਰੇ ਵਿੱਚ ਇੱਕ ਬੰਦੇ ਨੇ ਤੇ ਲੱਖ ਰੁਪਈਆ ਹਿੱਸਾ ਪਾਇਆ, ਇੱਕ ਬੰਦੇ ਨੇ 1000 ਹੀ ਪਾਇਆ ਤੇ ਇੱਕ ਬੰਦੇ ਨੇ 100 ਰੁਪਈਆ ਹੀ ਪਾਇਆ ਹੈ, ਪਰ ਬਹਿੰਦੇ ਤੇ ਬਰਾਬਰ ਹੀ ਨੇ। ਆਖੋ ਸਤਨਾਮ। ਹੁਣ ਆ ਸਮਾਗਮ ਦੇ ਵਿੱਚ ਕਿਸੇ ਬੰਦੇ ਨੇ 10000 ਦਿੱਤਾ ਹੋਣਾ ਹੈ, ਕਿਸੇ ਨੇ 100 ਰੁਪਏ ਹਿੱਸਾ ਪਾਇਆ ਹੋਣਾ ਹੈ, ਪਰ ਬੈਠੇ ਤੇ ਆਪਾਂ ਸਾਰੇ ਇੱਕੋ ਜਿਹੇ ਹੀ ਆ, ਰੋਟੀ ਪਾਣੀ ਵੀ ਸਾਰਿਆਂ ਨੇ ਇੱਕੋ ਜਿਹੀ ਖਾ ਲੈਣਾ ਹੈ। ਇਹ ਇਦਾਂ ਕੀ ਹੈ ਵੀ ਅਮਰੀਕਾ ਦੇ ਵਿੱਚ ਬੜੇ ਲੋਕ ਇਦਾਂ ਦੇ ਹੈ, ਇੱਕ ਬੰਦਾ ਲੱਖ ਡਾਲਰ ਟੈਕਸ ਭਰਦਾ ਹੈ, ਇੱਕ ਬੰਦਾ 1000 ਡਾਲਰ ਹੀ ਟੈਕਸ ਭਰਦਾ ਹੈ, ਜਿਹੜਾ ਕੰਮ ਨਹੀਂ ਕਰਦਾ ਉਹ ਭਰਦਾ ਹੀ ਨਹੀਂ, ਪਰ ਰੋਡ ਤੇ ਸਾਰੇ ਹੀ ਵਰਤਦੇ ਹੈ, ਸੜਕਾਂ ਤੇ ਸਾਰੇ ਹੀ ਯੂਜ ਕਰਦੇ ਹੈ, ਫਿਰ ਹਸਪੀਟਲ ਤੇ ਸਾਰੇ ਹੀ ਵਰਤਦੇ ਆ ਨਾ, ਦਵਾਈ ਸਾਰਿਆਂ ਨੂੰ ਬਰਾਬਰ ਮਿਲਦੀ ਹੈ। ਸਾਡੇ ਗੁਰੂ ਸਾਹਿਬ ਨੇ ਆਹ ਕਰਾਮਾਤਾਂ ਨੇ, ਬੰਦਾ ਉੱਡ ਗਿਆ ਜੀ, ਛੂ ਕਰਕੇ ਸ਼ਕਤੀ ਨਿਕਲ ਆਈ, ਸੂਰਜ ਨੂੰ ਮੂੰਹ ਚ ਪਾ ਲਿਆ, ਇਦਾਂ ਦੀਆਂ ਕਰਾਮਾਤਾਂ ਸਾਡੇ ਧਰਮ ਵਿੱਚ ਨਹੀਂ ਕੀਤੀਆਂ ਗਈਆਂ, ਸਿੱਖ ਧਰਮ ਵਿੱਚ ਇਦਾਂ ਦਾ ਕੁਝ ਨਹੀਂ, ਆਹ ਕਰਾਮਾਤ ਨਹੀਂ ਕਿਤੇ। ਜਿਹੜੇ ਵੇਲੇ 'ਚ ਡਿਕਟੇਟਰਸ਼ਿਪ ਸੀ ਇੱਕੋ ਜਿਹਾ ਦਵਾਕ ਇੱਕੋ ਜਿਹੀ ਦਵਾਈ, ਇੱਕੋ ਜਿਹੀ ਦਵਾਈ ਮਿਲਦੀ ਸੀ, ਇੱਕੋ ਜਿਹਾ ਖਾਣਾ ਮਿਲਦਾ ਸੀ, ਇੱਕੋ ਜਿਹਾ ਪਾਣੀ ਪੀਣ ਨੂੰ ਮਿਲਦਾ ਸੀ, ਬਰਾਬਰ ਦਸਵੰਧ ਕੱਢਦੇ ਸੀ ਸਾਰੇ, ਸਾਫ਼ ਸਫਾਈ ਦਾ ਖਿਆਲ ਰੱਖਿਆ ਜਾਂਦਾ ਸੀ। ਗੁਰੂ ਜੀ ਕਹਿੰਦੇ ਇੱਦਾਂ ਜਿੱਦਾਂ ਕਰਤਾਰਪੁਰ ਬਣਾਇਆ ਇੱਦਾਂ ਕਿਉਂ ਨਹੀਂ ਬਣਾਉਂਦੇ, ਜਿਵੇਂ ਨਿੱਕਾ ਜਿਹਾ ਮੈਂ ਪਿੰਡ ਬਣਾਇਆ, ਸੁਣੋ ਧਿਆਨ ਨਾਲ, ਜਿੱਦਾਂ ਦਾ ਮੈਂ ਨਿੱਕਾ ਜਿਹਾ ਪਿੰਡ ਬਣਾਇਆ ਇੱਦਾਂ ਦੇ ਸਾਰੇ ਪਿੰਡ ਬਣਾਓ, ਇੱਦਾਂ ਦੇ ਸਾਰੇ ਸ਼ਹਿਰ ਬਣਾਓ, ਧਿਆਨ ਇਕਾਗਰ ਰੱਖੋ ਬਈ ਜਰਾ, ਇੱਦਾਂ ਦੇ ਸਾਰੇ ਸ਼ਹਿਰ ਬਣਾਓ। ਉਹ ਕਰਤਾਰਪੁਰ ਬਣਿਆ, ਮਾਡਲ ਬਣਾ ਕੇ ਵਿਖਾਇਆ, ਸੁਣੋ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਬਣਾ ਕੇ ਵਿਖਾਇਆ, ਉਹਦੇ ਤੇ ਜਦੋਂ ਕਬਜ਼ਾ ਹੋ ਗਿਆ ਫਿਰ ਗੋਇੰਦਵਾਲ ਸਾਹਿਬ ਬਣਾ ਕੇ ਵਿਖਾਇਆ ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਬਣਾ ਕੇ ਵਿਖਾਇਆ, ਇਦਾਂ ਦਾ ਮਾਡਲ ਬਣਾ ਕੇ ਵਿਖਾਇਆ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਵਸਾ ਕੇ ਵਿਖਾਇਆ, ਇਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਨੇ ਕੀਰਤਪੁਰ ਵਸਾ ਕੇ ਵਿਖਾਇਆ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਬਣਾ ਕੇ ਵਿਖਾਇਆ, ਜਿੱਥੇ ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ। ਅਨੰਦਪੁਰ ਸਾਹਿਬ ਵਿੱਚ ਘਰ ਬਰਾਬਰ ਬਰਾਬਰ ਸੀ, ਵਿਹੜੇ ਵਾਲਿਆਂ ਦੇ ਘਰ ਅੱਡ ਨਹੀਂ ਸਨ।
ਸਾਰੇ ਇਕੱਠੇ ਹੀ ਰਹਿੰਦੇ ਸੀ ਇਕੱਠੇ ਸਾਡਿਆਂ ਪਿੰਡਾਂ ਵਿੱਚ ਫਰਕ ਹੈ ਇਹ ਉਦਾਂ ਦੇ ਮਾਡਲ ਨਹੀਂ ਇਸੇ ਕਰਕੇ ਬਾਰ-ਬਾਰ ਢਾਉਣ ਵਾਲੇ ਆਉਂਦੇ ਸੀ ਚੜ-ਚੜ ਕੇ ਆਉਂਦੇ ਸੀ ਕਹਿੰਦੇ ਜੇ ਇਦਾਂ ਦਾ ਸਿਸਟਮ ਬਣ ਗਿਆ ਇਦਾਂ ਦਾ ਸਿਸਟਮ ਬਣ ਗਿਆ ਸਾਰਾ ਕੁਝ ਹੀ ਹਿੱਲ ਜਾਣਾ ਹੈ ਤੇ ਚੇਤਾ ਰੱਖੋ ਜੀ ਜੇ ਗੁਰੂ ਨਾਨਕ ਦੇ ਬਣੇ ਕਰਤਾਰਪੁਰ ਵਾਂਗੂ ਗੁਰੂ ਗੋਬਿੰਦ ਸਿੰਘ ਦੇ ਬਣਾਏ ਅਨੰਦਪੁਰ ਸਾਹਿਬ ਵਾਂਗੂ ਜੇ ਸਾਰਾ ਕੁਝ ਬਣ ਜਾਂਦਾ ਅੱਜ ਸਾਡੇ ਬੱਚਿਆਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸੀ ਪੈਣੀ ਇੱਥੇ ਹੀ ਸਭ ਕੁਝ ਹੋ ਜਾਣਾ ਸੀ ਗੁਰੂ ਜੀ ਨੇ ਜੋ ਕਿਹਾ ਕਾਨੂੰਨ ਗੁਰਬਾਣੀ ਵਿੱਚ ਲਿਖਿਆ ਹੈ ਤੇ ਉਹ ਕਰਕੇ ਵੀ ਵਿਖਾਇਆ ਸ਼ਹਿਰ ਵਸਾ ਕੇ ਵਿਖਾਏ ਪਿੰਡ ਵਸਾ ਕੇ ਵਿਖਾਏ ਕਹਿੰਦੇ ਕਿਉਂ ਨਹੀਂ ਇਦਾਂ ਹੋ ਸਕਦਾ ਇਦਾਂ ਦਾ ਸਿਸਟਮ ਬਣ ਸਕਦਾ ਹੈ ਇਦਾਂ ਦੇ ਪਿੰਡ ਵਸ ਸਕਦੇ ਹੈ ਜਿੱਥੇ ਸਾਰੇ ਬਰਾਬਰ ਹੋ ਰਹਿਣਗੇ ਇਕੱਠੇ ਰਹਿਣਗੇ ਇਸ ਕਰਕੇ ਇਹ ਸਾਡੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀ ਇਹ ਰੱਬੀ ਗੁਣ ਹੈ ਜਿਹੜਾ ਆਪਣੀ ਜ਼ਿੰਦਗੀ ਵਿੱਚ ਆਪਣੇ ਪੈਰਾਂ ਤੇ ਆਪ ਖੜੇ ਹੋ ਗੱਲ ਚੱਲਦੀ ਸੀ ਨਾ ਸੈ ਭੰਗ ਰੱਬ ਦਾ ਜਿਹੜਾ ਗੁਣ ਹੈ ਨਾ ਜੀ ਸੈ ਭੰਗ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਤੇ ਬਾਹਰਲੇ ਬੱਚੇ ਜਿਹੜੇ ਐ ਕਈ ਬੰਦੇ ਇਦਾਂ ਦੇ ਵੀ ਵੇਖੇ ਐ ਕਿ ਸਾਡੇ ਉੱਥੇ ਪਿਆਰ ਵਾਲੇ ਸਿੰਘ ਮਿਲਦੇ ਐ ਉਹਨਾਂ ਦੀ 2000 ਏਕੜ ਜ਼ਮੀਨ ਹੈ 2000 ਏਕੜ 2000 ਕਿੱਲਾ ਜ਼ਮੀਨ ਦਾ ਹੈ ਬਦਾਮਾਂ ਦੀ ਖੇਤੀ ਕਰਦੇ ਐ ਤੇ ਉਹਨਾਂ ਦਾ ਬੇਟਾ ਬਾਹਰ ਜੌਬ ਕਰਦਾ ਕਿਸੇ ਪੈਟਰੋਲ ਸਟੇਸ਼ਨ ਤੇ ਕੰਮ ਕਰਦਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਹਾਡਾ ਇੱਕੋ ਇੱਕ ਬੇਟਾ ਹੈ ਉਹ ਪੈਟਰੋਲ ਸਟੇਸ਼ਨ ਤੇ ਕੰਮ ਕਰਦਾ ਹੈ ਤੇ ਤੁਸੀਂ ਉਹਨੂੰ ਕਹੋ ਵੀ ਤੇਰਾ ਹੀ ਹੈ ਸਾਰਾ ਕੁਝ ਕਹਿੰਦੇ ਮੈਂ ਕਿੰਨੀ ਵਾਰੀ ਕਿਹਾ ਪਤਾ ਮੈਨੂੰ ਕੀ ਕਹਿੰਦਾ ਹੈ ਖਾਓ ਹੰਡਾਓ ਬਾਪੂ ਇਹ ਤੇਰਾ ਹੈ ਅਸੀਂ ਆਪਣਾ ਆਪ ਕਮਾਵਾਂਗੇ ਜਿਹੜਾ ਆਪ ਕਮਾ ਕੇ ਘਰ ਲੈ ਕੇ ਰਹਿਣ ਦਾ ਸਵਾਦ ਹੈ ਨਾ ਉਹ ਕਿਤੇ ਨਹੀਂ ਆਉਂਦਾ ਬਾਹਰਲੇ ਬੱਚੇ ਇਹ ਸੋਚਦੇ ਆ ਜੀ ਉਹਨਾਂ ਨੂੰ ਸਕੂਲਾਂ 'ਚ ਇਦਾਂ ਪੜ੍ਹਾਇਆ ਜਾਂਦਾ ਹੈ ਵੀ ਆਪਣੀ ਜਾਇਦਾਦ ਆਪ ਬਣਾਇਓ ਆਪਣੇ ਘਰ ਆਪ ਬਣਾਇਓ ਇਹ ਸਮਝਾਇਆ ਜਾਂਦਾ ਹੈ ਇੱਥੇ ਗੁਰੂ ਜੀ ਕੀ ਕਹਿੰਦੇ ਹੈ ਸੈ ਭੰਗ ਆਪਣੇ ਪੈਰਾਂ ਤੇ ਰੱਬ ਆਪ ਖੜਾ ਹੈ ਭਾਵ ਤੇਰਾ ਹੀ ਗੁਣ ਹੈ ਇਹਨੂੰ ਪ੍ਰਗਟ ਕਰ ਆਪਣੇ ਆਪ ਵਿੱਚੋਂ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਈ ਆਪਣੀ ਮਿਹਨਤ ਨਾਲ ਆਪਣੀ ਗੱਡੀ ਖਰੀਦੀ ਤੇ ਦਾਜ ਵਾਲਾ ਸਿਸਟਮ ਤੇ ਫਿਰ ਆਪੇ ਹੀ ਖਤਮ ਹੋ ਗਿਆ ਨਾ ਜਿਹੜਾ ਕਿਸੇ ਦੀ ਜ਼ਮੀਨਾਂ ਤੇ ਅੱਖ ਰੱਖਦੇ ਆ ਜਿਹੜਾ ਸੋਚਦੇ ਆ ਅੱਜ ਕੱਲ੍ਹ ਰਿਸ਼ਤੇ ਘੱਟ ਹੁੰਦੇ ਆ ਜੀ ਆਪਾਂ ਪਿਛਲੇ ਵਾਰ ਵੀ ਗੱਲ ਕੀਤੀ ਸੀ ਵੀ ਰਿਸ਼ਤੇ ਘੱਟ ਹੁੰਦੇ ਐ ਦੁਸ਼ਮਣੀਆਂ ਪੈਂਦੀਆਂ ਗਹਿਰੇ ਤਲ ਦੇ ਉੱਤੇ ਤੇ ਦੁਸ਼ਮਣੀ ਐ ਨਾ ਹੁਣ ਵੇਖੋ ਇੱਕ ਤੇ ਹੁੰਦਾ ਨੂੰਹ ਲੈ ਕੇ ਆਉਣੀ ਇੱਕ ਤੇ ਹੁੰਦੀ ਐ ਨੂੰਹ ਆਉਣੀ ਪਰ ਇੱਕ ਹੁੰਦਾ ਦੁਸ਼ਮਣ ਆਉਣੀ ਦੁਸ਼ਮਣ ਕਿਵੇਂ ਆਈ ਹੁਣ ਜਦੋਂ ਅਸੀਂ ਦੁਸ਼ਮਣ ਤੇ ਆਪੇ ਹੀ ਬਣ ਗਈ ਜਦੋਂ ਇੰਨਾ ਦਾਜ ਮੰਗ ਲਿਆ ਲੜਕੀ ਦਾ ਪਿਓ ਉਸ ਦਿਨ ਤੋਂ ਹੀ ਬੈੱਡ ਤੇ ਪੈ ਗਿਆ ਬਿਮਾਰ ਰਹਿਣ ਲੱਗ ਗਿਆ ਕਿਉਂਕਿ ਕਰਜ਼ਾਈ ਹੋ ਗਿਆ ਜਿਹੜੀ ਨੂੰਹ ਆਈ ਹੈ ਉਹਦੀ ਜਿਹੜੀ ਮਾਂ ਹੈ ਉਹਨੇ ਆਪਣੀਆਂ ਵਾਲੀਆਂ ਲਾ ਕੇ ਸੱਸ ਲਈ ਵਾਲੀਆਂ ਬਣਾ ਦਿੱਤੀਆਂ ਨੂੰਹ ਨੇ ਵਾਲੀਆਂ ਲਾ ਕੇ ਸੱਸ ਲਈ ਬਣਾ ਦਿੱਤੀਆਂ ਪਿਓ ਉਦਣ ਦਾ ਮੰਜੀ ਤੇ ਪਿਆ ਹੈ 2 ਕਿੱਲੇ ਜ਼ਮੀਨ ਵਿਕ ਗਈ ਉਹ ਜਿਹੜੀ ਨੂੰਹ ਆਉਂਦੀ ਹੈ ਉਹ ਤੁਹਾਡੀ ਧੀ ਨਹੀਂ ਬਣਦੀ ਉਹਨੂੰ ਪਤਾ ਉਹ ਦੁਸ਼ਮਣ ਬਣਦੀ ਹੈ ਦੁਸ਼ਮਣ ਕਿਉਂ ਕਿਉਂਕਿ ਉਹਨੂੰ ਪਤਾ ਹੈ ਵੀ ਇਹਨਾਂ ਕਰਕੇ ਮੇਰਾ ਪਰਿਵਾਰ ਉਜੜ ਗਿਆ ਆ ਸੱਸ ਦੀਆਂ ਵਾਲੀਆਂ ਪਾਉਣ ਲਈ ਮੇਰੀ ਮਾਂ ਨੇ ਆਪਣੀਆਂ ਵਾਲੀਆਂ ਲਾਈਆਂ ਮੇਰਾ ਪਿਓ ਤਾਂ ਮੰਜੀ ਤੇ ਪਿਆ ਮੇਰਾ ਪਿਓ ਤਾਂ ਮੰਜੀ ਤੇ ਪਿਆ ਕਿਉਂਕਿ ਆ ਬੁੱਢੇ ਨੇ ਇੰਨਾ ਦਾਜ ਮੰਗਿਆ ਸੀ ਉਹ ਫਿਰ ਸਹੁਰੇ ਨੂੰ ਕਦੇ ਆਪਣਾ ਪਿਓ ਨਹੀਂ ਸਮਝਦੀ ਉਹ ਜਿਹੜੀ ਧੀ ਆਉਂਦੀ ਹੈ ਉਹ ਪਿਓ ਨਹੀਂ ਸਮਝਦੀ ਕਿਉਂਕਿ ਹਰ ਬੱਚੀ ਹੈ ਨਾ ਜਿਹੜੀ ਉਹ ਆਪਣੇ ਮਾਂ ਪਿਓ ਨੂੰ ਪਿਆਰ ਕਰਦੀ ਹੈ ਆਪਣੀ ਮਾਂ ਦੇ ਵਿਰੁੱਧ ਨਹੀਂ ਚੱਲਣਾ ਚਾਹੁੰਦੀ ਪਿਓ ਤੋਂ ਮਾਂ ਪਿਓ ਨਾਲ ਹਰ ਧੀ ਪਿਆਰ ਕਰਦੀ ਹੈ ਤੇ ਮਾਂ ਪਿਓ ਨੂੰ ਜਦੋਂ ਤੁਸੀਂ ਤੰਗ ਕਰੋਗੇ ਉਹਨੇ ਆ ਕੇ ਫਿਰ ਤੈਨੂੰ ਨਹੀਂ ਰੋਟੀਆਂ ਖਵਾਣੀਆਂ ਤੈਨੂੰ ਵੀ ਤੰਗ ਹੀ ਕਰੂ ਆਖੋ ਸਤਿਨਾਮ ਜਦੋਂ ਤੂੰ ਤੰਗ ਕੀਤਾ ਫਿਰ ਤੈਨੂੰ ਤੰਗ ਨਹੀਂ ਕਰੂ ਤੇ ਲੈ ਕੇ ਕੀ ਆਉਣਾ ਜੀ ਦੁਸ਼ਮਣ ਨਹੀਂ ਲੈ ਕੇ ਆਉਣੀ ਦੁਸ਼ਮਣ ਨਹੀਂ ਬਣਨਾ ਕੀ ਲੈ ਕੇ ਆਉਣਾ ਆਓ ਧੀਆਂ ਤਾਂ ਆਉਣਗੀਆਂ ਜੇ ਦਾਜ ਲਈ ਮੂੰਹ ਨਹੀਂ ਅੱਡੋਗੇ ਫਿਰ ਧੀਆਂ ਆਉਣਗੀਆਂ ਫਿਰ ਦੁਸ਼ਮਣਾਂ ਨਹੀਂ ਆਉਣਗੀਆਂ ਧੀ ਬਣਾ ਕੇ ਲੈ ਕੇ ਆਓ ਦਾਜ ਦੇ ਲੋਭੀਆਂ ਨੇ ਬੜੇ ਬੜੇ ਮੂੰਹ ਅੱਡੇ ਹੋਏ ਆ ਕਈ ਵਾਰੀ ਬੇਨਤੀ ਕਰੀਦੀ ਹੈ ਨਾ ਵੀ ਜਦੋਂ ਉਹ ਪੁਰਾਣੇ ਸਮਿਆਂ ਵਿੱਚ ਲੜਕੀਆਂ ਕਹਿੰਦੇ ਬਾਬਲ ਨੇ ਧੀ ਤੋਰੀ ਸਾਰੇ ਖੁੰਜੇ ਹੱਲੇ ਸਾਰੇ ਇਧਰੋਂ ਵੀ ਕਰੋ ਇਧਰੋਂ ਵੀ ਕਰੋ ਤਾਂ ਜਾ ਕੇ ਇੱਕ ਧੀ ਵਿਆਹੀ ਜਾਂਦੀ ਹੈ
ਤੇ ਧੀ ਤੁਰਨ ਲੱਗੀ ਸੁਣੋ ਧੀ ਤੁਰਨ ਲੱਗੀ ਕਹਿੰਦੀ ਬਾਪੂ ਮਾਂ ਨੂੰ ਮਿਲ ਕੇ ਕਹਿੰਦੀ ਆ ਲੈ ਮਾਏ ਸਾਂਭ ਗੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਤੇ ਮਾਂ ਕਹਿੰਦੀ ਇਹ ਪੇਟੀਆਂ ਤੇ ਖਾਲੀ ਹੋ ਹੀ ਗਈਆਂ ਹੁਣ ਚਾਬੀਆਂ ਵੀ ਤੂੰ ਹੀ ਲੈ ਜਾ ਚਾਬੀਆਂ ਅਸੀਂ ਕੀ ਕਰਨੀਆਂ ਪੇਟੀਆਂ ਤੇ ਪਹਿਲਾਂ ਹੀ ਖਾਲੀ ਹੋ ਗਈਆਂ ਰਿਹਾ ਹੀ ਕੱਖ ਨਹੀਂ ਤੇ ਪੇਟੀਆਂ 'ਚ ਅਸੀਂ ਕੀ ਰੱਖਣਾ ਹੁਣ ਜਦੋਂ ਖਾਲੀ ਹੋਈਆਂ ਪੇਟੀਆਂ ਦੀਆਂ ਚਾਬੀਆਂ ਅਸੀਂ ਕੀ ਕਰਨੀਆਂ ਸਰਦਾਰੀ ਤੇ ਨਾਲ ਹੀ ਗਈ ਇਸ ਕਰਕੇ ਭਾਈ ਇਹ ਸਹਿ ਭੰਗ ਜਿਹੜਾ ਰੱਬ ਦਾ ਗੁਣ ਹੈ ਆਪਣੇ ਆਪ ਵਿੱਚੋਂ ਪ੍ਰਗਟ ਕਰੋ ਆਪਣੇ ਆਪ 'ਚੋਂ ਲੱਭੋ ਸਹਿ ਭੰਗ ਅੱਛਾ ਜੀ ਇਹ ਸਾਰੇ ਗੁਣ ਕਿਵੇਂ ਪ੍ਰਾਪਤ ਹੁੰਦੇ ਆ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਜੀ ਦਾ ਸੱਚਾ ਗਿਆਨ ਗੁਰੂ ਦੀ ਕਿਰਪਾ ਨਾਲ ਇਹ ਰੱਬੀ ਗੁਣ ਸਾਡੇ 'ਚੋਂ ਪ੍ਰਗਟ ਹੁੰਦੇ ਆ ਇਸ ਕਰਕੇ ਪਰਮਾਤਮਾ ਦੇ ਗੁਣ ਜਿਉਣੇ ਸਿੱਖੋ ਪਰਮਾਤਮਾ ਦੇ ਗੁਣਾਂ ਨੂੰ ਜਿਉਣਾ ਹੀ ਅਸਲ ਵਿੱਚ ਗੁਣ ਗਾਉਣਾ ਹੁੰਦਾ ਹੈ ਜਿਹੜਾ ਬੰਦਾ ਇਹ ਰੱਬ ਦੇ ਗੁਣਾਂ ਨੂੰ ਆਪਣੇ ਆਪ ਵਿੱਚੋਂ ਪ੍ਰਗਟ ਕਰੇ ਤੇ ਪ੍ਰਗਟ ਕਰਕੇ ਰੱਬੀ ਗੁਣਾਂ ਨੂੰ ਜਿਉਂਦਾ ਜਿਹੜਾ ਅਸਲ ਵਿੱਚ ਉਹੀ ਗੁਣ ਗਾਉਂਦਾ ਹੈ ਜਿਹੜਾ ਰੱਬ ਦੇ ਗੁਣਾਂ ਨੂੰ ਜਿਉਂਦਾ ਨਹੀਂ ਉਹ ਲੱਖ ਕਹੀ ਜਾਵੇ ਮੈਂ ਵਾਹਿਗੁਰੂ ਕਰਦਾ ਉਹ ਗੁਣ ਗਾਉਂਦਾ ਨਹੀਂ ਗੁਣ ਗਾਉਣਾ ਅਸਲ ਵਿੱਚ ਗੁਣ ਜਿਉਣਾ ਹੁੰਦਾ ਹੈ ਰੱਬੀ ਗੁਣ ਆਪਣੇ ਆਪ 'ਚੋਂ ਪ੍ਰਗਟ ਕਰਕੇ ਚੜ੍ਹਦੀ ਕਲਾ ਵਾਲੇ ਆਪਣੇ ਜੀਵਨ ਬਣਾਈਏ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚਾਲਾ ਪਾਉਣਾ ਪਹਿਲਾਂ ਨਹੀਂ ਜਾਣਾ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫੇਰ ਸਾਰੀਆਂ ਸੰਗਤਾਂ ਨੇ ਜਾਣਾ ਗੁਰੂ ਸਾਹਿਬ ਜੀ ਦਾ ਅਦਬ ਮੁੱਖ ਰੱਖਣਾ ਹੈ ਨੇੜੇ ਤੇੜੇ ਹੋਰ ਕੋਈ ਪ੍ਰੋਗਰਾਮ ਭਾਵੇਂ ਆਵੇ ਜਾਂ ਨਾ ਆਵੇ ਪਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੇ ਹਰ ਮਹੀਨੇ ਹੁੰਦਾ ਹੀ ਹੈ ਦੀਵਾਨ ਮੰਥਲੀ ਹਰ ਸ਼ਨੀਵਾਰ ਦਾ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਆਹ ਜਿਹੜਾ ਫਰਵਰੀ ਦਾ ਪਹਿਲਾ ਸ਼ਨੀਵਾਰ ਆ ਰਿਹਾ ਹੈ ਉਦਣ ਮੇਰਾ ਖਿਆਲ ਹੈ ਵੀ 4 ਫਰਵਰੀ ਹੈ ਇਲੈਕਸ਼ਨ ਹੋਣੀ ਹੈ ਤਾਂ ਕਰਕੇ ਆਪਾਂ 4 ਫਰਵਰੀ ਵਾਲਾ ਜਿਹੜਾ ਦੀਵਾਨ ਹੈ ਉਹਨੂੰ 5 ਦਾ ਕਰ ਦਿੱਤਾ ਐਤਵਾਰ 4 ਨੂੰ ਦੀਵਾਨ ਨਹੀਂ ਲੱਗਣਾ ਸ਼ਨੀਵਾਰ ਐਦਕੀ ਫਰਵਰੀ ਵਿੱਚ 5 ਦਾ ਪ੍ਰੋਗਰਾਮ ਕਰਾਂਗੇ 5 ਫਰਵਰੀ ਨੂੰ ਐਤਵਾਰ ਦੁਪਹਿਰ ਦਾ ਦੀਵਾਨ ਸਜੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਜਿਨ੍ਹਾਂ ਜਿਨ੍ਹਾਂ ਨੇ ਸਿੰਘ ਸਜਣਾ ਹੈ ਉਹ ਜ਼ਰੂਰ ਕਿਰਪਾ ਕਰਕੇ ਆਪੋ ਆਪਣੇ ਮਨ ਬਣਾ ਕੇ ਤੇ ਪ੍ਰਬੰਧਕਾਂ ਦੇ ਪਾਸ ਨਾਮ ਲਿਖਾਓ ਵੱਧ ਤੋਂ ਵੱਧ ਉੱਥੇ ਜਾ ਕੇ ਸ਼ਨੀਵਾਰ ਵਾਲੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਾ ਸੋ ਨੇੜੇ ਤੇੜੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ ਹਾਜ਼ਰੀ ਭਰਨੀ ਹੈ ਦੇਵੀਗੜ੍ਹ ਕਸਬਾ ਆਪਣੇ ਨੇੜੇ ਪੈਂਦਾ ਉੱਥੇ ਦੀਵਾਨ ਦਿੱਤੇ ਆ ਰਾਤ ਦੇ 23, 24, 25 ਫਰਵਰੀ 23, 24, 25 ਫਰਵਰੀ ਦੇ ਦੀਵਾਨ ਆ ਜੀ ਰਾਤ ਦੇ 3 ਦੀਵਾਨ ਰਾਤ ਦੇ ਹਨ 23, 24, 25 ਰਾਤ ਦੇ ਦੇਵੀਗੜ੍ਹ ਨੇ ਤੇ ਦਿਨ ਦੇ ਦੀਵਾਨ ਭਵਾਨੀਗੜ੍ਹ ਦੇ ਕੋਲ ਫੁੰਮਣਵਾਲ ਪਿੰਡ ਪੈਂਦਾ 23, 24, 25 ਦੁਪਹਿਰ ਦੇ ਉੱਥੇ ਹੈ ਰਾਤ ਦੇ ਦੇਵੀਗੜ੍ਹ ਵਿੱਚ ਹਨ ਵੱਧ ਚੜ੍ਹ ਕੇ ਪਹੁੰਚ ਕੇ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ ਹੈ ਨੇੜੇ ਤੇੜੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੋਵੇ ਹਾਜ਼ਰੀ ਭਰੋ ਸਾਰੀ ਸੰਗਤ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਹਾਜ਼ਰੀ ਭਰੀ ਹੈ ਸੋ ਸਾਰੀ ਸੰਗਤ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਕੁਝ ਸਿੰਘ ਬਹੁਤ ਸੋਹਣਾ ਉਪਰਾਲਾ ਕਰਦੇ ਹੈ ਜਗ੍ਹਾ ਜਗ੍ਹਾ ਇਹਨਾਂ ਦੇ ਬੋਰਡ ਲੱਗਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਉਤਸ਼ਾਹ ਨਾਲ ਜਿਹੜੇ ਡਕਾਲੇ ਵਾਲੇ ਸਿੰਘ ਕੁਛ ਉਤਸ਼ਾਹ ਬਹੁਤ ਵਿਖਾਉਂਦੇ ਆ ਇਸ਼ਤਿਹਾਰ ਵਗੈਰਾ ਬੋਰਡ ਵਗੈਰਾ ਲਾਉਣ ਵਾਸਤੇ ਸੋ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ ਵਿੱਚ ਆ ਕੇ ਹਾਜ਼ਰੀ ਸਾਰੀਆਂ ਸੰਗਤਾਂ ਨੇ ਆਪਾਂ ਭਰੀ ਹੈ ਸੋ ਇਤਿਹਾਸ ਤੇ ਭਾਵੇਂ ਮੈਂ ਕੋਈ ਨਹੀਂ ਅੱਜ ਛੇੜ ਸਕਿਆ ਪਰ ਜੋ ਵੀ ਮੈਂ ਬੇਨਤੀਆਂ ਕੀਤੀਆਂ ਨੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਇਦਾਂ ਦੇ ਨੁਕਤੇ ਜੇ ਸਾਡੀ ਸੁਰਤ ਵਿੱਚ ਆਉਣਗੇ ਨਾ ਗੁਰਮੁਖੋ ਫਿਰ ਮਾਈਂਡ ਡਿਵੈਲਪ ਹੁੰਦਾ ਹੈ ਬਹੁਤ ਇਤਿਹਾਸ ਸੁਣਿਆ ਬਹੁਤ ਕੁਝ ਪੜ੍ਹਿਆ ਆਪਾਂ ਆਪਣੀ ਜ਼ਿੰਦਗੀ ਵਿੱਚ ਪਰ ਇਦਾਂ ਦੇ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਗੁਰਬਾਣੀ ਦੀ ਵਿਚਾਰ ਨੂੰ ਸਹੀ ਢੰਗ ਨਾਲ ਅਸੀਂ ਸਮਝ ਸਕੀਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਫਿਰ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਗੱਜ ਕੇ ਨਾਲ ਸੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ।
ਮਾਇਆ ਸਹਿਜ ਸਿੱਧੀ ਮਨ ਦੀਆਂ ਵਾਜਾਈਆਂ ਜਾਗਰਤਨ ਪਰਵਾਰ ਪਰੀਆਂ ਸ਼ਬਦ ਦਾ ਬੜਿਆ ਹਰੀ ਤੇਰਾ ਮਨ ਜਨੀ ਵਸਾਇਆ ਹੈ ਨਾਨਕ ਨਾ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਸਾਲੇ ਨਾਲ ਰਹੋ ਮਨ ਮੇਰੇ ਰੂਪ ਸਭ ਵਿਸਾਰਿਆ ਤੇਰਾ ਕਾਰਨ ਸਭ ਸਵਾਰਿਆ ਸਮਰੱਥ ਸਵਾਮੀ ਸੋ ਕਿਉਂ ਮਨੋਸਾਰੇ ਹੈ ਨਾਨਕ ਪਾਤਰ ਤੇਰੇ ਸਦਾਰੇ ਸਾਹਿਬ ਕਿਆ ਨਾਹੀ ਧਰਤੇ ਰਹਿ ਧਰਤਾ ਤੇਰਾ ਸਭ ਕਿਛ ਰਹਿ ਦਿਸਦੇ ਸੁਰਦਾਰੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਵੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਧਰਤੇ ਰਹਿ ਸਾਚਾ ਨਾਮ ਬਿਨਾ ਆਧਾਰੋ ਸਾਧ ਨਾਮ ਆਧਾਰ ਬਿਨਾ ਜਿਨ ਦੁੱਖਾ ਸਭ ਗਾਇਆ ਹਰ ਸਾਮ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਾਧ ਮਨ ਪਿਤਾ ਗੁਰੂ ਵਿਖਾਉ ਜਿਸ ਦੀਆਂ ਏ ਵਡਿਆਈਆ ਹੈ ਨਾਨਕ ਸੁਣੋ ਸਤਿਗੁਰ ਸ਼ਬਦ ਕਰ ਹੋ ਪਿਆ ਜੋ ਸਾਚਾ ਨਾਮ ਬਿਨਾ ਆਧਾਰੋ ਵਾਜੇ ਪੰਜ ਸ਼ਬਦ ਦੇ ਹਰ ਸੁਭਾਵੈ ਹਰ ਸੁਭਾਵੈ ਸ਼ਬਦ ਵਾਜੇ ਕਲਾ ਕਰ ਧਾਰਿਆ ਸੰਭੂ ਤੁਧ ਵਾਸੀ ਕੇ ਕਾਰ ਮਨ ਕੁਮਾਰਿਆ ਹੋ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੈ ਲਾਜੇ ਹੈ ਨਾਨਕ ਤੈ ਸੁਖ ਹੋਆ ਸਿਧ ਕਰਿਆ ਨਹਿ ਵਾਜੇ ਅਨੰਦ ਸੁਣੋ ਵਜ ਭਾਗੀ ਹੋ ਸਗਲ ਮਨੋਰਥ ਪੂਰੇ ਆਜਮ ਮਨ ਪਾਇਆ ਤੇ ਸੱਚੇ ਕਸੂਰੇ ਤੂੰ ਗੁਰੂ ਸੰਤਾ ਪਿੰਦਰੇ ਆਪਣੀ ਸੱਚੀ ਬਾਣੀ ਸਭ ਸਾਜਨ ਪਏ ਸਰਸੇ ਤੂਰੇ ਗੁਰ ਤੇ ਜਾਣ ਸੁਣ ਤੇ ਪੁਨੀ ਤੇ ਤੇ ਪੁਰਤ ਸਤਿਗੁਰ ਰਹਿਆ ਪਰਪੂਰੇ ਨਾਨ ਗੁਰ ਚਰਨ ਲਾਗੇ ਵਾਜਿਆ ਨੂੰ ਪਵਨ ਗੁਰੂ ਪਾਣੀ ਮਾਤਾ ਸਰਬ ਮਹਾਤਮ ਜਿਸ ਰਾਤ ਤੇ ਰਾਈ ਮਾਇਆ ਖੇਜਾ ਸਾਨੂੰ ਰਾਜੇ ਆਈਆਂ ਪੁਰ ਆਈਆਂ ਵਾਜੇ ਧਰਮ ਹਜ਼ੂਰ ਕਰਮੀਆਂ ਕੋ ਆਪਣੀ ਇਹ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਕੈਕ ਸਕਤ ਤਾਲ ਨਾਲ ਤੇ ਮੁਖ ਉੱਲੇ ਖੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਕੈਕ ਸਕਤ ਤਾਲ ਨਾਲ ਤੇ ਮੁਖ ਉੱਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ
ज्यों पक्का रोगी वेल लाए जियो तप तुहें बारो बार तप तप खपे बहुत बेकार जै तन बाणी विसर जाए ज्यों पक्का रोगी वेल लाए बहुता बोलन चखण होए विण बोले जाने सब सोए रहा जिन कन कीते अखी नाक जिन जिहवा दिती बोले तात जिन मन रखिया अग्नि पाए वजे पवन आखे सब जाए जेता मोह परीत सुआद सभा काल खुदा गा दाग दाग दोस मोहे चलिया लाए दरगह बैसन नाहीं जाए कर्म मिले आखन तेरा नाओ जित लग तरना होर नहीं थाओ जे को डूबे फिर होवे सार नानक साचा सर्वदातार कर्म मिले आखन तेरा नाम जित लग तरना होर नहीं था जे को डूबे फिर होवे सार नानक साचा सर्वदातार वाहे गुरु जी का खालसा वाहे गुरु जी की फतेह।